एआरपी 1550 एएम ते तुहाडा स्वागत है। मैं तुहाडा मेजबान हरजीत सिंह गिल। लोक सभा दे विच निघा हार्दिक स्वागत है। 12:24 होए ने 17 फरवरी 2021 दा बुधवार है। 6 फगण नानक से संबंध 552 निघा हार्दिक स्वागत है जी। अज दी लोक सभा दे विच अहम घटनावां गल्लां बातां गीत संगीत सुलग दिया मसलियां ते गलबात होएगी। पहले हिस्से दे विच कुछ खबरां सुनाउणा है तरमियां तरमियां जीआं ते अगले हिस्से दे विच अज कहानी बाई जग्गी कुस्से दी। बहुत चिर हो गया सुनाई नहीं कहानी, 4 महीने हो गए संघर्ष चलदे नूं। थोड़ी जी अज माहौल माड़ा जिहा बदलदे आ, लैके चलांगे दिल्ली नूं ही, पर दिल्ली दे आले दुआले दी कहानी सुनाऊंगा। पर सुनाउणे आ माड़ी जी कायम हो के अज 1844-247-1550 ਔਨ ਏਅਰ ਨੰਬਰ ਹੈ ਤੇ 604-729-1224 ਵਟਸਐਪ ਤੇ ਟੈਕਸਟ ਲਈ ਆਪਣਾ ਨੰਬਰ। ਇੱਕ ਟੱਕ ਤੇ ਅਨਮੇਖ ਲਗਾ ਕੇ ਟੇਕ ਰਿਹਾ ਮੈਂ ਦੇਖ ਕੋਈ ਕਦ ਆਵੇ ਪਾਰੋਂ ਦੇਸ਼ ਵਿੱਚ ਸੱਜਣਾ ਚਮ ਚਮ ਕਰਦੀ ਰੇਤ ਸੀ ਅੱਜ ਤਾਂ ਤਾਰਾ ਗਣ ਅਚੇਤ ਤੇ ਚਿੱਟਾ ਚੰਦ ਵੀ ਆਇਆ ਮੇਜ ਵਿੱਚ ਜਾਂਦੀ ਉੱਡਦੀ ਵਿਰਥੀ ਪੌਣ ਫਰਾਟੇ ਭਰਦੀ ਲਾਉਂਦੀ ਹੇਕ ਵੇ ਫਰਫਰ ਉੱਡਣ ਚੇਤਰ ਘੜੀਆਂ ਨਾ ਜਾਵਣ ਫੜੀਆਂ ਤੇ ਕਰ ਕਰ ਅੜੀਆਂ ਨੀਲ ਸਰਾਂ ਨੂੰ ਮਹਿਕਾਂ ਚੜੀਆਂ ਵੇ ਲੱਗੀਆਂ ਸੋਹਣੇ ਸਬਦ ਲਬਾਰ ਸੱਜਣ ਗੁਲ ਝੜੀਆਂ ਕਦੋਂ ਸੀ ਸੁੱਤੀਆਂ ਕਦੋਂ ਉੱਠ ਖੜੀਆਂ ਸਪੁੱਤਲ ਵੇਲਾਂ ਸੋਹਣੀਆਂ ਬੜੀਆਂ ਤੇ ਫੇਰ ਤੂੰ ਆਇਓ ਮੇਰੇ ਪੀਰ ਕੇ ਬਦਲੀ ਚਾਨਣ ਦੀ ਤਸੀਰ ਤੇ ਕੰਨੀ ਘੁਲ ਗਏ ਖੰਡ ਤੇ ਖੀਰ ਜੋ ਵਗਦਾ ਵਿੱਚ ਨਸਾਰੀ ਨੀਰ ਵੇ ਗਾਉਂਦਾ ਬੌਰੇਪਣ ਵਿੱਚ ਹੀਰ ਤੇ ਹੁਣ ਤਾਂ ਮਿਟ ਗਏ ਸਭ ਕਲੇਸ਼ ਕੇ ਨਾਚੇ ਮਾਥੇ ਮੈਂ ਉਰਗੇਸ਼ ਵੀ ਅੱਜ ਤਾਂ ਮੌਲ ਸਰੇ ਦਾ ਤੇਲ ਕਰਾਂ ਮੈਂ ਪੇਸ਼ਟ ਚੁੰਮਲਾ ਕਾਲੇ ਕਾਲੇ ਕੇਸ ਵੇ ਸੱਜਣਾ ਠੰਡੀ ਠੰਡੀ ਪੌਣ ਫਰਾਟੇ ਭਰਦੀ ਲਾਉਂਦੀ ਹੇਕ ਤੇ ਨਾਲੇ ਚਮ 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 ਕਰਦੀ ਰੇਤ ਵੇ ਸੱਜਣਾ ਚਮ ਚਮ ਕਰਦੀ ਰੇਤ ਕੋਈ ਕਦ ਆਵੇ ਪਾਰੋਂ ਦੇਸ਼ ਲਗਾ ਕੇ ਟੇਕ ਰਿਹਾ ਮੈਂ ਦੇਖ ਵੇ ਸੱਜਣਾ ਚਮ ਚਮ ਕਰਦੀ ਰੇਤ। ਹਰਮਨਜੀਤ ਲਿਖਦਾ ਧੰਨਵਾਦ ਸਾਰਿਆਂ ਦਾ। ਥੋੜੀ ਜਿਹੀ ਸੰਘਰਸ਼ ਦੀ ਗੱਲ ਕਰ ਲਵਾਂ। ਸੰਘਰਸ਼ ਦੇ ਬਾਰੇ ਜਿਹੜੀਆਂ ਖਬਰਾਂ ਆ ਰਹੀਆਂ ਮੀਡੀਆ ਜਿਹੜਾ ਕੋਈ ਇਹ ਕਹਿ ਰਿਹਾ ਵੀ ਬੰਦੇ ਮੁੜੇ ਆਏ 15-20 ਦਿਨ ਨੂੰ ਕਣਕ ਨੇੜੇ ਲੱਗ ਜਾਣੀ ਹੈ ਮਾਰਚ ਦੇ ਅੱਧ ਚ ਤੇ ਬਾਕੀ ਬੰਦੇ ਫੜੀ ਜਾਂਦੇ ਆ 150-200 ਬੰਦਾ ਫੜਿਆ ਹੋਇਆ। ਸਦਾ ਹੀ ਕੋਈ ਵੀ ਸੰਘਰਸ਼ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਇੱਕ ਇਸ਼ੂ ਹੁੰਦਾ, ਹੁੰਦੇ ਤਾਂ ਸਾਰੇ ਇਕੱਠੇ ਨੇ, ਇਕੱਠੇ ਹੁੰਦੇ ਆ ਚੰਗੇ ਸਮੇਂ ਲਈ। ਜਦ ਔਖਾ ਸਮਾਂ ਆ ਜਾਂਦਾ ਫਿਰ ਜਿਹਦੇ ਤੇ ਔਖਾ ਸਮਾਂ ਉਹੀ ਓ ਰਹਿ ਜਾਂਦਾ। ਤੇ ਇਹ ਜਿਹੜੀ ਗੱਲ ਹੈ ਬਈ ਇਸੇ ਸਮੇਂ ਲੀਡਰਸ਼ਿਪ ਦੀ ਜਿਹੜੀ ਅਸਲ ਆਗੂ ਜਿਹੜਾ ਉਸੇ ਸਮੇਂ ਦਿਖਾਉਣਾ ਪੈਣਾ ਜਦ ਇਹੋ ਜਿਹਾ ਸਮਾਂ ਆਉਂਦਾ। ਦੀਪ ਸਿੱਧੂ ਨੂੰ ਫੜਿਆ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ, ਪੁਲਿਸ ਰਿਮਾਂਡ ਹੋਰ ਲੈ ਲਿਆ, ਬਾਕੀ ਕੋਈ ਵੀ ਬੋਲਦਾ ਉਹਨੂੰ ਫੜਿਆ ਜਾ ਰਿਹਾ। ਦਿਸ਼ਾ ਰਵੀ ਨੂੰ ਫੜਿਆ ਤੇ ਹੁਣ ਉਹਦੇ ਤੇ ਇੱਥੇ ਨਾਲ ਕਨੈਕਸ਼ਨ ਉਹਦੇ ਜੋੜੇ ਜਾ ਰਹੇ ਨੇ। ਮੋਹ ਧਾਲੀਵਾਲ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ ਉਹਦੇ ਨਾਲ ਮੇਰੇ ਖਿਆਲ ਸੰਘਰਸ਼ ਦੇ ਵਿੱਚ ਸਾਰੇ ਦੇ ਵਿੱਚ ਜਿਹਦੇ ਵਿੱਚ ਜਿਹੜੇ ਆਗੂ ਨੇ ਉਹਨਾਂ ਦਾ ਸਾਰਿਆਂ ਨੂੰ ਪਤਾ ਤੇ ਜਿੰਨੇ ਹੀ ਲੋਕਾਂ ਦੇ ਕਿਸਾਨਾਂ ਦੇ ਝੰਡੇ ਨੇ ਉਨੇ ਹੀ ਤਿਰੰਗੇ ਨੇ, ਉਨੇ ਹੀ ਪੀਲੇ ਝੰਡੇ ਆ ਸਾਡੇ ਖਾ ਜਿਹੜੇ ਖੱਟੇ ਝੰਡੇ ਆ ਨਿਸ਼ਾਨ ਸਾਹਿਬ ਆ ਜਿਹੜੇ ਈਵਨ ਜਿਹੜੇ ਖਾਪ ਪੰਚਾਇਤਾਂ ਵਾਲੇ ਨੇ ਜਿਹੜੇ ਜਿੱਥੇ ਵੀ ਬੈਠੇ ਨੇ ਉਹਦੇ ਹਰ ਇੱਕ ਦੇ ਮੋਢੇ ਤੇ ਤਿਰੰਗਾ। ਦੇਸ਼ ਦੇ ਖਿਲਾਫ ਦੇਸ਼ ਨੂੰ ਤੋੜਨ ਦੀ ਸਾਜਿਸ਼ ਜੇ ਤੇ ਬੋ ਇਹ ਗੱਲਾਂ ਇਸ ਸੰਘਰਸ਼ ਦੇ ਵਿੱਚ ਕਿਤੇ ਨਹੀਂ ਹੈ, ਕਿਉਂਕਿ ਕਿਸੇ ਦੇਸ਼ ਦੇ ਵਿੱਚ
किसी फड़ना है ओदे ते सब तो वड्डा केस है जी साडा देश धरो जी देश तोड़न की गल है। बाकी सरकारां दे हत्थ है सरकारां ने किनू किवें करना है ओदे तो तुसी भज नहीं सकते। जिहड़ा उत्थे बैठा बंदा है जां जिहने जाना है ओनू इस गल का पता होना चाहिए कि जे तुसी कहो कि मैं पंजाब गेड़ा भी देना है ते मैनू कोई फड़ भी ना लवे ये तो गल ही इस ते गल ते ते विचार अधीन ही नहीं है। इस गल का सानू ख्याल भी रखना चाहिए कि तुसी बोलो जिहड़ा कुछ मर्जी रवीश कुमार उत्थे बैठा ही बोलता सारा कुछ पर उन्हें पता है मैं कि लाइन नहीं अलंघनी जिहड़ी लाइन अलंघे तो मैनू मुश्किल हो सकती है। इस तरह ही सानू चाहिए इत्थे भी पर इहदा इह नहीं मतलब असी संघर्ष की कोई करड़ी गल नहीं कर सकते। असल दीप सिद्धू दे मोड़ तो बाद बड़ा अलग किस्म का माहौल इस संघर्ष दे विच आ गया। 26 तो बाद वो फिर पैरी हो गया पर जिहड़ा कुछ हुण हो रहा है उहनू सब अच्छा नहीं तुसी समझ सकते। राजनीतिक करन उहदा हो गया जिहड़ियां खबरां मिल रही ने उह ये मिल रही ने वी 10-12 दिनां दे विच इह काम संघर्ष का निबड़ जाना। ਇਹ ਨਹੀਂ ਹੈ ਕਿ ਪੁਲਿਸ ਨੇ ਜਾਂ ਸਰਕਾਰ ਨੇ ਕੋਈ ਧੱਕਾ ਕਰਕੇ ਕਰਨਾ ਨਹੀਂ ਇਹਦਾ ਸਰਕਾਰ ਚਾਹੁੰਦੀ ਹੈ ਵੀ ਇਹਦਾ ਵਧੀਆ ਹੱਲ ਹੋ ਜਾਵੇ ਤੇ ਕਿਸਾਨ ਖੁਸ਼ ਹੋ ਕੇ ਜਾਣ। ਹੋਇਆ ਪਤਾ ਕੀ ਹੈ ਇਹਦੇ ਵਿੱਚ ਸਾਰਾ ਹੋਇਆ ਇਹ ਹੈ ਵੀ ਯੂਪੀ ਰਾਜਸਥਾਨ ਹਰਿਆਣੇ ਦੀਆਂ ਜਿਹੜੀਆਂ ਪੰਚਾਇਤਾਂ ਖਾਸ ਪੰਚਾਇਤਾਂ ਵੱਡੀਆਂ ਮਹਾਂ ਪੰਚਾਇਤਾਂ ਉਹ ਡਰ ਕਰ ਰਹੀ ਨੇ ਅਗਲੇ ਸਾਲ ਵੋਟਾਂ ਯੂਪੀ ਚ ਯੂਪੀ ਦੇ ਵਿੱਚੋਂ ਸਰਕਾਰ ਬਣਦੀ ਹੈ ਯੂਪੀ ਦੇ ਵਿੱਚੋਂ 70% प्राइम मिनिस्टर होंगे जिम्मे मालवे का मुख्यमंत्री पंजाब ज्यादा होंगे इस तरह हूं यूपी ते हरियाणा सामभण की गल चल रही। नड्डे से उन्होंने प्रधानगी पहली बार हुई है भी बीजेपी का प्रधान पहली बार होया होर अहदेदार सदे जा रहे आने वाले दिन हूं जे आप इस गल से सोचना भी लस्सी पीण का नहीं शौक आ रहे भन्ननी है ये नहीं कहानी अपना भी यही है भी जिहड़ी पंजाब दी मंग है होर किसानां दी मंग है मंग पूरी हो जाए लोग घरां नूं आ जाण पर जिहड़ा बंदे 125 फड़िया जे उहनूं ना छड़ाया ते बाकी तौलिए मोढ़े ते रख के आ गए कंबल फिर उहनां ने दिल्ली ओ रह जाणा ते आपां पंजाब आ जाणा। ये गल तां जरूरी है जिहदी किसे भी लीडर नाल आड़ी है ना 30-32 चो हर एक दी आड़ी है उहनूं सुनेहा दिओ भई ऐ ना कि घर नूं मुड़िया भी चंगा त्यौहार वाले त्यौहार च असीं जाके अज गर्म दुध दी घुट पीने देसी घिओ पा के बहुत चिर हो गया गया ये ना कि हो जाए। अक्सर संघर्षां दे विच इही हुंदा है पर हर कौम च नहीं हुंदा जिहड़ियां कौमां जान भूल के लड़दियां ने मुड़ मुड़ के जद भी मैं कदे गल करदा तां चे गवेरे दा ही मैनूं याद आउंदी है ये निस्वार्थ होके किसी कौम लई किवें एक लैटिन अमेरिका लैटिनो दी ते स्पैनिश लोकां दी स्पैनिश भी ना कहीए लैटिनो इस लोकां दी स्पैनिश लोकां ने तां आके उत्थे कब्जा कीता सी जिवें क्यूबा च 3 किस्म दे नसल है एक असल उत्थे दे मूल वासी ने एक मूल वासी ते स्पैनिशा दे मिलगोबे चो बने हुए लोग ने एक स्पैनिश ने। हुण की करता है बंदा चंगा भला डॉक्टर है परिवार वधिया है एक मोटरसाइकिल ते गेड़ा दिंदा है अपने सारे कॉन्टीनेंट अपने उस देशां दा साउथ अमेरिका दे विच देखदा यार साडे लोग गुलाम ने बस्तीवादी लोग बाहरों आके साडे ते राज कर रहे ने ते मन दे विच इउं निकलदी कहानी वी नहीं यार डॉक्टर नहीं बनना हुण इधर नूं जाणा डॉक्टर भी बनदा है मैक्सीको च आके के गवेरा दा फिदल कास्ट्रो नूं मिलना उहदे बाद जद उह ग्रैमा लैके एक कुश्ती लैके जिहड़ी खड़ी है बटिस्टा दे महल दे विच अवाना कहिंदे ने उहनूं हवाना नूं जां जाने उत्थे उहनां दे अजायब घर वेख्यो जाके उहनां दा विक्टरी स्क्वेयर वेख्यो ते उहनां दे अजायब घर वेख्यो ते देश दा प्यार लोकां नूं वेख्यो ते उत्थे उह जिद्दण कुश्ती आके लगी सी बटिस्टा दा राज सी ते आके कंडे च लाती उह बटिस्टा नूं अमेरिका दी पूरा जिहड़ा मदद सी सारा कुछ सी एक कलोनी टाइप अमरीका दी सी सामने जिद्दण साफ होवे तां जिहड़ियां फ्लोरिडा दियां मियामी दियां लाइटां दिखदियां हवाना तों बड़गे अंदर आके बड़गे 40-50 बंदे सी टोटल
40 ਪੰਜਾਹਾਂ ਨੇ ਨਹੀਂ ਜਿੱਤਿਆ ਕਿਊਬਾ, ਬਟੀਸਟਾ ਦੇ ਮਹਿਲ 50 ਨਹੀਂ ਬੜੇ। ਉਹਨਾਂ ਨੇ ਜਿੱਥੇ ਰੁਕੇ ਉੱਥੇ ਕਾਇਲ ਕੀਤਾ ਲੋਕਾਂ ਨੂੰ, ਪਿੰਡਾਂ ਚ ਵੜੇ, ਇੱਕ ਪਿੰਡ ਚ ਜਾ ਕੇ ਗੱਲ ਕੀਤੀ, ਸਭਾ ਕੀਤੀ। ਆ ਕੇ ਜਿੱਦਣ ਬਟੀਸਟਾ ਦੇ ਮਹਿਲ ਚ ਵੜੇ, ਸਿੱਧੀਆਂ ਗੋਲੀਆਂ ਚੱਲੀਆਂ, ਬਟੀਸਟਾ ਦੇ ਮਹਿਲ ਦੇ ਵਿੱਚ ਲੱਗੀਆਂ ਗੋਲੀਆਂ ਦੇ ਨਿਸ਼ਾਨ ਨਹੀਂ ਹਾਲੇ ਤੱਕ ਲਾਹੇ ਹੋਏ। ਕਮੈਲੋ ਨੇ, ਚੇ ਗਵੇਰਾ ਨੇ, ਫਿਦਲ ਕਾਸਟਰੋ ਨੇ ਚੜ੍ਹ ਗਏ ਅੰਦਰ ਵੜਗੇ ਵਿੱਚ। ਪਰ ਉਹਦੇ ਬਾਅਦ ਹਾਂ, ਬਟੀਸਟਾ ਦਾ ਜ਼ੁਲਮ, ਬਟੀਸਟਾ ਮਾਰਿਆ ਗਿਆ, ਬਟੀਸਟਾ ਨੂੰ ਜੇਲ ਹੋ ਗਈ। ਤੇ ਪਰ ਇਹ ਇਹਨੂੰ ਇਸ ਤਰ੍ਹਾਂ ਨੀ ਤੁਸੀਂ ਦੇਖਣਾ ਬਈ ਪਿੱਛੋਂ ਆਮ ਲੋਕ ਜਿਹੜਾ ਉਸਦੇ ਨਾਲ ਦੁਰਵਿਹਾਰ ਕੀਤਾ ਉਹਨਾਂ, ਤੋ ਉਸਦੇ ਨਾਲ ਨੀ ਕੁਛ ਉਹਨਾਂ ਨੇ ਗਲਤ ਕੀਤਾ। ਆਮ ਲੋਕਾਂ ਲਈ ਕਿਊਬਨ ਰੈਵੋਲੂਸ਼ਨ ਇਸ ਨੂੰ ਕਹਿੰਦੇ ਨੇ, ਫਿਡਲ, ਰੌਲ, ਕਮੈਲੋ, ਇਹ ਸਾਰੇ ਲੋਕ ਬੜੇ ਅੰਦਰ ਜਾ ਕੇ। ਹੁਣ ਇਹਦੇ ਚ ਜਿਹੜੀ ਗੱਲ ਅਸਲ ਜਿਹੜੀ ਮੈਂ ਕਰਨੀ ਚਾਹੁੰਦਾ ਹੈ, ਉਹ ਇਹ ਹੈ ਕਿ ਰਾਜ ਤਾਂ ਫਿਦਲ ਕਾਸਟਰੋ ਉਹਨਾਂ ਨੂੰ ਮਿਲ ਗਿਆ, ਤੇ ਪਰ ਚੇ ਗਵੇਰਾ ਨੇ ਅਖੀਰ ਉਹ ਕਹਿੰਦਾ ਵੀ ਚੱਲ ਲਈਏ ਹੁਣ ਇੱਥੇ ਦਸਤਖਤ ਹੁੰਦੇ ਨੇ, ਦੁਨੀਆਂ ਦੇ ਟੂਰ ਤੇ ਜਾ ਰਿਹਾ, ਨੋਟਾਂ ਤੇ ਦਸਤਖਤ ਹੁੰਦੇ ਨੇ। ਤੇ ਬਟੀਸਟਾ ਜਦ ਉੱਥੋਂ ਭੱਜਿਆ, ਪੁਰਤਗਾਲ ਚਲੇ ਗਿਆ ਤੇ ਮੰਡੇਰੇ ਦੇ ਵਿੱਚ ਉਹ ਰਿਹਾ ਤੇ ਹਾਰਟ ਅਟੈਕ ਨਾਲ ਸੋਰੀ ਮਰਿਆ 6 ਅਗਸਤ 1973 ਨੂੰ। ਸੋ ਐਨੀਵੇਜ਼, ਤੇ ਮੈਂ ਜਿਹੜੀ ਚੇ ਗਵੇਰੇ ਦੀ ਗੱਲ ਕਰਦਾ, ਉਹਨੇ ਆਪਣੇ ਲੋਕਾਂ ਦਾ ਦੁੱਖ ਮਹਿਸੂਸ ਕੀਤਾ। ਉਹ ਕਹਿੰਦਾ ਨਹੀਂ ਯਾਰ, ਹੁਣ ਮੈਨੂੰ ਇੱਥੋਂ, ਮੈਂ ਤਾਂ ਜਾਣਾ, ਕਿਹਨੂੰ ਪਤਾ ਸੀ, ਕੱਲਾ ਫਿਦਲ ਕਾਸਟਰੋ ਨੂੰ ਪਤਾ ਸੀ, ਕਿਸੇ ਨੂੰ ਨਹੀਂ ਸੀ ਦੱਸਿਆ। ਫਿਦਲ ਕਹਿੰਦੇ ਨੇ, ਫਿਦਲ ਗੱਲ ਨਹੀਂ ਕਰਦੇ ਹਲੇ ਵੀ ਲੋਕ ਕਾਸਟਰੋ ਦੀ, ਤੁਸੀਂ ਗੱਲ ਕਰਦੇ ਹੋ, ਪਤਾ ਕਹਿੰਦਾ ਗੱਲ ਨਾ ਕਰੇ, ਸਾਡਾ ਰਾਜਾ ਸੀ ਉਹ। ਚੇ ਗਵੇਰਾ ਉੱਥੋਂ ਚਲੇ ਗਿਆ, ਬੋਲੀਵੀਆ ਦੇ ਵਿੱਚ ਜਾ ਕੇ ਅਮੈਰੀਕਨ ਛਾਪੇਮਾਰਾਂ ਨੇ ਬੰਦਾ ਸ਼ਹੀਦ ਕੀਤਾ। ਹੁਣ ਜੇ ਉਹਨੇ ਬੰਦ ਖਲਾਸੀ ਉੱਥੇ ਸਾਊਥ ਅਮੈਰੀਕਾ ਦੇ ਦੇਸ਼ਾਂ ਦੇ ਵਿੱਚ ਕਰਨ ਦੀ ਗੱਲ, ਉਹਨੂੰ ਕੁਛ ਨਹੀਂ ਸੀ ਲੋੜ, ਹੈ ਕਿਸੇ ਚੀਜ਼ ਦੀ ਲੋੜ ਨਹੀਂ ਸੀ ਹੈ ਉਹਨੂੰ। ਇਹ ਜਿਹੜੀਆਂ ਰੂਹਾਂ ਨੇ, ਇਹ ਸਦੀਆਂ ਦੇ ਵਿੱਚ ਪੈਦਾ ਹੁੰਦੀਆਂ ਨੇ, ਜਿਹੜੀਆਂ ਮਨੁੱਖਤਾ ਲਈ ਲੜਦੀਆਂ ਨੇ। ਹਾਂ, ਸਰਕਾਰਾਂ ਨੇ ਮਨੁੱਖਤਾ ਲਈ ਲੜਨ ਵਾਲੇ ਬੰਦੇ ਨੂੰ ਕਿਸੇ ਖਾਤੇ ਚ ਪਾਉਣਾ, ਉਹਨੂੰ ਅੱਤਵਾਦ ਵੀ ਕਹਿਣਗੇ, ਵੱਖਵਾਦੀ ਕਹਿਣਗੇ, ਦੇਸ਼ ਧਰੋਹ ਕਹਿਣਗੇ, ਦੇਸ਼ ਤੋੜਨ ਵਾਲਾ ਕਹਿਣਗੇ। ਹੁਣ ਜ਼ੁਲਮ ਦੇ ਖਿਲਾਫ ਲੜਨਾ ਜਿਹੜਾ, ਉਹਨੂੰ ਜਿਹੜੇ ਮਰਜ਼ੀ ਖਾਤੇ ਚ ਪਾ ਲੈਣ, ਉਹ ਖਾਤੇ ਚ ਜਿਹਨੇ ਪੈਣਾ ਉਹ ਤਿਆਰ ਹੋਣਾ ਚਾਹੀਦਾ ਉਹਨੂੰ, ਵੀ ਮੇਰੇ ਨਾਲ ਆਹ ਵੀ ਹੋ ਸਕਦਾ, ਆਹ ਵੀ ਹੋ ਸਕਦਾ, ਆਹ ਵੀ। ਦੀਪ ਸਿੱਧੂ ਦੇ ਕੇਸ ਦੇ ਵਿੱਚ ਹੁਣ ਮੁੜ ਮੁੜ ਕੇ ਇਹੀ ਗੱਲਾਂ ਹੁੰਦੀਆਂ ਵੀ ਦੀਪ ਸਿੱਧੂ ਨੇ ਕਿਉਂ ਇਹ ਕੀਤਾ, ਕਿਆ ਸਰਾਈਆਂ, ਕਿਉਂਕਿ ਦਿਲ ਤਾਂ ਦੀਪ ਹੀ ਦੱਸ ਸਕਦਾ, ਹੋਰ ਨੀ ਕੋਈ ਦੱਸ ਸਕਦਾ। ਆਪਾਂ ਤਾਂ ਲੱਖਣੇ ਲਾ ਸਕਦੇ ਹਾਂ ਵੀ ਰਹਿੰਦੇ ਬੰਦੇ ਨੂੰ, ਵਧੀਆ ਜ਼ਿੰਦਗੀ ਭੋਗਦੇ ਨੂੰ, ਪੈਸਾ ਧੇਲਾ ਕਮਾਏ ਹੋਏ ਬੰਦੇ ਨੂੰ, ਪਰਿਵਾਰ ਦੇ ਹੈੱਡ ਦੇ ਤੌਰ ਤੇ ਦੋ ਛੋਟੇ ਭਾਈ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਉੱਪਰ ਹੈ, ਮਾਂ ਇਕੱਲੀ ਰਹਿੰਦੀ ਹੈ, ਪਿਤਾ ਜੀ ਹੈ ਨਹੀਂ, ਤੇ ਉਹਦੇ ਬਾਅਦ ਕੁਲਾੜੀ ਚ ਬਾਹਰ ਦੇਣੀ, ਬਾਕੀਆਂ ਦੇ ਵਿੱਚ ਬੈਠਾ, ਉਹ ਵੀ ਕਹਿੰਦਾ ਨਾ, ਵੱਧ ਅਧਿਕਾਰਾਂ ਵੀ ਕਹਿੰਦਾ, ਉਹ ਵੀ ਕਹਿੰਦਾ ਕਿਸਾਨਾਂ ਦੀ ਮਿਹਨਤ ਚਾਹੀਦੀ ਹੈ ਇੰਨਾ ਕਿ ਮੇਰੇ, ਬਾਕੀ ਵੀ ਕਰਦੇ ਸੀ ਰਲਵੀਂ ਮਿਲਵੀਂ ਗੱਲ। ਪਰ ਦੀਪ ਤੋਂ ਬਾਅਦ ਉਹਦੇ ਦਾ ਦੋਸ਼ ਲਾਤਾ ਜੀ, ਉਹ ਤਾਂ ਵੱਧ ਅਧਿਕਾਰਾਂ ਦੀ ਗੱਲ ਕਰਦਾ, ਤੇ ਇਹ ਤੇ ਪਹਿਲਾਂ ਫਿਰ ਤਾਂ 78 ਤੋਂ ਬਾਅਦ ਠੀਕ ਹੈ, ਬਹੁਤ ਲੋਕਾਂ ਦਾ ਇਹ ਆ ਵੀ ਕਿਸਾਨ ਸੰਘਰਸ਼ ਚ ਵੱਧ ਅਧਿਕਾਰਾਂ ਦੀ ਗੱਲ ਨਹੀਂ ਸੀ ਕਰਨੀ ਚਾਹੀਦੀ, ਕਿਸਾਨ ਸੰਘਰਸ਼ ਖਤਮ ਹੋਣ ਤੋਂ ਬਾਅਦ ਵੱਧ ਅਧਿਕਾਰਾਂ ਦੀ ਗੱਲ ਕਰ ਲੈਣੀ ਚਾਹੀਦੀ। ਮੈਂ ਗੱਲ ਕਿਸੇ ਹੱਦ ਤੱਕ ਕਿਸੇ ਦੀ ਠੀਕ ਹੋ ਸਕਦੀ ਹੈ, ਕਈਆਂ ਨੂੰ ਗਲਤ ਵੀ ਲੱਗਦੀ ਹੈ, ਪਰ ਮੈਂ ਤਾਂ ਵੈਸੇ ਕਹਿ ਰਿਹਾ ਜੇ ਬਾਅਦ ਚ ਵੀ ਹਟ ਕੇ ਵੀ ਜੇ ਵੱਧ ਅਧਿਕਾਰਾਂ ਦੀ ਗੱਲ ਕੀਤੀ, ਜਦ ਫੜਿਆ ਜਾਂਦਾ, ਜਦ ਵੀ ਕੇਸ ਤਾਂ ਇਹੀ, ਮਤਲਬ ਉਹਦਾ ਗੱਲ ਇਹ ਹੈ ਵੀ ਤੁਸੀਂ ਕਹਿ ਨਹੀਂ ਸਕਦੇ, ਕੋਈ ਗੱਲ ਨਹੀਂ ਕਰ ਸਕਦੇ। ਹੁਣ ਲੱਖੇ ਸਿਧਾਣੇ ਨੇ ਤਾਂ ਵੱਧ ਅਧਿਕਾਰਾਂ ਦੀ ਗੱਲ ਨਹੀਂ ਕੀਤੀ ਕਿਤੇ, ਦੱਸੋ ਕਿਤੇ ਕੀਤੀ ਹੈ? 26 ਜਨਵਰੀ ਵਾਲੀ ਪਰੇਡ ਚ ਉਹ ਗਿਆ ਨੀ, ਲਾਲ ਕਿਲੇ ਤੇ ਉਹ ਨੀ ਗਿਆ, ਹੁਣ ਉਹਦੇ ਪਿੱਛੇ ਕੱਢ ਨੀ ਪਈ ਆ ਸਰਕਾਰ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਨਹੀਂ ਇਹ ਸਭ ਕੁਛ ਅੱਛਾ, ਦੁਨੀਆਂ ਦੇ ਵਿੱਚ ਜਿਹੜੇ ਸੋਚਣ ਵਾਲੇ ਲੋਕ ਨੇ, ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ, ਜਿਹੜੇ ਸਾਖਰ ਲੋਕ ਨੇ, ਦੁਨੀਆਂ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਹੁਣ ਇਹ ਸੰਘਰਸ਼, ਲੋਕ ਸਿਰ ਜੋੜ ਕੇ ਵੇਖਦੇ। ਹਾਂ, ਇਹ ਮੈਂ ਨਾਲ ਦੱਸ ਦਵਾਂ ਵੀ ਦੁਨੀਆਂ ਦੇ ਸਰੋਕਾਰ ਨੇ, ਉੱਥੇ 1.5 ਅਰਬ ਬੰਦੇ ਦੀ ਮੰਡੀ ਹੈ, ਇੱਕ ਮੰਡੀ
ਜਿਹਦੇ ਵਿੱਚ ਬਿਲ ਗੇਟਸ ਨੇ ਵੀ ਵੇਖਿਆ ਹੋਇਆ, ਜਿਹਨੇ ਮਿਲੀਅਨਸ ਆਫ ਡਾਲਰ ਦੇ ਤੇ ਹਲੇ ਵੁਹਾਨ ਦੇ ਵਿੱਚ ਇਸ ਚੱਲਿਆ ਨਹੀਂ ਸੀ। ਇਹਨਾਂ ਲੋਕਾਂ ਨੂੰ ਤੁਸੀਂ ਪੈਸੇ ਵਾਲਿਆਂ ਨੂੰ ਇਹ ਨਾ ਵੇਖਿਆ ਕਰੋ ਖਰੈਟੀ ਸੰਸਥਾਵਾਂ, ਇਹਨਾਂ ਵੱਲੋਂ ਕੁਛ ਨਹੀਂ ਹੈ। ਖਰੈਟੀ ਸੰਸਥਾਵਾਂ ਦੇ ਥੱਲੇ ਇਹਨਾਂ ਨੇ ਪਤਾ ਨੀ ਕਿੰਨਾ ਟੈਕਸ ਬਚਾਉਣਾ, ਕਿਸ ਤਰ੍ਹਾਂ ਫਾਊਂਡੇਸ਼ਨ ਦੇ ਵਿੱਚ ਅਰਬਾਂ ਹੀ ਡਾਲਰ ਲਿਜਾ ਕੇ ਫਾਊਂਡੇਸ਼ਨ ਦੇ ਵਿੱਚੋਂ ਫਿਰ ਅਰਬਾਂ ਹੀ ਡਾਲਰ ਖਾਣੇ ਆ ਆਪਣੇ ਕੱਢ ਕੇ। ਫਾਊਂਡੇਸ਼ਨ ਦਾ ਕੰਟਰੋਲ ਆਪਣੇ ਕੋਲ ਰੱਖਣਾ, ਫਾਊਂਡੇਸ਼ਨ ਸਭ ਤੋਂ ਬੈਸਟ ਹੈ। ਅਮੀਰ ਬੰਦੇ ਫਾਊਂਡੇਸ਼ਨ ਰਾਹੀਂ ਛਕਦੇ ਆ, ਫਾਊਂਡੇਸ਼ਨ ਚ ਲੈ ਗਏ, ਫਾਊਂਡੇਸ਼ਨ ਚੋਂ ਕੱਢੇ, ਉਦੋਂ ਬਸ ਟੈਕਸ ਫਰੀ ਤੇ ਖੱਬੇ ਸੱਜੇ ਕਰਕੇ। ਹੁਣ ਵੁਹਾਨ ਦੇ ਇਸ ਤੋਂ ਇੱਕ ਮਹੀਨਾ ਪਹਿਲਾਂ ਬਿਲ ਗੇਟਸ ਆ ਜਿਹੜਾ ਉਹ ਕਹਿੰਦਾ ਵੀ ਬਹੁਤ ਵੱਡੀ ਮਹਾਮਾਰੀ ਆ ਰਹੀ ਹੈ, ਉਹਦੇ ਬਾਅਦ ਇੰਡੀਆ ਨੂੰ ਚੜ੍ਹਦਾ, ਉੱਥੇ ਪੈਸਾ ਧੇਲਾ ਦੇ ਕੇ ਆਉਂਦਾ। ਹੁਣ ਇਹਨਾਂ ਪੈਸਿਆਂ ਵਾਲਿਆਂ ਨੇ ਨਹੀਂ ਬੋਲਣਾ, ਆਮ ਲੋਕ ਬੋਲਣਗੇ, ਸੱਚ ਬੋਲਣਾ ਵੀ ਭਾਈ ਧੱਕਾ ਨਾ ਕਰੋ, ਕਿਸਾਨ ਬੰਦੇ 70% ਦੇਸ਼ ਦਾ ਵਿੱਚ ਉਹਨਾਂ ਦੀ ਵਸੋਂ ਆ, ਉਹਨਾਂ ਦੀ ਦਿੱਤੀ ਰੋਟੀ ਤੁਸੀਂ ਖਾਂਦੇ ਹੋ, ਉਹਨਾਂ ਨੇ ਆਪਣੀ ਜ਼ਿੰਦਗੀ ਹੂਲ ਕੇ ਜ਼ਿੰਦਗੀ ਗਾਲ ਕੇ ਤੁਹਾਡੇ ਮੂੰਹ ਚ ਰੋਟੀ ਪਾਈ ਆ। ਅੱਜ ਸਾਰੇ ਭਾਰਤ ਚ ਅਨਾਜ ਹੁੰਦਾ, ਪਰ 1965 ਚ ਨਹੀਂ ਸੀ ਹੁੰਦਾ, ਜਦ ਖਿੱਚੋ ਤਾਣ ਹੋ ਰਹੇ ਸੀ ਅਮਰੀਕਾ ਤੇ ਰੂਸ ਦੀ, ਵੀ ਕਿਹਦੇ ਵੱਲ ਨੂੰ ਉਲਾਰ ਹੋਵੋ। ਅਸੀਂ ਆਪਣੀ ਹਿੱਕ ਤੇ ਬੀਜਿਆ ਪੈਸਟੀਸਾਈਡ ਰਿਓ ਤੇ ਜੇ ਤੇ ਬੋਕਾ, ਦੇਸੀ ਰੂੜੀਆਂ ਤੋਂ ਬਿਨਾਂ ਤੇ ਦੇਸੀ ਕਣਕ ਤੋਂ ਬਿਨਾਂ ਕੁਛ ਨੀ ਸੀ ਪੰਜਾਬ ਚ, ਕਪਾਹਾਂ ਮੱਕੀਆਂ ਤੇ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਪੂਰੀ ਕਰਨ ਲਈ ਕਿਸਾਨੀ ਹੁੰਦੀ, ਰੱਜ ਕੇ ਖਾਂਦੇ, ਜਿੰਨੀ ਕੋਈ ਵੱਧ ਹੁੰਦੀ 10 ਗੱਟੇ 10 ਬੋਰੀਆਂ ਸਿੱਟੇ ਆਉਂਦੇ। ਜਿਉਂ ਹੀ ਇਹ ਵੱਧ ਜਿਹੜੀ ਉਗਾਉਣ ਦੀ ਗੱਲ ਬਣੀ ਤੇ ਉਸ ਉਗਾਉਣ ਦੇ ਵਿੱਚੋਂ ਅੱਜ ਜਿਹੜਾ ਜੱਟ ਜਿਹੜਾ ਉੱਥੇ ਬਰਬਾਦ ਹੋਇਆ ਬੈਠਾ, ਜਿਹੜਾ ਮਜ਼ਦੂਰ ਬਰਬਾਦ ਹੋਇਆ ਬੈਠਾ, ਵੱਧ ਉਗਾਉਣ ਦੇ ਵਿੱਚੋਂ ਹੀ ਹੋਇਆ। ਵੱਧ ਉਗਾਈ, ਵੱਧ ਪੈਸੇ ਆਏ, ਵੱਧ ਪੈਸੇ ਆਏ, ਐਸੋ ਇਸ਼ਰਤ ਆਈ, ਐਸੋ ਇਸ਼ਰਤ ਆਈ, ਡੇਰੇ ਖੁੱਲ ਗਏ, ਡੇਰੇ ਖੁੱਲ ਗਏ, ਧਰਮ ਨੂੰ, ਧਰਮ ਤੋਂ ਲੋਕ ਪਰਾਂ ਹੋ ਗਏ, ਧਰਮ ਤੋਂ ਇਹ ਵਿੱਚ ਪ੍ਰੋਬਲਮ ਹੋ ਗਈ, ਕਮਾਈਆਂ ਘੱਟ ਗਈਆਂ, ਜਿਹੜੇ ਖਰਚੇ ਵੱਧ ਗਏ, ਖਰਚੇ ਪੂਰੇ ਕਰਨ ਲਈ ਜ਼ਮੀਨਾਂ ਰਹਿਣ ਹੋ ਗਈਆਂ, ਜ਼ਮੀਨਾਂ ਰਹਿਣ ਤੋਂ ਬਾਅਦ ਪਰਦੇਸੀ ਹੋ ਗਏ, ਕੁਛ ਨਸ਼ੇ ਚ ਡੁੱਬ ਗਏ, ਕੁਛ ਆਲੇ ਦੁਆਲੇ ਅਮੀਰ ਨੂੰ ਦੇਖ ਕੇ ਚਾਹੁੰਦੀ ਲੱਗ ਕੇ ਝਾਕ ਕੇ ਉੜ ਗਏ, ਤੇ ਹੁਣ ਅਵੈਂਚੁਅਲੀ ਆ ਕੇ ਡੂ ਔਰ ਡਾਈ ਵਾਲੀ ਸਿਚੁਏਸ਼ਨ ਤੇ ਬੈਠੇ ਨੇ, ਤਾਂ ਦਿੱਲੀ ਲੋਕ ਬੈਠੇ ਜਾ ਕੇ। ਹੁਣ ਇਹਦੇ ਚ ਵਖਰੇਵੇਂ ਕਿਸੇ ਵੀ ਸੰਘਰਸ਼ ਦੇ ਵਿੱਚ ਹੋਣੇ ਨੇ, ਇਹ ਆਪਾਂ ਨੂੰ ਵਖਰੇਵਿਆਂ ਦਾ ਰੌਲਾ ਨਹੀਂ, ਪਰ ਕਿਸਾਨ ਮੋਰਚਾ, ਕਿਸਾਨ ਸੰਘਰਸ਼ ਜਿੱਤਿਆ ਜਾਣਾ ਚਾਹੀਦਾ। ਸਰਕਾਰ ਇਸ ਗੱਲਾਂ ਦੇ ਮੰਗਾਂ ਦੇ ਨੇੜੇ ਆ ਰਹੀ ਹੈ, ਹੋ ਸਕਦਾ 2 ਹਫ਼ਤੇ ਦੇ ਵਿੱਚ ਗੱਲ ਮੁੱਕ ਜਾਵੇ, ਜਿਵੇਂ ਕੁਛ ਖਬਰਾਂ ਮਿਲ ਰਹੀਆਂ। ਸਾਹਿਬ ਪ੍ਰਭਜੋਤ ਪਾਲ ਸਿੰਘ ਜੀ ਲਾਈਨ ਨੰਬਰ 2। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਵੀਰ ਜੀ। ਹਾਂਜੀ ਸਿੰਘ ਸਾਹਿਬ, ਤੁਸੀਂ ਜਿੱਦਾਂ ਦੀਪ ਸਿੱਧੂ ਹੋਣਾ ਦੇ ਸੰਘਰਸ਼ ਦੀ, ਲੱਖੇ ਸਿਧਾਨੇ ਉਹਨਾਂ ਦੀ ਗੱਲ ਕਰਦੇ ਸੀ, ਬਿਲਕੁਲ ਇਹੋ ਬਦਕਿਸਮਤ ਹੀ ਆ ਕਿ ਉੱਥੇ ਸਿਰਫ ਤੇ ਸਿਰਫ ਲੋਕਾਂ ਨੂੰ ਡਰਾਉਣ ਲਈ ਜਿਹੜਾ ਪ੍ਰਸ਼ਾਸਨ ਦੀ ਵਰਤੋਂ ਕੀਤੀ ਜਾਂਦੀ ਹੈ, ਨਾ ਕਿ ਕਾਨੂੰਨਾਂ ਨੂੰ ਧਿਆਨ ਚ ਰੱਖ ਕੇ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਜੇ ਕੋਈ ਕਾਨੂੰਨ ਦੇ ਖਿਲਾਫ ਜਾ ਕੇ ਕੋਈ ਗੱਲ ਹੁੰਦੀ ਆ, ਉਸ ਗੱਲ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਆ, ਪਰ ਜੇ ਸਿਰਫ ਤੇ ਸਿਰਫ ਉੱਥੇ ਜਿਹੜਾ ਸ਼ਾਸਕ ਹੈਗਾ ਆ ਉਹਦਾ ਰੋਹ ਪਾਉਣ ਲਈ ਕਾਨੂੰਨ ਨੂੰ ਦੁਰਵਰਤੋਂ ਕਰਨੀ ਆ, ਉਹ ਤਾਂ ਮਾੜੀ ਗੱਲ ਆ। ਹੁਣ ਇਹੋ ਜਿੱਦਾਂ ਇਹਨਾਂ ਦੀ ਤਾਂ ਹੈਗੀ ਆ ਲੱਖੇ ਸਿਧਾਨੇ ਦੀਪ ਸਿੱਧੂ ਹੋਣਾ ਦੀ ਗੱਲ, ਮੈਂ ਅੱਜ ਹੁਣ ਖਬਰਾਂ ਰੇਡੀਓ ਤੁਹਾਡੇ ਤੇ ਸੁਣ ਰਿਹਾ ਸੀ, ਉਹਦੇ ਵਿੱਚ ਇੱਕ ਸਿੱਖ ਤੇ 2 ਤਲਵਾਰਾਂ ਰੱਖਣ ਦਾ ਕੇਸ ਜਿਹੜਾ ਆ ਦਰਜ ਹੋਇਆ ਹੈਗਾ। ਅਸੀਂ ਜਦੋਂ ਸਾਡੇ ਕੋਈ ਗੱਲ ਕਰਦਾ ਅਸੀਂ ਨਾ ਵੀ ਸ੍ਰੀ ਸਾਹਿਬ ਸਾਨੂੰ ਜਿਹੜੇ ਆ ਸਾਡਾ ਉਹ ਸਿੱਖ ਧਰਮ ਦਾ ਇੱਕ ਹਿੱਸਾ ਹੈਗੇ ਆ, ਅਸੀਂ ਉਹਨਾਂ ਦਾ ਮਜ਼ਾਕ ਉਡਾਉਂਦੇ ਰਹੇ, ਅੱਜ ਵੀ ਹਾਲਾਤ ਇਹੋ ਜਿਹੇ ਹੈਗੇ ਆ। ਅਸੀਂ ਜਿਹੜਾ ਕੋਈ ਸਾਡੇ ਹੱਕਾਂ ਦੀ ਗੱਲ ਕਰਦਾ, ਸਾਡੇ ਲਈ ਸੰਘਰਸ਼ ਕਰਦਾ, ਅਸੀਂ ਉਹਦਾ ਸਾਥ ਛੱਡ ਕੇ ਭੀੜਾਂ ਨਾਲ ਜੁੜਨ ਦੀ ਸਾਡੀ ਜਿਹੜੀ ਤਰਬੀਅਤ ਹੈਗੀ ਆ, ਅੱਜ ਵੀ ਅਸੀਂ ਸਿਰਫ ਜਿਹੜਾ ਇਕੱਠ ਨਾਲ ਤੁਰ ਕੇ ਰਾਜੀ ਹਾਂ, ਜਿਹੜਾ ਹੱਕ ਨਾਲ ਤੁਰ ਕੇ ਬਿਲਕੁਲ ਰਾਜੀ ਨਹੀਂ ਹੈਗੇ। ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ 23 ਫਰਵਰੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਆ ਇਹ ਜਿਹੜੇ ਜਿੰਨੇ ਵੀ ਜਿਹੜੇ ਹੈਗੇ ਆ ਫੜੇ ਗਏ ਆ, ਜਿਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਹਨਾਂ ਦੀ ਰਿਹਾਈ ਲਈ ਜੇ ਨਹੀਂ ਉਦੋਂ ਤੱਕ ਹੁੰਦੀ ਤਾਂ ਫਿਰ ਉੱਥੋਂ ਜਿਹੜਾ ਗ੍ਰਿਫ਼ਤਾਰੀਆਂ ਦਾ ਇੱਕ ਸਿਲਸਿਲਾ ਸ਼ੁਰੂ ਕੀਤਾ ਜਾਊਗਾ, ਉਹਨਾਂ ਦੇ ਹੱਕਾਂ ਵਿੱਚ ਜਿਹੜੀ ਆਵਾਜ਼ ਚੁੱਕਣੀ ਸ਼ੁਰੂ ਕੀਤੀ ਜਾਊਗੀ। ਜਿਹੜਾ ਮੇਨ ਜਿਹੜੀ ਗੱਲ ਹੈਗੀ ਆ, ਜਿਹੜਾ ਕੋਈ ਹੱਕਾਂ ਦੀ ਗੱਲ ਕਰਦਾ ਆ ਉਹਦੇ ਤੋਂ ਪਤਾ ਨੀ ਮੀਡੀਆ ਵੀ ਕਿਉਂ ਜਿੱਦਾਂ ਮੂੰਹ ਮੋੜ ਕੇ ਹੋਰ ਹੀ ਖ਼ਬਰਾਂ ਦੇਈ ਜਾਂਦੇ ਰਹਿੰਦੇ, ਕਦੀ ਕਿਸੇ ਨੇ ਹੱਕ ਦੇ ਲਈ ਖੜਨ ਵਾਲੇ ਦੇ ਕਦੇ ਹੱਕ ਵਿੱਚ ਵੀ ਗੱਲ ਨੀ ਕੀਤੀ। ਧੰਨਵਾਦ ਆ ਤੁਸੀਂ ਜਿਹੜਾ ਅੱਜ ਸਵੇਰੇ ਵੀ ਜਿਹੜਾ ਹੈਗਾ ਨਵ ਕੌਰ ਦੇ ਜਿਹੜੇ ਹੈਗੇ ਆ ਨਵਦੀਪ ਕੌਰ ਦੀ ਜਿਹੜੀ ਸਿਸਟਰ ਨੂੰ ਲੈ ਕੇ ਆਏ ਆ, ਘੱਟੋ ਘੱਟ ਅਵੇਅਰਨੈਸ ਤਾਂ ਕਰ ਰਹੇ ਹੈਗੇ ਆ। ਬਾਕੀ ਉਹ ਜਿਹੜੀ ਦਿਸ਼ਾ ਹੈਗੀ ਅੱਜ ਜਿੰਨੇ ਵੀ ਆ ਉੱਥੇ ਹਿੰਦੁਸਤਾਨ ਦੀ ਸਰਕਾਰ ਧੱਕਾ ਕਰ ਰਹੀ ਆ, ਤੇ ਅਸੀਂ ਸਿਰਫ ਤੇ ਸਿਰਫ ਚੰਦ ਬੁਰਕੀਆਂ ਲਈ ਸੰਘਰਸ਼ ਕਰ ਰਹੇ ਹਾਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ ਖਾਲਸਾ ਤੇ ਦਿਓਲ ਸਾਹਿਬ, ਤੁਸੀਂ ਇਹ ਤੇ ਲਾਈਨ ਨੰਬਰ
ਹਾਂਜੀ ਸਤਿ ਸ੍ਰੀ ਅਕਾਲ ਗੁਰ ਸਾਹਿਬ। ਸਤਿ ਸ੍ਰੀ ਅਕਾਲ ਵੀਰ ਜੀ। ਗੁਰ ਸਾਹਿਬ ਦੇਖੋ, ਪਹਿਲੇ ਦਿਨ ਤੋਂ ਜਦੋਂ ਸੰਘਰਸ਼ ਚੱਲਿਆ ਹੈਗਾ, ਦੇਖੋ ਸਾਰਿਆਂ ਨੂੰ ਪਤਾ ਆ ਆਪਣੇ ਆਪਣੇ, ਜਿੰਨਾ ਚਿਰ ਜੇ ਤਾਂ ਕਿਸੇ ਨੇ ਧੜੇ ਦੀ ਗੱਲ ਕਰਨੀ ਹੈ, ਸਟੇਟ ਵੱਲ ਖੜ ਜਾਵੇ, ਵਿਸ਼ਾ ਕੋਈ ਮੁੰਡਿਆਂ ਵੱਲ ਖੜ ਜਾਵੇ ਜਾਂ ਜੂਨੀਅਰ ਨਾਲ ਖੜ ਜਾਵੇ, ਫੇਰ ਤੱਕ ਉਹ ਗੱਲ ਕਦੇ ਨਿਬੜਨੀ ਨੀ। ਹੁਣ ਜਿੰਨਾ ਚਿਰ ਪੰਜਾਬ ਦੇ ਵਿੱਚ ਇਹ ਦਿੱਲੀ ਨੀ ਗਏ ਸੀਗੇ, ਸਟੇਟ ਨੇ ਜਿਹੜੇ ਇਹੀ ਆਗੂ ਸੀਗੇ ਇਹਨਾਂ ਨੂੰ ਮੀਟਿੰਗ ਤੱਕ ਦੀ, ਮੰਨ ਲਓ ਉਹ ਜਾਣੀ ਜਿਹੜੇ ਉਹ ਸੈਕਟਰੀ ਵਗੈਰਾ ਉਹਨੇ ਗ੍ਰਹਿ ਮੰਤਰੀਆਂ ਦੀ, ਉਹਨਾਂ ਨਾਲ ਮੀਟਿੰਗ ਤੱਕ ਮਸ਼ੀਨ ਦੀ ਬਣਦੀ ਸੀਗੀ, ਤੇ ਇਹਨਾਂ ਨੂੰ ਲੇਲੜੀਆਂ ਕਢਾਈਆਂ ਪਈਆਂ ਸੀਗੀਆਂ, ਕੋਈ ਅਮੈਂਡਮੈਂਟ ਤੱਕ ਤਾਂ ਨੀ ਸੀਗਾ, ਤੇ ਇਹਨਾਂ ਨੂੰ ਕੋਈ ਪੁੱਛਦਾ ਵੀ ਤੁਹਾਨੂੰ ਉਹ ਕਹਿੰਦੇ ਕਿ ਤੁਸੀਂ ਆਪਣੀ ਸਮੱਸਿਆ ਦੱਸੋ ਵੀ ਕੀ ਗਲਤ ਹੈ ਕਾਨੂੰਨ, ਜਿਹਨਾਂ ਨੂੰ ਕੋਈ ਪੁੱਛਦਾ ਨੀ, ਇਹਨੀ ਵਿਚਾਰਿਆਂ ਨੇ ਜ਼ੋਰ ਲਾ ਲਿਆ ਜਿੱਦਣ ਚਲੋ ਉੱਥੇ ਟੱਪ ਕੇ ਗਏ ਆ, ਉਸ ਤੋਂ ਬਾਅਦ ਅਮੈਂਡਮੈਂਟਾਂ ਹੋਣੀ ਜੀ, ਸਾਰਾ ਨੌਜਵਾਨੀ ਦੇ ਨਾਲ ਜੋ ਰੱਖ ਲਓ ਪੰਜਾਬ ਦੀ ਚੜ੍ਹਦੀ ਕਲਾ ਵਾਲਾ ਇਤਿਹਾਸ ਸਿਰਜਿਆ ਗਿਆ, ਉਹਦੇ ਰਾਹੀਂ ਪਿੱਛੇ ਤੱਕ ਪਹੁੰਚੇ ਆ। ਔਰ ਇੱਕ ਬੰਦੇ ਨੂੰ ਧਿਰ ਬਣਾਉਣੇ, ਮੰਨ ਲਓ ਸਟੇਟ ਨੇ ਹਰ ਤਰ੍ਹਾਂ ਦਾ ਨੈਰੇਟਿਵ ਸਿਰਜਣਾ, ਤੁਸੀਂ ਉਸ ਨੈਰੇਟਿਵ ਦਾ ਇੰਨਾ ਆਪਣੇ ਆਪ ਪ੍ਰਭਾਵ ਲੈ ਕੇ ਤੁਸੀਂ ਕਿਸੇ ਨੂੰ ਕਦੇ ਦੀਪ ਨੂੰ ਲੱਭ ਲਿਆ, ਕਦੇ ਲੱਖੇ ਨੂੰ ਲੱਭ ਲਿਆ। ਔਰ ਮੈਨੂੰ ਇਹ ਦੱਸਣ ਵੀ ਬਾਕੀ ਜਿੱਦਣ 10 ਦਸੰਬਰ ਨੂੰ ਅਗਰਾਹਾਂ ਵਾਲੇ ਨੇ ਨਕਸਲੀਆਂ ਵਾਲਿਆਂ ਦੀਆਂ ਫੋਟੋਆਂ ਲਾ ਕੇ ਸ਼ਰੇਆਮ ਸਾਰਾ ਕੁਛ ਕੀਤਾ ਹੈਗਾ, ਉਹਦਾ ਦੱਸੋ ਵੀ ਕਿਸਾਨੀ ਸੰਘਰਸ਼ ਨਾਲ ਕੀ ਸੰਬੰਧ ਸੀਗਾ, ਕਿਸੇ ਨੇ ਅਗਰਾਹਾਂ ਵਾਲੇ ਨੂੰ ਪੁੱਛਿਆ? ਅੱਜ ਉਹ ਅਗਰਾਹਾਂ ਵਾਲਾ ਅੱਜ ਸ਼ਰੇਆਮ ਖਾਲਿਸਤਾਨ ਤੇ ਹਿੰਦੂ ਰਾਸ਼ਟਰ ਦੇ ਪੋਸਟਰ ਲਾ ਕੇ ਰੈਲੀਆਂ ਕੱਢ ਰਿਹਾ ਪੰਜਾਬ ਚ, ਮੈਨੂੰ ਦੱਸੋ ਵੀ ਉਹਨਾਂ ਦਾ ਕਿਸਾਨੀ ਸੰਘਰਸ਼ ਨਾਲ ਕੀ ਸੰਬੰਧ ਆ? ਕੋਈ ਉਹਨਾਂ ਨੂੰ ਪੁੱਛਦਾ? ਕੋਈ ਮੀਡੀਆ? ਕੋਈ ਇਹ ਦੇਖੋ ਸ਼ਰੇਆਮ ਲੋਕਾਂ ਨੂੰ ਬੇਵਕੂ ਬਣਾਇਆ ਜਾ ਰਿਹਾ ਜੁਨੀਆ ਨਾਲੋਂ, ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਧੜੇ ਬੰਦੀਆਂ ਇਹਨਾਂ ਦੀਆਂ ਸਟੇਟ ਨਾਲ ਕੇ, ਕਿਉਂਕਿ ਇਹਨਾਂ ਨੇ ਕਦੇ ਵੀ ਇਤਿਹਾਸ ਪੜ ਲਿਓ, ਜੁਨੀਆ ਦਾ 5-7-10 ਮੰਗਾਂ ਰੱਖ ਕੇ ਵਿੱਚੋਂ ਇੱਕ ਅੱਧੀ ਮਨਾਉਂਦੇ ਹੁੰਦੇ ਆ ਤੇ ਆਪ ਆ ਜਾਂਦੇ, ਕਦੇ ਫੁੱਲ ਮੰਗ ਨਹੀਂ ਲੈਂਦੇ, ਨਾ ਇਹਨਾਂ ਦਾ ਸੰਘਰਸ਼ ਆ। ਹੁਣ ਉਹਦੇ ਵਿੱਚ ਨੌਜਵਾਨ ਹੁਣ ਤੱਕ ਸਮੱਸਿਆ ਬਣੇ ਪਏ ਆ ਇਸ ਸਮਝੌਤੇ, ਕਿਉਂਕਿ ਨੀ ਪਹਿਲਾਂ ਕਾਨੂੰਨ ਰੱਦ ਰਿਪੀਲ ਦਾ ਰੌਲਾ ਪਾ ਲਿਆ, ਕਿਉਂਕਿ ਜੇ ਮੁੰਡਿਆਂ ਨੂੰ ਨਹੀਂ ਤੁਸੀਂ ਪਿੱਛੇ ਕਰਦੇ, ਉਹਨਾਂ ਨੇ ਸਮਝੌਤਾ ਨਹੀਂ ਹੋਣ ਦੇਣਾ। ਉਹ ਚ ਦੀਪ ਸਿੱਧੂ ਅੰਦਰ ਚਲੇ ਗਿਆ, ਲੱਖਾ ਵਧਾਣਾ ਚਲੇ ਗਿਆ, ਮੁੰਡੇ ਜਿੰਨੇ ਤਕਰੀਬਨ ਸੀਗੇ ਜਿਹੜੇ ਚੜ੍ਹਦੀ ਕਲਾ ਵਾਲੇ ਹੈਗੇ, ਅੱਜ ਉਹ ਮੁੰਡਾ ਨਵਰੀ ਕਿਹੜਾ ਆਪਣੇ ਨਵਰੀਕ ਤਾਂ ਆਪਣੇ ਜਿਹੜਾ ਸੋਰੀ ਤੁਸੀਂ ਉਹ ਜਿਹੜਾ ਹਰਿਆਣੇ ਵਾਲਾ ਮੁੰਡਾ ਹੈਗਾ ਜਿਹਨੇ ਭੰਨੀਆਂ ਹੈਗੀਆਂ ਪਾਣੀ ਦੀਆਂ ਹਥਿਆਰਾਂ ਵਾਲਾ, ਉਹਨੇ ਵੀ ਅੱਜ ਹਾਂਜੀ ਉਹਨੇ ਵੀ ਅੱਜ ਸ਼ਰੇਆਮ ਕਹਿਤਾ ਨੇ ਸਟੇਟ ਤੋਂ, ਕਹਿੰਦਾ ਤੁਸੀਂ ਆਪਣੀ, ਕਹਿੰਦਾ ਜ਼ਿੰਮੇਵਾਰੀ ਪਹਿਲਾਂ ਉਹ ਵੀ ਵਿੱਚ ਥੋੜੀਆਂ ਹੋ ਗਿਆ ਸੀਗਾ ਤੇ ਉਹਨੂੰ ਸਮਝ ਨਹੀਂ ਆਈ, ਉਹ ਕਹਿੰਦਾ ਤੁਸੀਂ ਤੁਹਾਡੀ ਗਲਤੀ ਛੱਬੀ ਵਾਲੀ, ਕਹਿੰਦਾ ਤੁਸੀਂ ਜ਼ਿੰਮੇਵਾਰੀ ਲੈਣ ਤੋਂ ਭੱਜੇ ਆ। ਮੇਰਾ ਕਹਿਣ ਤੋਂ ਭਾਜ ਆ ਬਈ ਇਹ ਹੁਣ ਮੁੰਡੇ ਜਿੰਨੇ ਸੀਗੇ ਇੱਥੋਂ ਗਿੱਲ ਰੋਂ ਤਾਂ ਆਪਣੇ ਇੱਛੋ ਸਰੀ ਤੋਂ ਗਿਆ ਆ ਮੁੰਡਾ, ਜਾਂ ਉੱਥੇ ਆਪਣੇ ਸਟਾਲਮਵੀਰ ਆ, ਪ੍ਰਗਟ ਸਿੰਘ ਲਟਣਾ ਵਾਲੇ ਦਾ ਮੁੰਡਾ, ਜਾਂ ਹੋਰ ਜਿੰਨੇ ਉੱਥੇ ਭਾਨਾ ਸਿੱਧੂ ਮੁੰਡੇ ਜਿੰਨੇ ਸੀਗੇ ਉਹ ਸਾਰੇ ਪੰਜਾਬ ਨੂੰ ਮੁੰਡੇ ਉਹ ਕਹਿੰਦੇ, ਕਿਉਂਕਿ ਮੁਖਬਰੀਆਂ ਕਰ ਰਹੇ ਉਹਨਾਂ ਦੀਆਂ ਮੁੰਡਿਆਂ ਦੀਆਂ ਖੁਦ। ਔਰ ਤੁਸੀਂ ਮੁੰਡਿਆਂ ਨੂੰ ਕਿਹੜੀ ਤਰੀਕੇ ਨਾਲ ਕਹਿ ਦਿੰਦੇ ਉੱਥੇ ਜਾਣ ਨੂੰ ਤਿਆਰ ਨਹੀਂ? ਹੁਣ ਅੱਜ ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਜ਼ਾਰਾਂ ਮੁੰਡਿਆਂ ਨੇ ਇਕੱਠ ਕੀਤਾ ਦੀਪ ਸਿੱਧੂ ਲੱਖੇ ਇਹਨਾਂ ਦੇ ਹੱਕ ਦੇ ਵਿੱਚ, ਉਹੀ ਰਜਿੰਦਰ ਕਾਮਰੇਡ ਦੇ ਪਿੰਡ ਜਾ ਕੇ ਉਹਨਾਂ ਦੇ ਪਿੰਡ ਵਾਲਿਆਂ ਨੇ ਰੈਲੀ ਕੱਢੀ ਠੋਕ ਕੇ ਵੀ ਇਹ ਅਸੀਂ ਉਹਨਾਂ ਮੁੰਡਿਆਂ ਦੇ ਨਾਲ ਖੜੇ ਆ, ਉਹਦੇ ਕਾਰਨ ਦੀਪ ਸਿੱਧੂ ਦੇ ਪਿੰਡ ਤੋਂ ਆਉਣ ਵਾਲੇ ਦਿਨਾਂ 'ਚ ਰੈਲੀਆਂ ਕੱਢੀਆਂ। ਮੰਨ ਲਓ ਸਾਰੇ ਪੰਜਾਬ ਪੂਰੇ ਚੰਡੀ, ਕਹਿਣ ਤੋਂ ਭਾਵ ਹੈ ਜਿੰਨਾ ਚਿਰ ਅਸੀਂ ਆਪਣੀ ਜਿਹੜੀ ਇੱਕ ਹੈ ਨਾ ਨੈਰੇਟਿਵ ਸਿਰਜਿਓ ਆ, ਭਾਵੇਂ ਸਾਡੇ ਬਜ਼ੁਰਗਾਂ ਦੇ ਆ, ਬਿਸ਼ੱਕ ਸਾਡੇ ਪੜ੍ਹਿਆਂ ਲਿਖਿਆਂ ਨੇ ਆ, ਵੀ ਆਹ ਜੋ ਅਸੀਂ ਘੜ ਲਿਆ ਜੀ ਕੱਟੜਵਾ ਫਲਾਨਾ ਧਮਕਾਨਾ, ਇਹ ਚੀਜ਼ਾਂ ਲੰਘ ਚੁੱਕਾ ਸਮਾਂ ਆ। ਹੁਣ ਤੁਹਾਡੀ ਇਹ ਗੱਲ ਨਹੀਂ ਚੱਲਣੀ, ਕਿਸੇ ਪਲੇਟਫਾਰਮ ਤੇ ਆ ਕੇ ਕਿਸੇ ਨਾਲ ਵੀ ਗੱਲ ਕਰ ਲਓ ਤੇ ਤੁਹਾਨੂੰ 10 ਮਿੰਟਾਂ 'ਚ ਅਗਲਾ ਝੂਠਾ ਸਿੱਧ ਕਰਦਾ ਜਿਹੜੀਆਂ ਇੱਕ ਪਾਸੇ ਤੁਸੀਂ ਨੈਰੇਟਿਵ ਸਿਰਜਦੇ ਆ। ਮੇਰੇ ਖਿਆਲ ਨਾਲ ਇਹ ਹੁਣ ਸਮਝੌਤਾ ਹੋਣਾ, ਜਿਹੜਾ ਤੁਸੀਂ ਕਿਹਾ 10-12 ਦਿਨਾਂ 'ਚ, ਇਹਨਾਂ ਦੇ ਵਿੱਚੋਂ ਕਿਸੇ ਦਾ ਇੱਕ ਅੱਧਾ ਧੀ ਪੁੱਤ ਚੱਕਿਆ ਹੁੰਦਾ, ਇੱਕ ਅੱਧਾ ਇਹਨਾਂ ਨੂੰ ਮਾਰਿਆ ਹੁੰਦਾ, ਜਾਂ ਇੱਕ ਅੱਧਾ ਇਹਨਾਂ ਨੇ ਕਦੇ ਢਿੱਲ ਕਰਨੀ ਸੀ ਇਹਨਾਂ ਆਗੂਆਂ ਨੇ, ਕਿਹਨੇ ਨਹੀਂ? ਹੁਣ ਨੋਟਾਂ ਦੇ ਢੇਰ ਤੇ ਬੈਠੇ ਆ ਤੇ ਆਪਣੀਆਂ ਗੱਲਾਂ ਕਰੀ ਜਾਂਦੇ, ਫੇਰ ਨੂੰ ਆ ਕੇ ਤਕਾਲਾਂ ਨੂੰ ਮੁੱਕਰ ਜਾਂਦੇ ਆ, ਰੋਜ਼ ਕਰਦੇ ਉਹ ਵਿਚਾਰੇ ਨਵਰੀਤ ਸਿੰਘ ਦੇ ਦਾਦੇ ਨੂੰ, ਹਰਦੀਪ ਸਿੰਘ ਡਿਬਡਵਾ ਵਾਲੇ ਨੂੰ, ਇਹਨਾਂ ਨੇ ਕਿੰਨਾ ਖੱਜਲ ਕੀਤਾ ਸਵਾਏ ਸੁਖਪਾਲ ਸਿੰਘ ਖਹਿਰਾ ਤੋਂ, ਜਾਂ ਹੁਣ ਸਿਮਰਜੀਤ ਸਿੰਘ ਮਾਨ ਖੜਨ ਲੱਗੇ ਆ, ਜਾਂ ਹੁਣ ਕੁਛ ਵਕੀਲਾਂ ਦੀਆਂ ਟੀਮਾਂ ਖੜਨ ਲੱਗੀਆਂ, ਉਹਨਾਂ ਕਰਕੇ ਹੀ ਮਾਨ ਮਿਲਿਆ, ਖਹਿਰੇ ਉਹਨਾਂ ਕਰਕੇ ਮਾਨ ਮਿਲਿਆ, ਨਹੀਂ ਰੁਲ ਗਿਆ ਸੀ ਵਿੱਚੇ ਮੁੰਡਾ ਉਹਦਾ। ਬਿਲਕੁਲ ਕਿੰਡੇ, ਮੈਂ ਕਹਿੰਦਾ ਬੇਸ਼ਰਮ ਹੈ, ਉਸ ਤੋਂ ਬਾਅਦ ਵੀ ਉਹਨਾਂ ਖੜ ਕੇ ਵੀ ਹਾਲੇ ਤੱਕ ਇੰਨੀ ਕਹਿਣ ਦੀ ਹਿੰਮਤ ਨਹੀਂ, ਯਾਰ ਅਸੀਂ ਜ਼ਿੰਮੇਵਾਰੀ ਲੈਂਦੇ ਆ। ਉਹ ਮੈਂ ਤਾਂ ਡਾਕਟਰ ਧਰਮੀਰ ਗਾਂਧੀ ਨੂੰ ਕਹਿੰਦਾ, ਮੈਂ ਕਹਿੰਦਾ ਲਾਣ ਤਾਂ ਮੈਂ ਤਾਂ ਸਿੱਧੇ ਉਹਦੇ ਸੋਸ਼ਲ ਮੀਡੀਆ ਤੇ ਜਾ ਕੇ ਲਿਆਦਾ, ਮੈਂ ਕਿਹਾ ਤੇਰੀ ਜ਼ੋਰ ਤੇ ਤਾਂ ਤੂੰ ਹੁਣ ਫੈਡਰਲਵਾਦ ਦੀ ਗੱਲ ਕਿਉਂ ਨਹੀਂ ਕਰਦਾ? ਮੈਂ ਕਿਹਾ ਤੈਨੂੰ ਅਸੀਂ ਇੱਥੇ ਜਦੋਂ ਤੈਨੂੰ ਸਰਟੀਫਿਕੇਟ ਦਿੰਦੇ ਗਏ ਗੱਦਾਰੀਆਂ ਦੇ, ਇੱਥੇ ਆਵਾਂ ਦੀ ਪਾਰਟੀ ਵਾਲੇ, ਮੈਂ ਕਿਹਾ ਅਸੀਂ ਇੱਥੇ ਤੈਨੂੰ ਲਿਆ ਕੇ ਖੜ ਕੇ ਸਰੀ ਦੇ ਵਿੱਚ ਕਿਹਾ ਵੀ ਆ ਤੈਨੂੰ ਕੋਈ ਗੱਦਾਰ ਕਹਿ ਕੇ ਦਿਖਾ ਲੇ, ਅੱਜ ਮੈਂ ਕਿਹਾ ਤੂੰ ਉਹਨਾਂ ਦੇ ਨਾਲ ਫੇਰ ਰਲ ਕੇ ਲੱਗਾਇਆ ਕਰਨ, ਕਿਉਂਕਿ ਗੱਲ ਇਹ ਨਹੀਂ ਹੁੰਦੀ ਵੀ ਕਿਸੇ ਨਾਲ ਕਿੱਡਾ ਕੁ ਸੱਚਾ ਕੋਈ ਝੂਠਾ। ਤੁਸੀਂ ਜੇ ਹੁਣ ਕੋਈ ਮੈਨੂੰ ਕਹਿੰਦਾ ਤੁਸੀਂ ਉਹਦੇ ਪ੍ਰਭਾਵ ਕਬੂਲਣਾ ਸਟੇਟ ਨੇ, ਤਾਂ ਤੁਹਾਡੇ ਤੇ ਹਰ ਨੈਰੇਟਿਵ ਸਿਰਜਣਾ ਆ। ਹੁਣ ਇੱਥੇ ਪੀਟਰ ਫੈਡਰ ਗਿਆ ਬੈਠਾ ਅਮਰੀਕਾ ਤੋਂ ਆ, ਉਹਨੇ ਗੱਲ ਕੀਤੀ ਆ ਪੀਟਰ ਫੈਡਰ, ਹੁਣ ਉਹ ਕਲਾ ਰਿਸ ਜਾਂ ਇਹਨਾਂ ਨਾਲ ਤੁਰ ਪਿਆ ਹੁੰਦਾ, ਗਾਂਧੀ ਦੀਆਂ ਵੀ ਧਜੀਆਂ ਲੜਾਈਆਂ ਫੜ ਕੇ, ਉਹ ਹੁਣ ਇਹਨਾਂ ਨੇ ਉਹਦੇ ਵਿਰੁੱਧ ਵੀ ਹੋਣਾ। ਮੇਰੇ ਕਹਿਣ ਤੋਂ ਭਾਵ ਇਹ ਗੱਲਾਂ ਨੂੰ ਸਮੁੱਚਤਾ 'ਚ ਵਿਚਾਰਨਾ ਚਾਹੀਦਾ, ਸਾਰੇ ਪੱਖ ਵਿਚਾਰ ਕੇ ਆਪਣੀਆਂ ਗਲਤੀਆਂ ਮੰਨਣੀਆਂ ਚਾਹੀਦੀਆਂ, ਫਿਰ ਤਾਂ
ਜੇ ਵੱਡਾ ਬੰਦਾ ਉਹੀ ਸਿਆਣਾ ਬੰਦਾ ਹੁੰਦਾ ਜਾਂ ਵੱਡੇ ਦਿਲ ਵਾਲਾ ਜਿਹੜਾ ਆਪਣੀ ਗਲਤੀ ਸਵੀਕਾਰ ਕਰ ਲਵੇ ਸਮੇਂ ਨਾਲ, ਤੇ ਬਾਕੀ ਲੋਕਾਂ ਨੂੰ ਆਮ ਇਹਨਾਂ ਦੇ ਇਤਿਹਾਸ ਦਾ ਪਤਾ ਹੀ ਹੈ, ਸਾਨੂੰ ਰੋਜ਼ ਦੱਸਣ ਦੀ ਲੋੜ ਨੀ, ਤੇ ਮੇਰੇ ਖਿਆਲ ਨਾਲ ਸਾਰਿਆਂ ਨੂੰ ਪਤਾ ਲੱਗੇ ਜਾਣ ਆਉਣ ਵਾਲੇ ਜੀ। ਧੰਨਵਾਦ। ਹਾਂਜੀ ਪਾਲ ਜੀ, ਲਾਈਨ ਨੰਬਰ 4। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ, ਅੱਜ ਸਵੇਰੇ ਨਿਊਜ਼ ਸੁਣ ਰਿਹਾ ਸੀ, ਆਪਣੇ ਜਿਹੜੇ ਇੱਕ ਦੋ ਆਪਣੇ ਹੈਗੇ ਆ ਸੋ ਕਾਲ ਜਰਨਲਿਸਟ ਹੈਗੇ ਆ, ਉਹ ਏਦਾਂ ਜਿਵੇਂ ਅੱਜ ਵੀ ਖਬਰ ਸੁਣਾਈ ਜੀ, ਇੱਕ ਹੋਰ ਉਹਨਾਂ ਨੇ ਫੜਿਆ ਹੈਗਾ ਆਪਣਾ, ਉਹ ਕਿਰਪਾਨ ਘੁਮਾਉਂਦਾ ਸੀ ਉੱਥੇ ਲੋਕਾਂ ਨੂੰ ਡਾਇਰੈਕਟ ਕਰਦਾ ਸੀ, ਤੇ ਉਹ ਏਦਾਂ ਲੱਗਦਾ ਵੀ ਕੱਛਾਂ ਵਜਾਉਂਦੇ ਇਹ ਲੋਕ ਰਾਏ, ਵੀ ਜਿਹੜੇ ਏਦਾਂ ਦੇ ਲੋਕ ਜਦੋਂ ਆਪਾਂ ਫਸਦੇ ਰਿਲੀਜੀਅਸ ਮਾਈਂਡਡ ਲੋਕ ਹੈਗੇ। ਹੁਣ ਜਿਹੜੀ ਤੁਸੀਂ ਫੋਰਸ ਨਾਲ ਲੜ ਰਹੇ ਹੋ, ਉਹਨਾਂ ਨੇ ਤੁਹਾਡੀਆਂ ਲੜਕੀਆਂ ਨੂੰ ਗਰਲ ਫਰੈਂਡਾ ਬਣਾ ਤਾ, ਉਹਨਾਂ ਨੇ ਤੁਹਾਡੀ ਮਾਰਕੀਟਿੰਗ ਐਂਟਰਟੇਨਮੈਂਟ ਟੂਲ ਬਣਾਤਾ ਉਹਨਾਂ, ਰਾਈਟ, ਉਹਨਾਂ ਨੂੰ 12 ਕਲੱਬਾਂ ਦੇ ਕੰਜ਼ਿਊਮਰ ਬਣਾਤਾ, ਉਹਨਾਂ ਨੇ ਤੁਹਾਡੀ ਉਹਨੂੰ ਐਂ ਤਾਂ ਹੈ ਨੀ ਵੀ ਤੁਸੀਂ ਉਹਨਾਂ ਨੂੰ ਸਮਝਾ ਦਿਓਗੇ ਜਾਂ ਤੁਸੀਂ ਉਹਨਾਂ ਦੇ ਪੀਸਫੁਲ ਪ੍ਰੋਟੈਸਟ ਕਰਕੇ ਉਹਨਾਂ ਨੂੰ ਤੁਸੀਂ ਕੁਛ ਨਾ ਕੁਛ ਲੈ ਲਓਗੇ ਉਹਨਾਂ ਤੋਂ, ਰਾਈਟ, ਵੀ ਉਹਨਾਂ ਕੋਲ ਫੋਰਸਾਂ ਖੜੀਆਂ ਹੈਗੀਆਂ, ਉਹ ਦੇ ਆਰ ਰੈਡੀ ਫੋਰ ਜਿਹੜੀ ਕਿੱਦਾਂ ਦੀ ਵੀ ਉਹਨਾਂ ਨੂੰ ਫੋਰਸ ਯੂਜ ਕਰਨੀ ਪਵੇ, ਦੇ ਵਿਲ ਯੂਜ਼ ਇਟ। ਵੀ ਆਈ ਥਿੰਕ ਦੇ ਵੀ ਇਹਨਾਂ ਨੂੰ ਵੀ ਕਹਿਣਾ ਚਾਹੀਦਾ ਵੀ ਜਿਹੜੇ ਏਦਾਂ ਦੇ ਆਪਣੇ, ਹੁਣ ਜੇ ਤੁਸੀਂ ਜ਼ਿਆਦਾ ਉਹਨੂੰ ਪ੍ਰੋਟੈਸਟ ਨੂੰ ਬੰਦ ਕਰ ਦਿਓ, ਵੀ ਤੁਸੀਂ ਵੈਸਟ ਦਾ ਜਿਹੜਾ ਉਹਨੂੰ ਜਿਹੜੇ ਜਿਵੇਂ ਦੀਪ ਸਿੱਧੂ ਆਪਣਾ ਜਿਹੜੇ ਗਲੋਬਲ ਲੈਵਲ ਦੀ ਉਹ ਰਿਲੀਜੀਅਸ ਪੁਆਇੰਟ ਆਫ ਵਿਊ ਤੇ ਗੱਲ ਕਰਦਾ ਸੀ, ਰਾਈਟ, ਵੀ ਜੇ ਤੁਸੀਂ ਉਹ ਨਹੀਂ ਕਰਨੀ ਗਲੋਬਲ ਗੱਲ ਦੀ ਕਰਨੀ, ਕਲੋ ਅਡਾਨੀਆਂ ਬਣਨੀ ਤੁਸੀਂ ਕਰੀ ਜਾਣੀ ਆ, ਬੀਜੇਪੀ ਕਰੀ ਜਾਣੀ ਆ, ਫਲਾਣੇ ਨੂੰ ਗਾਲਾਂ ਕੱਢੀ ਜਾਣੀਆਂ, ਰਾਈਟ, ਵੀ ਫਿਰ ਤੁਸੀਂ ਛੱਡ ਦੋ ਸਾਰਾ ਕੁਛ, ਤੁਸੀਂ ਅਡਾਨੀ ਬਣਾ ਲਈ 100 ਗਲਾਂ ਚੰਗੇ ਆ, ਬੈਸਟ ਦੀ ਜਿਹੜਾ 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 ਏਜੰਡਾ ਹੈਗਾ, ਰਾਈਟ, ਵੀ ਉਹ ਤੁਸੀਂ ਫਿਰ ਨਹੀਂ ਤਾਂ ਫਿਰ ਜਿਹੜੇ ਏਦਾਂ ਲੱਖੇ ਸਲਾਣੇ ਵਰਗੇ ਦੀਪ ਸਿੱਧੂ ਵਰਗੇ ਖੋਲ ਮੁੰਡੇ ਨੇ, ਹੁਣ ਇਹੋ ਜਿਹੇ ਫਿਰ ਲੋਕ ਉੱਠਣਗੇ ਉਹਦਾ ਜਦੋਂ ਤੁਸੀਂ ਪ੍ਰੋਟੈਸਟ ਕਰੋਗੇ, ਉਹ ਐਂ ਤਾਂ ਹੈ ਨੀ ਵੀ ਤੁਹਾਨੂੰ ਕਹਿਣਗੇ ਵੀ ਹਾਂ ਤੁਸੀਂ ਪੀਸਫੁਲ ਪ੍ਰੋਟੈਸਟ ਕਰੀ ਜਾਓ, ਤੁਹਾਡੇ ਇੱਥੇ ਆ ਕੇ ਛਿੱਤਰ ਮਾਰਨਗੇ ਤੇ ਤੁਸੀਂ ਵੀ ਆਪਣਾ ਕਰੀ ਜਾਓਗੇ ਜੀ, ਹਾਂ ਵੀ ਅਸੀਂ ਪੀਸਫੁਲ ਕਰੀ ਜਾਓਗੇ, ਰਾਈਟ, ਮੈਂ ਇਹੀ ਕਹਿਣਾ। ਠੀਕ ਹੈ ਜੀ, ਧੰਨਵਾਦ ਜੀ। ਸਹਿਰਜੀਤ ਸਿੰਘ ਜੀ, ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਦੇਖੋ ਹਰਜੀਤ ਸਿੰਘ ਜੀ, ਤੁਸੀਂ ਆਪਣਾ ਸਾਰਾ ਦੱਸਿਆ ਮੋਰਚੇ ਬਾਰੇ ਵੀ ਜੋ ਜੋ ਘਟਨਾਕ੍ਰਮ ਹੋਇਆ ਹਨਾ, ਇੱਕ ਤਾਂ ਜੀ ਦੇਖਣ ਵਾਲੀ ਆ ਹਰਜੀਤ ਸਿੰਘ ਜੀ, ਦੇਖੋ ਇਹਦੇ ਵਿੱਚ ਨਾ ਮਤਲਬ ਆਪਾਂ ਨੀ ਕਹਿੰਦੇ ਵੀ ਦੀਪ ਸਿੱਧੂ ਨੇ ਚੜਾ ਕੇ ਗਲਤ ਕੀਤਾ ਸਹੀ ਕੀਤਾ, ਜਾਂ ਉਹਦੇ ਮਨ ਚ ਕੀ ਆ ਜਾਂ ਕੀ ਨਹੀਂ ਹੈਗਾ, ਉਹ ਬੀਜੇਪੀ ਦੇ ਮਤਲਬ ਕਰਿਆ ਹੋਇਆ ਸੀ ਜਾਂ ਨਹੀਂ, ਉਹ ਅਲੱਗ ਗੱਲ ਕਰ ਦੋ ਹਨਾ। ਤੁਸੀਂ ਇੱਕ ਗੱਲ ਦੇਖੋ ਵੀ 26 ਜਨਵਰੀ ਤੋਂ ਪਹਿਲਾਂ ਨਾ ਸਰਕਾਰ ਪੂਰੀ ਤਰ੍ਹਾਂ ਤ੍ਰਿਪਕੀ ਪਈ ਸੀ, ਤੁਸੀਂ ਇੱਕ ਵੀ ਘਟਨਾ ਦੇਖ ਲਓ ਵੀ ਪੁਲਿਸ ਵਾਲੇ ਉੱਥੇ ਸੀ, ਹੋਰ ਸਾਰੀਆਂ ਸਿਕਿਉਰਿਟੀ ਫੋਰਸ ਜੀ ਉੱਥੇ ਸੀ, ਕਦੇ ਵੀ ਉਹਨਾਂ ਨੇ ਮਤਲਬ ਹੱਥ ਨੀ ਸੀ ਪਾਇਆ, ਕਦੇ ਮਤਲਬ ਇਸ ਤਰ੍ਹਾਂ ਦਾ ਕੋਈ ਮਤਲਬ ਇੱਕ ਪਾਸੇ ਬੈਠੇ ਜ਼ਰੂਰ ਸੀ, ਜਿਸ ਤਰ੍ਹਾਂ ਦਾ 26 ਜਨਵਰੀ ਤੋਂ ਬਾਅਦ ਉਹਨਾਂ ਦਾ ਰਵੱਈਆ ਬਦਲਿਆ, ਕਿਵੇਂ ਅੰਦਰ ਵੜ ਕੇ ਉਹ ਮਤਲਬ ਕਈ ਤਰ੍ਹਾਂ ਦੀਆਂ ਉਹਨਾਂ ਨੇ ਕਾਰਵਾਈਆਂ ਕਰੀਆਂ, ਫਿਰ ਉਸਦੀ ਪਹਿਲਾਂ ਇਹ ਜੀ ਕੋਈ ਵੀ ਕਾਰਵਾਈ ਨੀ ਉਹਨਾਂ ਨੇ ਕਰੀ, ਉਹਦਾ ਕਾਰਨ ਇਹ ਸੀ ਜਿਹੜੇ ਆਮ ਜਨ ਸਧਾਰਨ ਲੋਕ ਸੀਗੇ ਉਹ ਮਤਲਬ ਕਿਸਾਨਾਂ ਦੇ ਨਾਲ ਉਹਨਾਂ ਦਾ ਹੱਕ ਚ ਖੜੇ ਸੀ, ਉਹਨਾਂ ਦਾ ਮਨ ਸੀ ਵੀ ਇਹਨਾਂ ਨਾਲ ਗਲਤ ਹੋ ਰਿਹਾ ਇਹ, ਚਾਹੇ ਉਹ ਬੀਜੇਪੀ ਦੇ ਮਤਲਬ ਹੱਕ ਦੇ ਲੋਕ ਸੀ, ਉਹ ਵੀ ਮਤਲਬ ਕੁਛ ਸਮਝਦੇ ਸੀਗੇ ਵੀ ਇਹ ਮਤਲਬ ਧੱਕਾ ਕਰ ਰਹੀ ਹੈ ਸਰਕਾਰ, ਇਹ ਨਹੀਂ ਹੋਣਾ ਚਾਹੀਦਾ ਇਹਨਾਂ ਨਾਲ, ਸਾਰੇ ਮਤਲਬ ਆਮ ਸਧਾਰਨ ਲੋਕਾਂ ਨਾਲ ਵੀ ਇਹ ਤੇ ਫਰਕ ਪੈਣਾ। ਤੁਸੀਂ ਦੇਖੋ ਵੀ ਉਸ ਤੋਂ ਬਾਅਦ ਉਹ ਮਤਲਬ ਘਟਨਾ ਨਾਲ ਨਾ ਆਮ ਜਿਹੜਾ ਜਨ ਸਧਾਰਨ ਲੋਕ ਆ ਉਹਨਾਂ ਨੂੰ ਜਿਹੜਾ ਉਹ ਨੈਰੇਟਿਵ ਸਿਰਜਦੇ ਆ ਉਹ ਸਿਰਜਣ ਚ ਬਹੁਤ ਆਸਾਨੀ ਹੋ ਗਈ, ਜਿਹੜੀ ਵੀ ਇਹ ਦੇਸ਼ ਧਰੋਈ ਆ, ਇਹ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ, ਚਲੋ ਇਹ ਗੱਲਾਂ ਪਹਿਲਾਂ ਵੀ ਕਰਦੇ ਸੀ ਪਰ ਪਹਿਲਾਂ ਲੋਕਾਂ ਦੇ ਮਨ ਤੇ ਉਸ ਤਰ੍ਹਾਂ ਉਹ ਜਿਹਾ ਪ੍ਰਭਾਵ ਨੀ ਪਾਉਂਦੀਆਂ ਸੀ ਵੀ ਉਹ ਲੋਕ ਮੰਨਦੇ ਨੀ ਸੀ, ਉਹ ਲੋਕ ਮਤਲਬ ਆਮ ਲੋਕ ਸੁਧਾਰ ਮੰਨਣ ਲੱਗ ਗਏ ਸੀ ਵੀ ਇਹਨਾਂ ਦਾ ਮਤਲਬ ਹਰ ਚੀਜ਼ ਨੂੰ ਇਹਨਾਂ ਦਾ ਦਬਾਉਣ ਦਾ ਇਹ ਤਰੀਕਾ ਇਹ ਚ ਸੱਚਾਈ ਵਾਲੀ ਕੋਈ ਗੱਲ ਨੀ ਹੈ, ਪਰ ਜਦੋਂ ਘਟਨਾ ਹੋਈ ਉਸ ਤੋਂ ਬਾਅਦ ਜਿਹੜੇ ਆਮ ਜਨ ਸਧਾਰਨ ਲੋਕ ਸੀ ਉਹਨਾਂ ਦਾ ਮਨ ਬਦਲ ਗਿਆ, ਉਹਨਾਂ ਨੂੰ ਮਤਲਬ ਇੱਕ ਬਹੁਤ ਸੌਖਾ ਤਰੀਕਾ ਲੱਭ ਗਿਆ ਉਹਨਾਂ ਦੇ ਮਤਲਬ ਉਹ ਜਨ ਸੁਧਾਰ ਨੂੰ ਆਪਦੇ ਵੱਲ ਕਰਨ ਦਾ। ਦੂਜੀ ਗੱਲ ਮੈਂ ਇਹ ਕਰਨੀ ਚਾਹੁੰਦਾ ਵੀ ਤੁਸੀਂ ਵੀ ਕਾਫੀ ਗੱਲ ਕਰਦੇ ਹੋ ਵੀ ਉਹ ਠੀਕ ਆ ਜਾਂ ਗਲਤ ਆ, ਪਰ ਮੇਰਾ ਮੰਨਣਾ ਹੈ ਵੀ ਕਈ ਵਾਰੀ ਟਾਈਮ ਜ਼ਰੂਰ ਵਿਚਾਰ ਲੈਣਾ ਚਾਹੀਦਾ ਵੀ ਇਹ ਕਿਹੜੀ ਗੱਲ ਕਿਹੜੇ ਟਾਈਮ ਤੇ ਸਹੀ ਸੀ ਹਨਾ, ਜਿਵੇਂ ਆਪਾਂ ਸਿਮਰਜੀਤ ਸਿੰਘ ਮਾਨ ਦੀ ਗੱਲ ਕਰਦੇ ਹਾਂ ਹਨਾ, ਉਹ ਕਿਰਪਾਨ ਨੂੰ ਲੈ ਕੇ ਬਹਿ ਗਏ ਵੀ ਮੈਂ ਨੀ ਅੰਦਰ ਵੜਦਾ ਤੇ ਜਿਹੜਾ ਵੀ ਚਾਹੇ ਮੈਨੂੰ ਛੱਡਣ ਪੈ ਜਾਵੇ, ਪਰ ਦੂਜੇ ਪਾਸੇ ਦਿਮਾਗ ਨਾਲ ਸੋਚਣ ਦੀ ਗੱਲ ਵੀ ਸੀ, ਮਤਲਬ ਇੰਨੇ ਐਮ ਪੀ ਸੀ ਕੱਲ ਨੂੰ ਉਹਦੇ ਪੰਜਾਬ ਦੀ ਸੱਤਾ ਉਹਦੇ ਹੱਥ ਚ ਆ ਸਕਦੀ ਸੀ, ਸੱਤਾ ਹੱਥ ਚ ਆ ਵੀ ਜਿਹੜਾ ਕੋਈ ਮਰਜ਼ੀ ਕਰੀ ਜਾਂਦਾ, ਮਤਲਬ ਦਿਮਾਗ ਦੇ ਦਿਮਾਗ ਤੋਂ ਵੀ ਕੰਮ ਲੈਣਾ ਚਾਹੀਦਾ, ਹਰ ਵਕਤ ਦਿਲ ਤੋਂ ਹੀ ਕੰਮ ਲੈਣਾ ਚਾਹੀਦਾ, ਜਦੋਂ ਸੱਤਾ ਪੰਜਾਬ ਦੀ ਹੱਥ ਚ ਆ ਜਾਂਦੀ ਜਿਹੋ ਜਿਹਾ ਮਰਜ਼ੀ ਉਹ ਸਿਰਜ ਲੈਂਦਾ, ਜਿਹੜਾ ਕੋਈ ਮਰਜ਼ੀ ਕਰ ਲੈਂਦਾ,
ਮੇਰਾ ਕਹਿਣ ਦਾ ਮਤਲਬ ਵੀ ਸਮਾਂ ਜ਼ਰੂਰ ਵਿਚਾਰ ਲੈਣਾ ਚਾਹੀਦਾ, ਜੇ ਸਮਾਂ ਥੋੜਾ ਜਿਹਾ ਵਿਚਾਰ ਲੈਂਦਾ ਤਾਂ ਸ਼ਾਇਦ ਥੋੜਾ ਜਿਹਾ ਕੋਈ ਫਰਕ ਪੈ ਜਾਂਦਾ। ਦੂਜੀ ਗੱਲ ਇਹ ਵੀ ਸੀ, ਮੈਂ ਤੁਹਾਡੇ ਨਾਲ ਵੀ ਸਹਿਮਤ ਹਾਂ, ਜੇ ਮਤਲਬ ਇਹ ਨਾ ਹੁੰਦਾ ਤਾਂ ਉਹਨਾਂ ਕੋਲ ਹੋਰ ਬੀ ਪਲਾਨ ਬਹੁਤ ਸੀਗੇ, ਜਿਵੇਂ ਉਹ ਪੂਨੀਆਂ ਨੇ ਦੱਸਿਆ ਵੀ ਉਹ ਜਦੋਂ ਇਹ ਮਤਲਬ ਉਹਨਾਂ ਨੇ ਟਰੈਕਟਰ ਮਾਰਚ ਕੱਢਣਾ ਸੀ, ਉਹਨਾਂ ਨੇ ਬਹੁਤ ਪਲਾਨ ਰੱਖੇ ਸੀ ਵੀ ਜਦੋਂ ਉਹਨਾਂ ਦੇ ਪੈਟਰੋਲ ਬੰਬ ਸਿੱਟ ਦੇਣੇ ਸੀ ਜਾਂ ਹੋਰ ਮਤਲਬ ਕੋਈ ਹਮਲਾ ਕਰਾ ਦੇਣੇ, ਉਹਦੇ ਨਾਲ ਵੀ ਉਹਨਾਂ ਨੇ ਮਤਲਬ ਕਰਨਾ ਤਾਂ ਜ਼ਰੂਰ ਸੀ, ਚਾਹੇ ਇਹ ਤਰੀਕੇ ਨਾਲ ਚਾਹੇ ਉਹ ਨਾ ਕਰ ਲੈਂਦੇ, ਪਰ ਉਹਦੇ ਨਾਲ ਇਹ ਫਰਕ ਪੈਣਾ ਸੀ ਵੀ ਜਿਹੜੇ ਜਨ ਸਧਾਰਨ ਲੋਕ ਆ ਉਹ ਉਹਨਾਂ ਦੇ ਨਾਲ ਨਹੀਂ ਸੀ ਖੜਨਾ, ਉਹਨਾਂ ਨੇ ਕਿਸਾਨਾਂ ਦੇ ਨਾਲ ਸੀ, ਉਹ ਬਹੁਤ ਵੱਡਾ ਮਤਲਬ ਘਾਟਾ ਪੈ ਗਿਆ ਜਿਹੜਾ ਉਹ ਆਮ ਲੋਕ ਜਿਹੜੇ ਸੀਗੇ ਉਹ ਮਤਲਬ ਕਿਸਾਨਾਂ ਦੇ ਉਲਟ ਹੋ ਗਏ। ਥੈਂਕ ਯੂ ਜੀ, ਧੰਨਵਾਦ ਜੀ ਕਾਲ ਸਾਹਿਬ। ਦੇਖੋ ਨੈਰੇਟਿਵ ਸਿਰਨਾ ਸਿਰਜਣਾ ਬਾਈ ਜੀ, ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਬਈ ਲੋਕ ਕੀ ਸੋਚਦੇ ਆ। ਜਿਵੇਂ ਪੂਰੀਆਂ ਨੇ ਕਿਹਾ ਜੀ ਉੱਪਰੋਂ ਬੰਬ ਸਿੱਟ ਕੇ ਟਰੈਕਟਰਾਂ ਨੂੰ ਅੱਗ ਲਾਉਂਦੇ ਤਾਂ ਕੀ ਪਤਾ ਕਿਹਦੇ ਲਾਤੀ, ਕਿਹਦੇ ਸਿਰ ਤੇ ਪਾਉਣੀ ਸੀ। ਚਿੱਟੀ ਸਿੰਘਪੁਰਾ ਚ 40 ਸਿੱਖ ਮਾਰੇ ਨਾ ਸ਼ਰਿਆਂ ਨੂੰ ਮਾਰ ਕੇ ਦੱਬ ਤੇ, ਗੁਆਂਢੀ ਜਿਹੜੇ ਨੇ ਚਰਵਾਹੇ, ਚਰਵਾਹਿਆਂ ਦਾ DNA ਹੋਇਆ ਕਹਿੰਦੇ ਉਹਨਾਂ ਨੇ ਮਾਰਤੇ, ਉਹ ਤਾਂ ਚਰਵਾਹੇ ਸੀ ਗੁਆਂਢ ਦੇ ਵਿੱਚ। ਕਲਿੰਟਨ ਨੇ ਬਾਇਓਗ੍ਰਾਫੀ ਚ ਲਿਖਿਆ ਮੈਂ ਨਾ ਉਹਦਾ ਬੰਦੇ ਨੇ ਮਰਦੇ। ਮਤਲਬ ਸਟੇਟ ਨੂੰ ਤੁਸੀਂ ਇੱਕ ਤਾਂ ਗੱਲ ਇਹ ਸਮਝ ਕੇ ਸਾਨੂੰ ਤੁਰਨੀ ਚਾਹੀਦੀ ਹੈ ਕਿ ਜਿਹੜੀ ਸਟੇਟ ਹੈ, ਸਟੇਟ ਦੇ ਨਾਲ ਜਦ ਤੁਸੀਂ ਲੜਨਾ ਤਾਂ ਟੂਲ ਤੁਹਾਡੇ ਜਿਹੜੇ ਨੇ ਉਹ ਤੁਹਾਨੂੰ ਵੇਖਣੇ ਚਾਹੀਦੇ ਆ ਵੀ ਅਸੀਂ ਕੀ ਕਰਨਾ ਹੈ, ਸਾਡਾ ਇਹਦੇ ਕੰਸੀਕੁਐਂਸਿਸ ਕੀ ਨੇ। ਅੱਛਾ, ਇਹ ਸੰਘਰਸ਼ ਦੇ ਵਿੱਚ ਹੁਣ ਸਾਰਿਆਂ ਦਾ ਮਨ ਤਾਂ ਇੱਕ ਨੀ ਨਾ ਹੈ, ਕੋਈ ਕਿਸ ਤਰ੍ਹਾਂ ਸੋਚਦਾ ਕੋਈ ਕਿਸ ਤਰ੍ਹਾਂ ਸੋਚਦਾ। ਹੁਣ ਜੇ ਦੇਸ਼ ਧਰੋਹ ਦਾ ਮੁਕੱਦਮਾ ਅਗਰਾਹਾਂ ਤੇ ਵੀ ਚੱਲ ਸਕਦਾ ਸੀ, ਸਰਕਾਰ ਦੇ ਵੱਲੋਂ ਅੱਤਵਾਦੀ ਗਰਦਾਨੇ ਹੋਏ ਛੱਤੀਸਗੜ੍ਹ ਦੇ ਨਕਸਲੀਏ ਨੇ ਉਹਨਾਂ ਦੀਆਂ ਫੋਟੋਆਂ ਲਈ ਬੈਠਾ ਸੀ ਉਹ, ਉੱਧਰ ਨਾ ਨੈਰੇਟਿਵ ਜਿਹੜਾ ਚੇਂਜ ਹੋਇਆ। ਇਹ ਠੀਕ ਹੈ ਗੱਲ ਕਹਿਲੇ ਉਹਨਾਂ ਦੀ ਵੀ ਲੱਗਣ ਲਾ ਦਿੱਤਾ ਵੀ ਦੇਸ਼ ਦੀ ਅਖੰਡਤਾ ਨੂੰ ਖਤਰਾ, ਆਮ ਲੋਕ ਇਸ ਗੱਲ ਤੇ ਵਿਰੋਧ ਚ ਹੋ ਗਏ ਵੀ, ਪਰ 26 ਜੇ ਸਿਆਣੇ ਹੁੰਦੇ, 32 ਦੇ 32 ਜੇ ਅਕਲ ਇਹਨਾਂ ਨੂੰ ਹੁੰਦੀ, 26 ਜਨਵਰੀ ਨਾ ਇਹ ਸੈੱਟ ਕਰਦੇ, ਫਿਰ 2 ਦਿਨ ਅੱਗੇ ਕਰ ਦਿੰਦੇ, 2 ਦਿਨ ਪਿੱਛੇ ਕਰ ਦਿੰਦੇ। ਜਦ ਤਾਂ ਪਿੰਡਾਂ ਚੋਂ ਸੱਦ ਲੈ, ਆ ਜਾਓ ਜੀ ਆ ਜਾਓ ਟਰੈਕਟਰ ਤੇ, ਜੁਗਾੜ ਨਾ ਲਾਇਓ। ਫਿਰ ਹੁਣ ਜੁਗਾੜ ਰਾਜੇ ਵਾਲ ਕਹਿਣ ਲੱਗਾ ਜੁਗਾੜ ਨਾ ਲਾਇਓ, ਤੇ ਪਹਿਲਾਂ ਜਿੱਦਣ ਸੁਨੇਹੇ ਦਿੰਦੇ ਸੀ ਉਹ ਕੱਲ ਹੀ ਦਿੰਦੇ ਸੀ, ਉਹਨਾਂ ਨੇ ਕਾਹਦੇ ਤੇ ਚਾੜ ਕੇ ਲਿਆਉਣੇ ਸੀ ਜਹਾਜ਼ ਟਰੈਕਟਰ ਦੇ ਰਾਹ ਚ ਰੋਕਦੇ ਸੀ। ਹੁਣ ਇਹ 30-32 ਨੇ ਜਿਹੜੇ, ਇਹ ਕਿਹੜਾ ਦੁੱਧ ਧੋਤੇ ਨੇ, ਇਹਨਾਂ ਦੇ ਵੀ ਪਿੰਡਾਂ ਚ ਪੁੱਛੋ ਜਿਹੜੇ ਏਰੀਏ ਦੇ ਨੇ ਕੀ ਕੀ ਕਰਦੇ ਆਏ ਨੇ ਉੱਥੇ, ਕੱਢ ਲਓ ਕੱਲੇ ਕੱਲੇ ਦਾ। ਦੀਪ ਸਿੱਧੂ ਤਾਂ ਮੈਂ ਮੰਨਦਾ ਗੱਲ, ਉਹ ਤਾਂ ਚੱਲ ਕੜਿੱਕੀ ਚ ਇਹਨਾਂ ਦੇ ਆ ਗਿਆ, ਇਹਨਾਂ ਨੇ ਕੀ ਕੀਤਾ, ਉਹ ਜਿਹੜਾ ਗਦਾਰੀਆਂ ਸਰਦਾਰੀਆਂ ਬਣਦਾ ਸੀ ਉਹਨੂੰ 150 ਵੋਟ ਪਈ ਆ ਦੀਪ ਸਿੰਘ ਵਾਲੇ ਪਿੰਡ ਚ, ਤੇ ਹੁਣ ਗਾਂਹ ਨੂੰ ਖੜ ਲਵੇ ਉਹਦੇ ਪਿੰਡ ਦੇ ਵਿੱਚੋਂ ਲੋਕ ਰੈਲੀਆਂ ਕਰ ਰਹੇ ਨੇ, ਜਿਹਦੇ ਪਿੰਡ ਦਾ ਕੋਈ ਬੰਦਾ ਨੀ ਕਿਸੇ ਨੂੰ ਪੁੱਛਦਾ, ਤੇ ਉਹਨੂੰ ਸਰਦਾਰੀ ਉੱਥੇ ਮਿਲੀ ਹੋਈ ਆ, ਜਾ ਕੇ ਯਕੜਾਂ ਮਾਰੀਆਂ ਨੇ, ਤੇ ਕੱਲ ਨੂੰ ਮੋਰਚਾ ਖਤਮ ਹੋ ਗਿਆ ਬਾਹਰੋਂ, ਜਿਹੜਾ 1 ਕਰੋੜ ਰੁਪਈਆ ਗਿਆ ਦੇਣਗੇ ਹਿਸਾਬ, ਇਹ 30-32 ਤੇ ਕਿਹਦੇ ਕੋਲ ਆਇਆ, ਦੱਸਿਆ ਇਹਨਾਂ ਨੇ ਅੱਜ ਤੱਕ ਇਹਨਾਂ ਨੂੰ ਕੀ ਮਿਲਿਆ ਕੀ ਨਹੀਂ ਮਿਲਿਆ। ਤੇ ਹੁਣ ਤੱਕ 40 ਸਾਲ ਹੋ ਗਏ, 50 ਸਾਲ ਹੋ ਗਏ, ਜਿੰਨੀ ਕਿ ਇਹਨਾਂ ਨੇ ਕੱਟਿਆ ਹੋਇਆ ਉਹ ਵੀ ਲੋਕਾਂ ਨੂੰ ਦਿਖਦਾ ਹੀ ਹੈ, ਕਿੰਨੀ ਕਿ ਇਹਨਾਂ ਦੀ ਸਾਖ ਸੀ ਤੇ ਕੀ ਕਿੰਨਾ ਕਿ ਇਹਨਾਂ ਦੇ ਲੋਕ ਪਿੱਛੇ ਸੀ, ਲੋਕ ਇਹਨਾਂ ਨਾਲ ਨਹੀਂ ਗਏ ਹੋਏ, ਲੋਕ ਆਪ ਮਾਰੇ ਗਏ ਹੋਏ। ਔਰ ਸਾਰੀਆਂ ਚੀਜ਼ਾਂ ਵਿਧੀ ਵਿਧਾਨ ਦੇ ਵਿੱਚ ਨਹੀਂ ਰਹਿੰਦੀਆਂ ਹੁੰਦੀਆਂ, ਚੀਜ਼ਾਂ ਹੱਥ ਦੇ ਵਿੱਚੋਂ ਨਿਕਲ ਜਾਂਦੀਆਂ ਹੁੰਦੀਆਂ ਇੱਡੇ ਇਕੱਠ ਚ, ਉਹ ਲੈ ਕੇ ਹੀ ਤੁਰਨਾ ਚਾਹੀਦਾ। ਜੇ ਇੰਨਾ ਡਰ ਸੀ ਵੀ 26 ਜਨਵਰੀ ਨੂੰ ਕੰਸਿਡਰ ਇਹਨਾਂ ਕਰਦੇ ਦੇਸ਼ ਦੀ ਅਖੰਡਤਾ ਦਾ ਰੌਲਾ ਨਾ ਪੈਂਦਾ, ਨਾ 26 ਜਨਵਰੀ ਹੁੰਦੀ, ਨਾ ਲਾਲ ਕਿਲੇ ਦੀ ਗੱਲ ਹੁੰਦੀ, 2 ਦਿਨ ਅੱਗੇ ਪਿੱਛੇ ਕਰ ਲੈਂਦੇ, ਫਿਰ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ। ਹੋਰ ਕਾਲ ਨਾ ਜੀ ਕਰਿਓ, ਸਮਾਂ ਘੱਟ ਜਾਂਦਾ, ਫਿਰ ਕਹਾਣੀ ਸ਼ੁਰੂ ਕਰਨੀ ਹੈ, ਮੈਂ 2 ਕਾਲਰਾਂ ਨਾਲ ਗੱਲ ਕਰ ਲਵਾਂ। ਸਹਿੰਦਰ ਜੀ ਸਿੰਘ ਲਾਈਨ ਨੰਬਰ 2। ਸਹਿੰਦਰ ਜੀ ਸਿੰਘ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਦੇਖੋ ਜਿੱਦਾਂ ਕਾਫੀ ਮੀਟਿੰਗਾਂ ਹੋਈਆਂ ਉਹਦੇ ਵਿੱਚ ਗੌਰਮੈਂਟ ਪੈਰ ਤਾਂ ਪਿੱਛੇ ਨੂੰ ਪੁੱਟ ਰਹੀ ਸੀਗੀ ਵੀ ਆਹ ਸੋਧ ਕਰ ਦਿੰਦੇ ਆ, ਜਿੱਦਾਂ ਆਖਰੀ ਮੀਟਿੰਗ ਸੀ ਉਹ ਕਹਿੰਦੇ ਸੀ ਅਸੀਂ ਇਹਨੂੰ 2 ਸਾਲ ਲਈ ਕਰ ਦਿੰਦੇ ਆ ਸਟੋਪ, ਜਿੱਦਾਂ ਨਾ ਰੁਕਵਾ ਦਿੰਦੇ ਆ। ਹੁਣ ਉਹ 26 ਤੋਂ ਬਾਅਦ ਗੇਮ ਪਲਟ ਕੇ ਹੁਣ ਆਪਾਂ ਜੀ ਮੈਂ ਨੀ ਕਿਸੇ ਨੂੰ ਬਲੇਮ, ਹੁਣ ਮਤਲਬ ਮੂੰਹ ਥੱਕ ਗਿਆ ਕਹਿਣ ਦਾ ਮਤਲਬ ਮੇਰਾ ਤਾਂ ਨਾ ਕਹਿਣ ਦਾ ਮਤਲਬ, ਪਰ ਮੈਨੂੰ ਇੱਕ ਚੀਜ਼ ਜ਼ਰੂਰ ਆ ਬਈ ਜਿਹੜੀ ਓਨੈਸਟੀ ਹੋਣੀ ਚਾਹੀਦੀ ਭਾਜੀ, ਜੇ ਆਪਾਂ ਦੋਨੋਂ ਜਾਣੇ ਨਾ ਸਾਡੇ ਵਿਚਾਰ ਨੀ ਮਿਲਦੇ, ਪਰ ਆਪਾਂ ਸੱਚੀ ਓਨੈਸਟ ਆ ਨਾ ਭਾਜੀ, ਅਸੀਂ ਆਪਣੇ ਡੈਸਟੀਨੇਸ਼ਨ ਤੇ ਜ਼ਰੂਰ ਪਹੁੰਚਾਂਗੇ। ਜੇ ਆਪਾਂ ਓਨੈਸਟ ਨਹੀਂ ਹੈਗੇ, ਆਪਾਂ ਫੇਰ ਆਪਾਂ ਪੱਖਪਾਤ ਰੱਖਦੇ ਆ ਤੇ ਡੈਰਾ ਜੜਦੇ ਆ, ਫੇਰ ਨੀ ਕੁਛ ਵੀ ਬਣਨਾ। ਇਸ ਕਰਕੇ ਮੈਨੂੰ ਤਾਂ ਇਹੀ ਲੱਗਦਾ ਵੀ ਜੇ ਤਾਂ ਓਨੈਸਟੀ ਦੇ ਨਾਲ ਆ, ਫੇਰ ਤਾਂ ਗੱਲ ਮੁੱਕ ਜਾਣੀ ਚਾਹੀਦੀ, ਤੁੱਕੇ ਨੀ ਬਣਦੀ ਕੋਈ ਵੀ ਗਲਤੀ, ਮੈਂ ਵੀ ਕਰ ਲਈ ਉਹਨਾਂ ਨੇ ਵੀ ਕਰ ਲਈ, ਆਪ ਹੀ ਮੰਨ ਲੈਣੀ ਚਾਹੀਦੀ, ਕਿਸੇ ਕੋਈ ਕਵੇ ਨਾ ਮੈਨੂੰ ਆ ਕੇ ਵੀ ਤੂੰ ਗਲਤੀ ਮੰਨ, ਕਹਿਣ ਦਾ ਇੰਨੀ ਅਕਲ ਹੋਣੀ ਚਾਹੀਦੀ ਆ। ਪਰ ਜੇ ਨਹੀਂ ਤਾਂ ਫੇਰ ਵੱਖਰਾ ਵੱਖਰਾ ਬਣਾ ਲੈਣ, ਜੇ ਹਰੇਕ ਹੀ ਸੱਚਾ ਆ ਤਾਂ ਫੇਰ ਲੱਖੇ ਦਾਣੇ ਨੂੰ ਜਿਹੜੇ ਬੰਦੇ ਚਾਹੁੰਦੇ ਆ ਉਹ ਆਪਣੀ ਸਟੇਜ ਲਾ ਲਓ, ਜਿਹਨਾਂ ਦਾ ਦਿਲ ਕਰਦਾ ਵੀ ਉਹ ਬੰਦੇ ਨਹੀਂ ਹੈਗੇ
ਮਤਲਬ ਕੋਈ ਕਾਮਰੇਡ ਦੀ ਸੋਚ ਆ, ਕੋਈ ਕਿੱਦਾਂ ਕਹੀ ਜਾਂਦਾ, ਆਪਣੀ ਆਪਣੀ ਸੋਚ ਨੂੰ ਲੈ ਕੇ ਆਪਣਾ ਆਪਣਾ ਟਮਰੂ ਬਜਾ ਲਓ, ਉਹ ਵਧੀਆ ਰਹਿਣਾ ਆ। ਇਸਦਾ ਬਲੇਮ ਗੇਮ ਦੇਣ ਦੇ ਨਾਲੋਂ ਫੇ ਜਰਾਇਮ ਪੇਸ਼ੇ ਦੀ ਮੋਹਰ ਅਗਲੇ ਤਾਂ ਤਿਆਰ ਆ, ਲਾ ਕੇ ਬੈਠੇ ਆ। ਇਹਦੇ ਨਾਲ ਆਪਣਾ ਆਪਣਾ ਕਿਸੇ ਨੂੰ ਬਲੇਮ ਨਾ ਦਿਓ, ਆਪਣੀ ਆਪਣੀ ਢੋਲਕੀ ਬਜਾਓ। ਥੈਂਕ ਯੂ, ਸਤਿ ਸ੍ਰੀ ਅਕਾਲ। ਧੰਨਵਾਦ ਜੀ। ਚਲੋ ਉਹ ਤਾਂ ਜਰਾਇਮ ਪੇਸ਼ਾ ਤਾਂ ਦੇਸ਼ ਆਜ਼ਾਦ ਹੁੰਦੇ ਹੀ ਕਹਿ ਦਿੱਤਾ ਸੀ ਉਹਨਾਂ ਨੇ, ਉਹਦੀ ਨੀ ਗੱਲ। ਫਿਰ ਫਿਰ ਜਿੱਦਣ ਗਏ ਸੀ, ਜਿੱਦਣ ਇਹ ਵੀ ਇੰਦਰਜੀਤ ਸਿੰਘ ਜੀ ਮੈਂ ਨਾਲ ਤੁਹਾਡੇ ਲਾਵਾਂ ਗੱਲ, ਤੁਹਾਡੀ ਗੱਲ ਦੇ ਨਾਲ ਹੀ, ਜਿੱਦਣ ਬੈਰੀਕੇਡ ਪੱਟ ਕੇ ਬੁੱਕ ਦੀ ਜਵਾਨੀ ਗਈ ਸੀ, ਉਦਣ ਜਾ ਕੇ ਬੱਤੀ ਕਹਿੰਦੇ ਵੀ ਭਾਈ ਤੁਸੀਂ ਜਿਹੜੇ ਤੇਜ਼ ਹੋ ਆਪਣਾ ਸਟੇਜ ਅੱਡ ਲਾ ਲਓ, ਤੁਸੀਂ ਕੱਲ ਨੂੰ ਫੇਰ ਸਾਨੂੰ ਖਵਾਲ ਕਰੋਗੇ। ਉਦਣ ਸਵਾਦ ਸੀ, ਸੱਠ ਪੰਜਾਬ ਤੋਂ 2 ਲੱਖ ਟਰੱਕ ਦਾ ਟਰੈਕਟਰ ਦਾ ਕਰਾ ਲਿਆ, ਲੱਖੇ ਨੂੰ ਲੈ ਆ ਜੀ ਬੰਦਾ ਤੇ ਸਾਡੀ ਹਿੱਕ ਤੇ ਚਾੜ ਦਿਆਂਗੇ, ਲਾਲ ਕਿਲੇ ਤੇ ਚਾੜ ਦਿਆਂਗੇ। ਜਦ ਹੋ ਗਈ ਗੱਲ ਉੱਥੇ ਪੁੱਠੀ ਤਾਂ ਉਹਦੇ ਬਾਅਦ ਇਹਨੇ ਕਰਤਾ ਉਹਦੇ ਨੇ ਕਰਤਾ, ਫਿਰ ਲੀਡਰਸ਼ਿਪ ਕੀ ਹੋਈ? ਜੇ ਆਮ ਜਨ ਸੁਧਾਰਨ ਵਾਂਗੂ ਤੁਸੀਂ ਗੱਲ ਕਰਨੀ ਆ, ਫਿਰ ਤੁਸੀਂ ਕਾਹਦੇ ਨੇ ਬਿੱਲੇ ਲਾਏ ਹੋਏ ਨੇ ਛਾਤੀ ਤੇ? ਤੇ ਹੁਣ ਲੀਡਰਸ਼ਿਪ ਤਾਂ ਦਿਖਾਓ। ਅਸਲ ਪੈਂਤੜਾ ਹੀ ਇਹ ਹੁੰਦਾ ਹੋਣਾ ਚਾਹੀਦਾ ਸੀ। ਚਲੋ ਉਦੀਪ ਦੀ ਹੋ ਗਈ, ਜਿਹੜੀ ਮੁੜ ਕੇ ਆਮ ਲੋਕਾਂ ਤੇ ਇੱਟਾਂ ਵਰੀਆਂ, ਸਿਰ ਪਾੜਿਆ ਇੱਕ ਸੇਵਾਦਾਰ ਦਾ, ਉਦਣ ਨਾ ਬੋਲੇ। ਹੁਣ ਲੱਖੇ ਨੂੰ ਫੜਨ ਨੂੰ ਫਿਰਦੀ ਆ ਪੁਲਿਸ, ਹੁਣ ਨੀ ਬੋਲਦੇ। 26 ਤਰੀਕ ਨੂੰ ਰਾਜਲ ਦਾ ਫਿਰਦਾ ਚੰਡੀਗੜ੍ਹ, ਚੱਕ ਲਿਆ ਸਮਾਨ, ਉਹਨੇ ਕਿਹਾ ਨਿਬੜ ਗਿਆ ਕੰਮ, ਹੁਣ ਫੜੋ ਫੜੀ ਹੋ ਜਾਣੀ ਆ, ਮੈਂ ਨੀ ਇੱਥੋਂ ਜਾਂਦਾ। ਕਿਵੇਂ ਆ ਗਿਆ ਉਹ, ਕਿੱਧਰ ਦੀ ਆ ਗਿਆ ਤੇ ਆ ਕੇ ਪ੍ਰੈਸ ਕਾਨਫਰੰਸ 26 ਜਨਵਰੀ ਦੀ ਚੰਡੀਗੜ੍ਹ ਕੀਤੀ? ਇਹ ਜਿਹੜੀ ਠੀਕ ਹੈ, ਦੋ ਬੰਦੇ ਮੂਹਰੇ ਦੇਖ ਕੇ ਦੀਪ ਤੇ ਲੱਖਾਂ ਵੀ ਗਲਤ ਨੇ। ਬਾਕੀ ਬੱਤੀਆਂ ਦਾ ਵੀ ਪੋਸਟਮਾਰਟਮ ਹੋਣਾ ਚਾਹੀਦਾ ਇਹਨਾਂ ਦਾ ਵੀ, ਬਈ ਇਹ ਕਿੱਥੋਂ ਤੁਰੇ ਨੇ, ਕੀ ਕੀਤਾ ਇਹਨਾਂ ਨੇ ਜ਼ਿੰਦਗੀ ਚ, ਆਪਣੇ ਆਪਣੇ ਇਲਾਕੇ ਦਾ ਸਭ ਨੂੰ ਪਤਾ, ਜਿਹਦੇ ਜਿਹਦੇ ਇਲਾਕੇ ਚੋਂ ਗਏ ਹੋਏ ਨੇ, ਇਹਨਾਂ ਦਾ ਵੀ ਨਿਰੀਖਣ ਹੋਵੇ ਕਦੇ। ਬਈ ਜੱਗੀ ਗੁੱਸੇ ਦੀ ਕਹਾਣੀ, ਮੋਹ ਪਿਆਰ ਨੇਕੇ ਤੇ ਜਗੀਰੋ ਦੀ, ਜਿਉਂ ਹੀ ਦਿੱਲੀ ਤੇ ਆਤਮਕ ਨੇੜਤਾ ਹੋਈ, ਪਿੰਡ ਚ ਧੂੰਆਂ ਰੌਲ ਹੋ ਗਿਆ। ਜਗੀਰੋ ਗਿਆ ਹੀ ਹੋਈ ਨਾਲ ਦੇ ਪਿੰਡ ਦੀ, ਪਰ ਰੂਹ ਦਾ ਪਿਆਰ ਨਾ ਬਣਿਆ। ਬੰਦੇ ਨੇ ਮਸ਼ੀਨ ਬਣਾ ਤੀ ਜੇਲ, ਨਸ਼ਾ ਪੀ ਕੇ ਉਹਦੇ ਮਾਸ ਨੂੰ ਚੂਣ ਦਾ ਜਵਾਕ ਚਾਰ ਜੰਮ ਤੇ, ਪਰ ਦਿਲ ਦਾ ਪਿਆਰ ਨਾ ਦਿੱਤਾ, ਰੂਹ ਦਾ ਪਿਆਰ ਨਾ ਦਿੱਤਾ। ਨੇਕੇ ਨੇ ਦੂਜੇ ਬੰਨੇ ਪਵਿੱਤਰ ਮੁਹੱਬਤ ਬਖਸ਼ਤੀ, ਉਹ ਪ੍ਰੇਮ ਦਾ ਖਜ਼ਾਨਾ ਹੀ ਹੱਥ ਫੜਾ ਦਿੱਤਾ। ਦੋਨਾਂ ਚ ਤੇਰ ਮੇਰ ਮੁੱਕ ਗਈ, ਪਰ ਪਿੰਡਾਂ ਚ ਕਿੱਥੇ ਗੱਲ ਹੁੰਦੀ ਆ, ਧੂੰਆਂ ਰੌਲ ਹੋ ਗਿਆ ਪਿੰਡ ਦੇ ਵਿੱਚ, ਜਿੰਦਰ ਗੱਲ ਹੋਵੇ ਨੇਕੇ ਤੇ ਜਗੀਰੋ ਦੀ। ਨੇਕਾ ਬੱਕਰੀਆਂ ਚਾਰ ਦਸ ਰਿਹਾ ਘਰਾਂ ਚ, ਲੱਗਦਾ ਤਾਇਆ ਕਹਿੰਦਾ ਕਿੱਧਰ ਇੱਧਰੋਂ ਬੱਕਰੀ ਆ ਬੋੜਾ, ਏ ਬੱਲਿਆ ਮੂੰਹ ਕਿੱਧਰ ਨੂੰ ਚੱਕਿਆ ਤੇਰਾ। ਨੇਕੇ ਨੂੰ ਪਤਾ ਲੱਗੇ ਤਾਇਆ ਕਿਹੜੇ ਸਟੇਸ਼ਨ ਤੋਂ ਬੋਲਦਾ, ਨਾਲ ਉਹਨੇ ਗਾਲ ਕੱਢੀ ਨੇਕੇ, ਹੈ ਤੇਰੇ ਦੀ ਇੱਧਰ ਮੋੜ, ਢਾਂਗੀ ਨੂੰ ਨਾਲ ਬੱਕਰੀਆਂ ਮੋੜੀਆਂ। ਨਾਲ ਹੀ ਹੱਸ ਪਿਆ ਨੇਕੇ ਨੇ, ਤਾਜੇ ਖੱਤ ਕੱਢੇ ਸੀ ਸਿੰਗਤ ਬੀਤੀਆਂ ਗਲ ਦੇ ਵਿੱਚ ਪਾਈਆਂ, ਮੂੰਹ ਤੋਂ ਲਾਲ ਭਾ ਮਾਰਦੀ, ਦੋ ਸੋਨੇ ਦੇ ਦੰਦ ਆਲੇ ਦਾਲੇ ਰਹਿੰਦੇ, ਮੁੱਛ ਦੇ ਵਾਲ ਚੱਕਵੇਂ ਤੇ ਭੋਰਾ ਵੀ ਬੁੱਲ ਦੇ ਉੱਪਰ ਮੁੱਛ ਦਾ ਬਾਲ ਨਾ ਆਉਂਦਾ, ਐਨ ਕੈਪ ਚਾਦਰਾ ਧੂੰਆਂ ਪਾਇਆ ਹੈ, ਦੇਸੀ ਖਲ ਦੀ ਜੁੱਤੀ ਐਨ ਸਿਰੇ ਕਹਾ, ਤਾਇਆ ਫੇਰ ਔਖਾ ਚੱਕਿਆ, ਸੁਰਤ ਕਿੱਥੇ ਰਹਿੰਦੀ ਆ ਤੇਰੀ, ਅਲੱਗ ਦੀ ਲਾ ਬਣਿਆ ਹੋਇਆ ਸੇਤਾਂ ਢਿੱਲੀਆਂ ਰਹਿੰਦੀਆਂ, ਤਾਇਆ ਆਹੋ ਰਹਿੰਦੀਆਂ ਢਿੱਲਾਂ ਢਿੱਲੀਆਂ ਸੇਤਾਂ, ਮਜਨੂੰ ਬਣਿਆ ਹੋਇਆ ਨਾ ਸ਼ੀਰੀ ਫਰਹਾਦ ਵਾਲਾ, ਤੇਰੇ ਹੱਥ ਚ ਪੇਸਾ ਦਿੰਦੇ ਆ, ਵੱਧ ਪਹਾੜ ਕੋਈ ਸਵਾਹ ਪਾ ਦੀ, ਨਾਸਾਂ ਚ ਉਂਗਲ ਦੇ ਲੂ ਤੇ ਮੂੰਹ ਚੱਕ ਲੂ ਉੱਪਰ ਨੂੰ, ਜੁੱਤੀ ਫਿਰਨ ਵਾਲੀ ਆ ਤੇਰੇ। ਤਾਇਆ ਤਪਿਆ, ਧਿਆਨ ਰੱਖੂਗਾ ਤਾਇਆ ਜੀ ਧਿਆਨ ਰੱਖੂਗਾ ਗਾਂਹ ਨੂੰ ਮੈਂ। ਨੇਕੇ ਨੂੰ ਪਤਾ ਵੀ ਤਾਇਆ ਕਿਹੜੇ ਸਟੇਸ਼ਨ ਦਾ, ਮੈਨੂੰ ਪਤਾ ਤੇਰਾ ਦਿਮਾਗ ਜਿਹੜਾ ਕਿੱਥਾ, ਬੰਦਾ ਬਣ ਜਾ ਬੰਦਾ, ਮਾਰ ਮਾਰ ਕੇ ਡੈਂਗਲੇ ਚੱਪੜੀਆਂ ਭੰਨਣਗੇ ਅਗਲੇ ਮੂਹਰ ਦੀਆਂ। ਅੱਗੋਂ ਤਪਦਾ ਤਾਇਆ ਪਤਾ ਨੀ ਕੀ ਕਹਿ ਕੇ ਗਾਹਾਂ ਲਾਂਦੇ, ਜਦ ਪਿੰਡ ਚ ਰੌਲਾ ਪੈਂਦਾ। ਅਖੀਰ ਨੇਕੇ ਦਾ ਸਰਜਣ ਦਾ, ਨੇਕੇ ਦਾ ਛੋਟਾ ਭਾਈ ਗੂੰਗਾ ਸੀ, ਦੋਨੇ ਭਾਈ ਹੋਏ ਸੀ, ਇੱਕ ਭੈਣ ਸੀ। ਪਰ ਜਦ ਪਿੰਡ ਚ ਪਤਾ ਲੱਗਿਆ ਜਗੀਰ ਉਹਦੇ ਘਰ ਵਾਲੇ ਜੈਲੇ ਨੇ, ਜਗੀਰੋ ਬਹੁਤ ਕੁੱਟੀ, ਤੇਰਾ ਕੱਖ ਨਾ ਰਹਿ ਮੈਨੂੰ ਕੁੱਟਣ ਵਾਲੇ ਬੈਰੀਆ, ਤੇਰੇ ਪੈ ਜਾਣ ਕਸਾਈ ਦੇ ਕੀੜੇ, ਰਹਿ ਜੇ ਸੁੱਤਾ ਤੂੰ ਜਾਲਮਾ ਬੁੱਚੜਾ। ਜਗੀਰੋ ਥੱਲੇ ਪਈ ਕਹਿੰਦੀ, ਮੈਨੂੰ ਨੀ ਸੀ ਪਤਾ ਕਿਉਂ ਸੂਟ ਬਦਲ ਬਦਲ ਕੇ ਕਪਾਹ ਜਾਂਦੀਆਂ ਚੁਗਣ, ਆ ਜਿਹੜੀ ਜਿਹੜਾ ਬੱਕਰੀ ਦਾ ਦੁੱਧ ਪਿਲਾਉਂਦਾ ਤੈਨੂੰ ਹੁਣ, ਓਕ ਲਾ ਕੇ ਘੋੜਿਆਂ ਦੇ ਜਾਣ ਵਾਲੀ ਰੰਨ ਉਹਦੇ ਦਾਗ ਦਿਸਦੀ ਆ। ਮੁੜ ਕੇ ਫੇਰ ਜਗੀਰੋ ਬਾਨੂੰ ਜੈਲਾ ਆਇਆ, ਸਾਹ ਪੀ ਕੇ ਲਾਉਂ ਦਮ ਤੇਰਾ ਸਾਹ ਜਾਣ ਦਾ ਰਹੀ ਸੀਰ ਮੇ ਟੂ ਤੇਰੇ, ਨਿਕਲੀ ਘਰੋਂ ਬਾਹਰ। ਵੱਢ ਖਾਣਿਆਂ ਦੇ ਖੰਡੂ ਨੇ ਜਗੀਰੇ ਤੇ ਨੇਕੇ ਦੀ ਗੱਲ ਜੈਲੇ ਦੇ ਕੰਨ ਚ ਪਾ ਦਿੱਤੀ, ਵੱਢ ਖਾਣਿਆਂ ਦਾ ਖੰਡੂ ਵੀ ਗੇੜਾ ਰੱਖਦਾ ਸੀ।
ਉਹਨੂੰ ਇਹ ਸੀ ਕਿ ਨੇਕੋ ਉਹ ਨੇਕੇ ਵੱਲ ਤਾਂ ਉਹਦਾ ਕੋਈ ਨੀ, ਪਰ ਜਗੀਰ ਉਹ ਨਾ ਉਹਨੂੰ ਬੁਲਾਉਣ ਟੁੱਟੀ ਭੱਜੀ ਫੱਟੜ ਤੇ ਖਿੰਜੀ ਜਗੀਰੋ ਖੰਡੂ ਤੇ ਗੁੱਸਾ ਕਰਦੀ ਸੀ ਪਿਓ ਦੇ ਸਾਲੇ ਕਿਵੇਂ ਬਿੜਕ ਰੱਖਦੇ ਜਿਵੇਂ ਮੈਂ ਇਹਨਾਂ ਦੀ ਬੇਬੇ ਲੱਗਦੀ ਹੁੰਦੀ ਆ ਜਗੀਰੋ ਪੜਾਸ ਕਰਦੀ ਟਿਕ ਜਾ ਨਾ ਬੋਲ ਕਿਸੇ ਨੂੰ ਫਿਰ ਲਾਊ ਝੁੱਟੀ ਕੀ ਕਰ ਲੇਗਾ ਮਾਰ ਲੇਗਾ ਲੈ ਮਾਰ ਮੈਨੂੰ ਬੁੱਛੜਾ ਜਿਹੜਾ ਮਾਰ ਬਿਦੜੀ ਹੋਈ ਜ਼ਖਮੀ ਹੋਈ ਜਗੀਰੋ ਦਰਾ ਮੂਹਰੇ ਖੜ ਗਈ ਜਵਾਕ ਡਾਂਡਾ ਮਾਰਨ ਲੱਗੇ ਗੁਆਂਢੀ ਚੋਂ ਤਾਈ ਦੇ ਆ ਕੇ ਜਗੀਰੋ ਨੂੰ ਕਿਹਾ ਬੇ ਮਾਰਨੀ ਆ ਕਬਲਿਆ ਲਾਣੇ ਆ ਉਹਨੇ ਧੱਕਾ ਮਾਰ ਕੇ ਜਗੀਰੋ ਦੇ ਘਰ ਵਾਲੇ ਮਾਰਤੀ ਨੀ ਤਾਈ ਮਾਰਤੀ ਔਰਤਾਂ ਦੇ ਜਾਣੇ ਨੇ ਤੋੜ ਤਾਂ ਮੇਰਾ ਸਰੀਰ ਗੋਲੀ ਪੈਣਾ ਮੈਂ ਜਗੀਰੋ ਨੇ ਕਿਹਾ ਤੂੰ ਵੀ ਬਾਹਰੀ ਭਾਈ ਆ ਕੇ ਤੂੰ ਉਹਦੇ ਲੜਦੀ ਸੀ ਕਰ ਲਾ ਕੇ ਉਹਨੂੰ ਭਾਂਡਾ ਹੁਣ ਘਰੇ ਬੈਠੀ ਦਾ ਹੁੰਦਾ ਇਹ ਜਿੱਥਾਂ ਦਾ ਧੂੰਆਂ ਰੋਲ ਨੀ ਕਰਦਾ ਫੇਰ ਵੀ ਇਹ ਖਸਮ ਆ ਮੇਰਾ ਖਸਮ ਤਾਈ ਆਹ ਜਿਹੜਾ ਦਿਹਾੜੀ ਦੱਪਾ ਕਰਦਾ ਰਾਤ ਨੂੰ ਦੱਪ ਲੈਂਦਾ ਗੋਲੀਆਂ ਦੇ ਦੁੱਖ ਖਾਂਦਾ ਹੈ ਜਵਾਕਾਂ ਨੂੰ ਮੈਂ ਆਟਾ ਤੇ ਦੁੱਧ ਪਿੰਡ ਚੋਂ ਮੰਗਦੀ ਹਾਂ ਤੇ ਮੇਰਾ ਚੰਮ ਚੂਣ ਦਾ ਜਵਾਕ ਜੰਮ ਜੰਮ ਕੇ ਲੈਣ ਲਾ ਤੀ ਇਹਨੂੰ ਘਰ ਵਾਲਾ ਕਹਿੰਦਾ ਇਹਨੇ ਹਲੇ ਰੌਲਾ ਹੀ ਪੈਂਦਾ ਸੀ ਸਾਹਮਣੇ ਪਾਸੇ ਖੰਡੂ ਨੇ ਆ ਕੇ ਕਹਿੰਦੇ ਹੋ ਭਾਈ ਕੀ ਹਾਲ ਆਪਣੇ ਭਾਈ ਤਖਣਾ ਹੈ ਖੰਡੂ ਨੇ ਆ ਕੇ ਗੱਲ ਕੀਤੀ ਆ ਜਾ ਕੇ ਲਾਉਣਾ ਖਾਵਾ ਤੈਨੂੰ ਕੱਚੇ ਨੂੰ ਤੇਰਾ ਹੀ ਸਾਪਾ ਪਾਇਆ ਹੋਇਆ ਤਾਈ ਇਹ ਮਰਜੂ ਮੇਰੇ ਹੱਥੋਂ ਇਹਨੂੰ ਮੇਰੇ ਤੋਂ ਪਰਾਂ ਕਰ ਲੈ ਜਗੀਰ ਉਹਦੇ ਘਰ ਵਾਲੇ ਨੇ ਕਿਹਾ ਬਾਹਰੋਂ ਖੰਡੂ ਨੇ ਜਦ ਦੇਖ ਲਿਆ ਗੱਲ ਦੇਖ ਬਈ ਗੱਲ ਸੁਣ ਲੈ ਜੇ ਤਾਂ ਹੱਥ ਨਾ ਲਾਈਏ ਨਾ ਲਾਈਏ ਜੇ ਲਾਈਏ ਤਾਂ ਫਿਰ ਤੈਅ ਲਾ ਦਈਏ ਪੂਰੀ ਐਵੇਂ ਨੀ ਆਵਾਜ਼ ਆਉਂਦੀਆਂ ਮੁੜ ਕੇ ਖੰਡੂ ਨੇ ਫੇਰ ਲੁੱਤੀ ਲਾ ਉਹ ਬੀਚ ਸਰਕਾਰੀ ਸਾਣ ਨੂੰ ਗੇੜੇ ਕੱਢਦਾ ਸੀ ਨਵੇਂ ਜਾਣ ਦਾ ਨਸ਼ਾ ਬਹੁਤ ਮਾੜਾ ਹੁੰਦਾ ਧਨੂੜੇ ਨਾਲੋਂ ਵੀ ਪੈੜਾ ਹੁੰਦਾ ਬਾਈ ਸ਼ਾਹ ਖਿਆਲ ਰੱਖੀ ਹੁਣ ਤੂੰ ਇਉਂ ਕਰ ਪੈਰਾ ਹੀ ਪੱਕਾ ਕਰ ਲੈ ਆਥਰੋਂ ਰੌਲਾ ਪਿਆ ਖੰਡੂ ਨੇ ਫੇਰ ਜੈਲੇ ਨੂੰ ਲਿਆ ਕੇ ਬੋਤਲ ਦੇ ਤੁਸੀਂ ਐਂ ਕਰੋ ਦੋਨੇ ਭਾਈ ਘਰੇ ਰਹੋ ਹਰਾ ਟੋਕਾ ਤੁਹਾਡਾ ਮੈਂ ਛਿੱਟਿਆ ਕਰੂੰ ਆ ਫੜੋ 10 ਬੋਤਲਾਂ ਦੇ ਪੈਸੇ ਦਰਾ ਮੂਹਰੇ ਪੱਕਾ ਡੇਰਾ ਹੀ ਲਾ ਦੋ ਹਫ਼ਤਾ ਖੰਡ ਕੰਮ ਤੇ ਜਮਾ ਹੀ ਨਾ ਜਾਓ ਕੌਂਤਲ ਕਣਕ ਨਾਲੇ ਛਿੱਟ ਜਾਂਦਾ ਨਾਲੇ ਪਹਿਰਾ ਰੱਖੋ ਭਾਈ ਸਾਹਿਬ ਪਿੰਡ ਦੀ ਇੱਜ਼ਤ ਦਾ ਸਵਾਲ ਹੈ ਸਾਰੇ ਪਿੰਡ ਦੀ ਇੱਜ਼ਤ ਦਾ ਸਵਾਲ ਹੈ ਦਾਰੂ ਦਾ ਡਰੰਮ ਵੀ ਖੇਤ ਕੱਢਿਆ ਪਿਆ ਚੱਲ ਜੇ ਕੋਈ ਗੱਲਬਾਤ ਹੁੰਦੀ ਹੈ ਦੁੱਖ ਚ ਕੋਈ ਤਕਲੀਫ਼ ਹੁੰਦੀ ਹੈ ਅਸੀਂ ਆਲੇ ਦੁਆਲੇ ਫਿਰਦੇ ਹਾਂ ਸਾਡੇ ਨਾਲ ਗੱਲ ਕਿਉਂ ਨੀ ਇਹਨੇ ਕੀਤੀ ਵੱਢ ਖਾਣਾ ਫੇਰ ਲੱਗਿਆ ਜਗੀਰੋ ਤਿਲ ਤਿਲ ਕੇ ਮਰਦੀ ਇੱਕ ਦਿਨ ਸਬਰ ਦੀ ਇੰਤਹਾ ਹੋ ਗਈ ਜੈਲਾ ਕੁੱਟ ਨੂੰ ਨਾ ਹਰਦਾ ਜਗੀਰੋ ਨੇ ਚੱਕਿਆ ਸ਼ਾਲ ਮੂੰਹ ਟਕਿਆ ਸਿੱਧਾ ਨੇਕੇ ਦੇ ਪਿੰਡ ਹਰੀ ਰਾਤ ਚ ਜਾ ਦਰਵਾਜ਼ਾ ਖੜਾਇਆ ਖੜਕਾਇਆ ਜਗੀਰੋ ਇੰਨੀ ਇੰਨੀ ਨੇਹੇ ਅੱਧੀ ਰਾਤ ਨੂੰ ਨੇਕੇ ਦੀ ਆਵਾਜ਼ ਉਹ ਗੂੰਗਿਆ ਆ ਬਾਈ ਉੱਥੇ ਅਕਵਾਲ ਤੇਰੀ ਭਜਾਈ ਆ ਗਈ ਅੱਛੀ ਗੱਲ ਗੂੰਗਾ ਐ ਆਇਆ ਜਿਵੇਂ ਪੈਰ ਨੂੰ ਸੱਪ ਆਉਂਦਾ ਹੁੰਦਾ ਉਹ ਸਤਿ ਸ੍ਰੀ ਅਕਾਲ ਫੇਰ ਬਾਰੀ ਅੱਗ ਬਾਲ ਠੰਡਾ ਨੇਕੇ ਨੇ ਹੁਕਮ ਕੀਤਾ ਗੂੰਗੇ ਨੇ ਕਪਾਹ ਦੀਆਂ ਛਿੱਟੀਆਂ ਦਾ ਭੱਠਾ ਬਾਲਦਾ ਚਾਹ ਵੀ ਧਰ ਲੈ ਤੇਰੇ ਲਾਸ਼ਾਂ ਐ ਪਈਆਂ ਲਾਸ਼ਾਂ ਕੀ ਪਾਉਣੀਆਂ ਮੇਰਾ ਤਾਂ ਬਹੁਤ ਔਖਾ ਹੋਇਆ ਮੈਂ ਤਾਂ ਬਹੁਤ ਕੁੱਟਿਆ ਜ਼ਾਲਮ ਨੇ ਤੇਰੇ ਨਾਂ ਲੈ ਕੇ ਮੈਂ ਨੀ ਹੁਣ ਬਸਦੀ ਉੱਥੇ ਐ ਨੀ ਕਰੀਦਾ ਹੁੰਦਾ ਐ ਨੀ ਕਰੀਦਾ ਐਂ ਐਂ ਨੀ ਹੋਣਾ ਜਿਹੜੀ ਬੰਦਿਆਂ ਵਾਲੀ ਗੱਲ ਕਰ ਐਂ ਵਾਲੀ ਨਾ ਗੱਲ ਕਰ ਗੱਲ ਇਹ ਕਰ ਹੱਥ ਫੜਦਾ ਕਿ ਨਹੀਂ ਉਹ ਤੂੰ ਚਾਹ ਬਣਾਉਣ ਨੂੰ ਚਲੇ ਗਿਆ ਜਾਂ ਮੱਝਾਂ ਚੋਣ ਨੂੰ ਚਲੇ ਗਿਆ ਗੂੰਗੇ ਵੱਲ ਗੱਲ ਕਰਨ ਲੱਗੇ ਨੇਕੇ ਨੇ ਗੱਲ ਆ ਚੱਕ ਖਿਜੇ ਹੋਏ ਗੂੰਗੇ ਨੇ ਪੜਾਸ ਰੱਖੇ ਗਲਾਸ ਦਰਾਮੂ ਰੱਖੇ ਗੂੰਗਿਆ ਨੇਕੇ ਦੀ ਆਵਾਜ਼ ਚ ਹੁਣ ਤੀ ਹੈ ਤੇਰੀ ਭਜਾਈ ਤੇਰੀ ਵਿਚੋਲਣ ਬਣੂਏ ਅੱਛੀ ਹੋਰ ਆਪਣੀ ਭੈਣ ਦਾ ਸਿਆਖ ਲਿਆਊ ਤੈਨੂੰ ਭਜਾਈ ਦੇ ਕੋਲ ਭਜਾਈ ਨੂੰ ਕੁੱਟਾ ਹੋ ਬੜਾਵਾ ਹੋਰ ਰਹਿਣ ਦੇ ਚਾਹ ਨੀ ਪੀਣੀ ਤੂੰ ਗੱਲ ਕਰ ਇਹਦੇ ਕੋਲ ਕੰਨ ਚ ਕੋਲ ਜਦ ਦੋਨੇ ਕਰਨ ਲੱਗਿਆ ਗੱਲਾਂ ਕਰਦੇ ਕਰਦੇ ਮੰਜੇ ਤੇ ਦੋਨੇ ਬੈਠ ਕੇ ਬੜਾ ਰੌੜਾ ਕੀ ਹੈ ਹੌਲੀ ਦੇ ਕੇ ਗੂੰਗੇ ਨੇ ਕਿਹਾ ਰੌਲਾ ਕੀ ਹੈ ਤੈਨੂੰ ਦੱਸਿਆ ਸੀ ਭਰਜਾਈ ਆ ਤੇਰੀ ਹੁਣ ਭਰਜਾਈ ਇਹਦੇ ਵਾਲੇ ਹੋਣ ਵਾਲੇ ਖਸਮੇ ਕੁੱਟੀ ਤੇ ਟਾਈਮ ਹੋ ਫੇ ਕਾਹਨੂੰ ਹੁਣ ਪੈਦੇ ਬਚਦਾ ਮੂਹਰੇ ਹੋ ਹੱਥ ਫੜ ਹੁਣ ਅਗਦੀ ਦਾ ਜਦ ਤਾਂ ਬਹੁਤ ਡਾਂਡਾ ਬਣ ਕੇ ਤੁਰਿਆ ਬਣਿਆ ਸੀ ਹੁਣ ਸਾਹਿਬ ਹੱਥ ਫੜ ਅਗੇ ਆਈ ਦਿਖਣੀ ਹੈ ਘੜੇ ਨਹੀਂ ਹੈ ਨੀ ਤੇਰੇ ਜੁੜ ਤੇ ਫੜਾ ਹੋ ਫਿਰ ਇੱਧਰ ਹੋਰ ਮੰਜੇ ਤੇ ਪਾਉਂਦੇ ਪੰਜ ਵਜੇ ਮੈਂ ਬਹਿਣਾ ਇੱਥੇ ਉਹ ਜਾ ਤੁਰਨਾ ਬੜ ਓਏ ਤੁਹਾਡਾ ਭਾਈ ਅਦੂ ਐ ਨੀ ਗਈ ਰਹਾ ਹੁੰਦਾ ਨਾ ਇਹ ਨੀ ਗੱਲ ਇਵੀਂ ਮਾਨੀ ਆ ਉਹ ਟੁੱਟਦਾ ਬੰਦਾ ਇਹਦਾ ਹੱਥ ਫੜੇਦਾ ਗੂੰਗਾ ਜਮੇ ਮਿਰਜ਼ਾ ਬਣਿਆ ਬੈਠਾ ਅਖੀਰ ਗੱਲ ਚੱਲੀ ਜਾਂਦਾ ਓ ਗਾਰ ਆ ਤੱਕ ਬੱਕਰੀਆਂ ਵੇਚਣ ਦੇ ਮੈਨੂੰ ਹੱਥ ਚ ਪੈਸੇ ਕਰਨ ਦੇ ਨਾਲੇ ਮੈਨੂੰ ਕੋਈ ਹੀਲਾ ਕਰਨ ਦੇ ਬੱਕਰੀਆਂ ਵੇਚ ਕੇ ਨੇਕੇ ਨੇ ਹੱਥ ਚ ਕਰ ਲਈ ਆਪਣੇ ਬੈਲੀ ਯਾਰ ਰੰਗੜ ਦੇ ਕੋਲ ਚਲੇ ਗਿਆ ਆ ਵੀ ਨੇਕਿਆ
ਨੇਕੇ ਨੂੰ ਦੇਖ ਜਾ, ਉਹਨੇ ਪਾਸਾ ਮਾਰਿਆ, ਮੰਜੇ ਦੀਆਂ ਚੂੜਾਂ ਨੇ ਦਿਖਾਈ ਮਾਰੀ, ਸਾਰੀ ਉਮਰ ਤੈਨੂੰ ਸਵਾਲ ਨੀ ਪਾਇਆ ਵੱਡੇ ਬਾਈ, ਅੱਜ ਸਵਾਲੀ ਬਣ ਕੇ ਤੇਰੇ ਦਰ ਤੇ ਆਇਆ, ਦਵਾਈ ਆ ਮੇਰੇ ਰਾਮ ਦੀ ਖਾਲੀ ਨਾ ਮੋੜੀ। ਉਹ ਸਾਡੀ ਇੱਕ ਦਾ ਬਾਲ ਤੇਰੀ ਖਾਤਰ ਅਸੀਂ ਬੰਦਾ ਮਾਰ ਦੀਏ, ਤੂੰ ਇੱਕ ਹਰੀ ਗੱਲ ਤਾਂ ਮੂੰਹੋਂ ਕਰ, ਟਾਲੀਆਂ ਬਿਓ ਕਰ ਦੀਏ, ਸਾਡੀ ਸਿੱਖ ਦਾ ਬਾਲ ਬੰਦਾ ਨੀ ਬਾਈ ਬਣਾਉਣਾ, ਤੂੰ ਹੋਰ ਮੈਂ ਖੰਡ ਪਾਸ ਕਰਾਉਣਾ ਲੰਘਣਾ ਪਿਆ ਯਾਰੀ ਸਿਰ ਨਾਲ ਨਵਾਉਣੀ। ਅੱਛਾ ਤੀਵੀ ਕੱਢਣੀ ਆ ਕੋਈ ਕੱਟੇ ਨੂੰ ਦੇਹੜ ਮਨ ਦੁੱਧ ਦਾ ਕੀ ਲੇਸ, ਮੈਂ ਸਮਝਿਆ ਨੀ ਕਹਾਣੀ ਜਿਹਾ ਪਾ, ਤੂੰ ਤਾਂ ਤੀਵੀ ਕੱਢ ਲੇਗਾ, ਸਾਡਾ ਪਿੰਡ ਚ ਬੈਰ ਪੈ ਜੂ, ਸਾਡਾ ਕੀ ਫਾਇਦਾ ਉਹਦੇ ਚ। ਨਹੀਂ ਬਾਈ ਆ ਗੱਲ ਤੂੰ ਪੁੱਠੀ ਨਾ ਕਰ, ਮੇਰੀ ਜਾਨ ਹੈ, ਮੈਂ ਤਾਂ ਜਾਨ ਨਿਲਾਮ ਕਰੀ ਬੈਠਾ, ਤੂੰ ਸਾਨੂੰ ਬਠਿੰਡਿਓ ਰੇਲ ਚਾੜ ਦਿਓ ਬਸ, ਠੀਕ ਹੈ ਇਉਂ ਕਰ, ਕਾਰ ਤੇ 10 ਬੋਤਲਾਂ ਤੇ 4 ਕਿਲੋ ਬੱਕਰਾ ਬਣਾ ਲਈ, ਆਵਾਂਗੇ ਸਾਰਾ ਸਮਾਨ ਬਣਾ ਕੇ। ਜਿੱਦਣ ਤੁਰਨਾ ਸੀ ਰੰਗੜ ਦੇ ਘਰੇ ਪਹੁੰਚੇ, ਰੰਗੜ ਤੇ ਉਹਦਾ ਸਾਥੀ ਮੱਸਾ ਅੜੀਕ ਚ ਬੈਠੇ, ਨਾਲ ਹੀ ਦੋਨੇ ਰਫਲਾਂ ਮੰਜੇ ਦੇ ਨਾਲ ਚੁਕਾਈਆਂ ਹੋਈਆਂ, ਦੋਨਾਂ ਦੇ ਚਿਹਰੇ ਕਰੂਪ ਆ ਗਿਆ, ਖਸਮਾ ਬੱਕਰੇ ਦਾ ਮਾਸ ਰੱਜੇ, ਰੰਗੜ ਨੇ ਬੜਾ ਸਾਰਾ ਢਕਾਰ ਮਾਰ ਕੇ ਪਰਾ ਭਗਾ ਕੇ ਮਾਰਿਆ। ਆਉਣਾ ਸੀ ਬਾਈ ਬਾਦਸ਼ਾਹ ਜੇ ਹੱਥ ਦਿਆਲ ਹੋਵੇ, ਰੱਬ ਦਿਆਲ ਹੋਵੇ, ਖੇਤੀ ਉਗਦੀਆਂ ਭੁੱਜਿਆਂ ਦਾਣਿਆਂ ਦੀ। ਕਵੀਸਰੀ ਵੀ ਕਰਦਾ ਇਹਦਾ ਮੱਸਾ ਬੋਲਿਆ, ਕਵੀਸਰੀ ਕਰਦਾ ਕਵੀਸਰੀ ਘਬਰਾ, ਇਹਨੂੰ ਤੀਵੀ ਜੁੜ ਗਈ। ਜਦ ਦਿਨ ਦਸ਼ ਪਵਾ ਆ ਗਿਆ, ਦੋ ਦੋ ਪੈਗ ਲਾ ਕੇ ਜਗੀਰੋ ਨੇ, ਜਗੀਰੋ ਦੇ ਪਿੰਡ ਦੀ ਜੂਹ ਚ ਆ ਗਿਆ, ਮਿੱਥੇ ਸਮੇਂ ਚ ਕਪਾਹ ਚੋਂ ਨਿਕਲੀ ਜਗੀਰੋ ਥਾਂ ਦੇ ਕੇ ਅੰਬੈਸਡਰ ਚਾਹ ਬੜੀ। ਜਦ ਜਗੀਰੋ ਦਾ ਸਧੂਰੀ ਰੰਗ ਦੇਖਿਆ, ਰੰਗੜ ਦਾ ਦਿਲ ਛੁਰੀ ਉਹਦੇ ਮੱਥੇ ਦਾ ਲੱਗਿਆ, ਗਨਾਸੇ ਦਾ ਟੱਕ ਤਸੂ ਲੰਗੂ ਖੜਾ ਹੋ ਗਿਆ, ਦੇਖਿਆ ਬਾਈ ਤੇਰੀ ਯਾਰ ਚੋਣ ਬਹੁਤ ਸਰਿਆ, ਮੋਟਾ ਵੱਡਾ ਹੀ ਮਾਰਿਆ, ਸੋਰੀ ਗੈਸ ਨੂੰ ਜਗਦੀ ਹੈ। ਮੱਛੇ ਨੇ ਭੇਜੀ ਅੱਖ ਨਾਲ ਜਗੀਰੋ ਦੇ ਮਰ ਦੇ, ਤੂੰ ਬਾਈ ਠੀਕ ਹੈ, ਤੇਰੇ ਨਾਲ ਅਸੀਂ ਖੜਾਂਗੇ, ਸਾਡਾ ਗੱਲ ਬਹੁਤ ਸਿਰੇ ਕਰਦੀ ਮੈਂ ਮੱਸਿਆ। ਹਾਂ ਬਾਈ ਦੇਖ ਨਿਗਾ ਮਾਰ ਕੇ ਭਰਜਾਈ ਤੇ, ਬਾਈ ਐ ਨਾ ਕਰੋ ਤੁਸੀਂ ਆਹ ਤਾਂ ਗੱਲ ਗਲਤ ਕਰਦੇ ਹੋ। ਮੱਸਾ ਮੂਹਰੇ ਬੈਠਾ ਸੀ, ਰੰਗੜ ਪਿੱਛੇ ਸੀ, ਰੰਗੜ ਦੇ ਨਾਲ ਨੇਕਾ ਬਹਿ ਗਿਆ, ਨੇਕੇ ਦੇ ਉੱਪਰ ਪਾਸੇ ਜਗੀਰੋ ਬਹਿ ਗਈ, ਰੰਗੜ ਦੇ ਗੱਲਾਂ ਕਰਦੇ ਕਰਦੇ ਨੇਕੇ ਦੇ ਉੱਪਰ ਦੀ ਹੱਥ ਪਾ ਕੇ ਜਗੀਰੋ ਦੇ ਮੋਢੇ ਤੇ ਰੱਖ। ਜਗੀਰੋ ਨੇ ਜਿਸ ਘੁੰਮ ਕੇ ਦੇਖਿਆ, ਹੱਥ ਨੂੰ ਪਾ ਕੇ ਰੰਗੜ ਦੇ ਨੂੰ ਗੁੱਟ ਨੂੰ ਹੱਥ ਪਰਾਂ ਮਾਰਿਆ, ਭਗਾ ਕੇ ਸਿੱਧਾ ਹੋ ਗਿਆ, ਬੈਠ ਬੈ, ਮੈਂ ਡਾਂਡ ਮਾਰਦੀ ਆ ਭੋਗ ਤੋਂ ਝਾਕਦਾ ਮੇਰੇ ਵੱਲੋਂ, ਖਬਰਦਾਰ ਹੱਥ ਲਾਇਆ ਮੈਨੂੰ, ਹੈ ਵੀ ਗੱਲ ਆ ਉਹ ਜਹਾਨ ਫੂਕਦੀ ਹੈ, ਸਾਡਾ ਕੋਈ ਮੂਤ ਨਾ ਲੰਘੇ, ਮੂਤ ਮਾਰ ਦੀ ਗੱਲ ਫੇਰ ਕਰੀ, ਮੋਢੇ ਤੋਂ ਹੱਥ ਚੱਕ, ਗਰੀਬ ਮੁਰਗੇ ਨੂੰ ਕੱਠੀ ਜਿਹੜਾ ਹੋਵੇ ਮੈਂ ਕੱਠੀ ਹੁੰਦੀ ਹਾਂ, ਕੱਠਾ ਦਾ ਤੂੰ ਹੁੰਦਾ, ਪਰਾ ਹੱਥ ਰੱਖ। ਨੇਕਾ ਕਰਿਆ ਬੈਠੇ ਜਗੀਰੋ ਪਿੱਥਰ ਕੇ ਪੈ, ਰਾਤ ਪੀਂਦੇ ਬਕਵਾਸ ਕਰਦੇ ਬਠਿੰਡੇ ਸਟੇਸ਼ਨ ਦੇ ਜਰਿਆ, ਜਗੀਰੋ ਨੇ ਉਤਾਰ ਕੇ ਨੇਕੇ ਤੇ ਲੰਗੜ ਉਹਨਾਂ ਦਾ ਧੰਨਵਾਦ ਕੀਤਾ, ਰੱਬ ਰੱਬ ਕਰਦੀ ਦਾ ਸਾਹ ਘੁੱਟਿਆ। ਜੇ ਨੇਕਾ ਦਾ ਬੂੜਾ ਉਤਰੇ ਹਾਕ ਮਾਰ ਲਈ, ਦਰਵਾਜੇ ਹੱਥੇ ਪੈਰ ਖੁੱਲਿਆ, ਨਾਲੇ ਬ੍ਰਹਮੰਗੂ ਰੱਖਾਂਗੇ, ਨਾਲੇ ਤੇਰਾ ਪਿੰਡ ਨਾ ਝਾ ਕੇ ਬੰਦੇ ਮਾਰ ਕੇ ਲਾਈਨਾਂ ਲਾ ਦਿਆਂਗੇ, ਮੱਸੇ ਨੇ ਕਿਹਾ। ਰੰਗੜ ਕਹਿੰਦਾ ਠੀਕ ਆ ਛੋਟਾ ਭਾਈ ਆਏ, ਗੱਲ ਠੀਕ ਹੈ, ਤੇਰੀ ਰਾਖੀ ਕੀਤੀ ਆ, ਜਾਲ ਵੇਲੇ ਮਹਾਰਾਜ ਸਤਿ ਸ੍ਰੀ ਅਕਾਲ ਤਾਂ ਬੁਲਾ ਕੇ ਜਾ, ਕਿੱਥੇ ਲੰਗੂਰਾਂ ਨੂੰ ਲੈ ਆਇਆ ਢਹਿ ਜਾਣਿਆਂ ਨੂੰ, ਇਹਦਾ ਬਿਨਾਂ ਕਿੱਥੇ ਪੂਰੀ ਪੈਣੀ, ਪੂਰੀ ਕਮਲੀ ਨਾ ਬਾਣਾ, ਢਹਿ ਜਾਣੇ ਨੇ ਚੂੰਡੀ ਮੇਰੇ ਮੌਤ ਤੇ ਵੱਡੀ ਲਾਸ਼ ਪਾਈ ਪਈ, ਜਮੂੜਾ ਜੇ ਹੱਥ ਸੀ ਮੇਰਾ ਆੜੀ ਹੁੰਦਾ, ਜੇ ਚਾਹੁੰਦੇ ਇਹਨਾਂ ਦੀ ਕੀ ਲੋੜ ਸੀ। ਰੰਗੜ ਆਉਣੀ ਹਲੇ ਗੱਲਾਂ ਕਰਦੇ ਰੇਲਵੇ ਸਟੇਸ਼ਨ ਦੇ ਬਾਹਰ ਖੜੇ ਸੀ, ਦਾਰੂ ਨਾਲ ਝੂਲ ਦਾ ਮੱਸਾ ਬਾਹਰ ਖੜ ਕੇ ਪੈਰ ਤੇ ਮੂਤਣ ਲੱਗ ਗਿਆ। ਗੱਲ ਸੁਣੋ, ਜੇ ਬਾਹਰ ਸ਼ਰ ਲੱਗ ਜਾਣਾ ਤੇ ਲੱਤ ਵੀ ਚੱਕ ਹੋਏ ਪੈਰ ਤੇ ਜੇ ਖੜਾ। ਰੰਗੜ ਨੇ ਕਿਹਾ ਗੱਡੀ ਅਜੇ ਘੰਟੇ ਨੂੰ ਆਉਣੀ ਸੀ, ਅੰਦਰ ਵੜ ਗਏ, ਤੁਰੇ ਜਾਂਦੀ ਨੇਕੋ ਨੂੰ ਫੇਰ ਜਿਹੜਾ ਜਗੀਰ ਨੂੰ ਹਾਕ ਮਾਰੀ। ਰੰਗੜ ਨੇ ਸੁਣ ਲਈ ਮੇਰੀ ਗੱਲ, ਇਹੋ ਜੀ ਬੇਸੋਚ ਹੋਈ ਜੇ ਮੁੰਡਾ ਹੁਮੜਿਆ ਹੀ ਰੇਲਵੇ ਸਟੇਸ਼ਨ ਤੇ ਪਹਿਲੀ ਵਾਰ ਜਗੀਰੋ ਗਏ ਸੀ, ਮੇਲਾ ਲੱਗਿਆ ਹੋਇਆ, ਖਾਣਾ ਕੁਛ, ਨੇਕਿਆਂ ਨੇ ਕਿਹਾ ਭੁੱਖ ਤਾਂ ਹੈ ਨੀ, ਸਾਰੀ ਰਾਤ ਸਫ਼ਰ ਕਰਨਾ, ਨੇਕਿਆ ਗੱਲ ਦੱਸਾਂ ਬੋਲ, ਜਵਾਕਾਂ ਦਾ ਮੋਹ ਆਉਂਦਾ ਮੇਰੀ, ਜਵਾਕਾਂ ਬਿਨਾਂ ਮੇਰਾ ਜੀ ਖੁੱਸੀ ਜਾਂਦਾ, ਪਹਿਲੀ ਵਾਰ ਮੈਂ ਬਲੂਰ ਛੱਡ ਕੇ ਤੁਰੀ ਆ, ਕੁਸੇ ਕੁਸੇ ਹਾਂਜੀ, ਜਾਂ ਫਿਰ ਮੁੜ ਚੱਲੀਏ ਆਪਾਂ। ਫਿਰ ਨੇਕਾ ਕਹਿੰਦਾ ਮੁੜ ਕੇ ਕੀ ਕਰਨਾ, ਮੁੜ ਕੇ ਕੀ ਕਰਨਾ, ਪਿੰਡ ਵਸੂਗਾ, ਖੜਕੂਗੀ, ਆਹ ਜਮਦੂਤ ਮੂਹਰੇ ਰੱਖਾਂਗੇ, ਹੋਰ ਕੀ ਆ, ਬੰਦੇ ਮਰਨਗੇ, ਹੋਰ ਸਾਰਾ ਜੇਲ੍ਹ ਹੋ ਜੇ, ਨਾ ਇਹ ਨੀ ਗੱਲ, ਹੋਰ ਕੁਛ ਹੋਣਾ ਚਾਹੀਦਾ, ਹੋਰ ਕੀ ਹੋਣਾ ਚਾਹੀਦਾ, ਆਹੀ ਕੋਈ ਹੋਊ, ਹੁਣ ਪੈਰ ਪੱਟ ਲਿਆ, ਉਦਣ ਤਾਂ ਰਾਤ ਨੂੰ ਕਹਿੰਦੀ ਸੀ ਹੱਥ ਨਾ ਫੜ,
ਹੁਣ ਜਵਾਬ ਯਾਦ ਆਉਂਦੇ ਆ ਚੱਲ ਤੂੰ ਪਹਿਲਾਂ ਰੋਟੀ ਖਾ ਲੜੋਂ ਕੱਢੀ ਹੋਈ ਰੋਟੀ ਖਾ ਲਈ ਜਾਨੂ ਦਿੱਲੀ ਵਾਲੀ ਗੱਡੀ ਆ ਗਈ ਲੋਕ ਭੱਜ ਲੈਂਦੇ ਖੋਚੜਿਆਂ ਨੂੰ ਅੱਗ ਕਿਵੇਂ ਲੱਗਿਆ ਜਗੀਰ ਉਹਨੂੰ ਟ੍ਰੇਨ ਦਾ ਸਫ਼ਰ ਪਹਿਲੀ ਵਾਰ ਕਿਉਂ ਖਿੱਚ ਜਾਂਦੇ ਆ ਰੇਲ ਲੋਕ ਲੋਕ ਰੇਲਾਂ ਚ ਐ ਚੜ੍ਹਦੇ ਹੋ ਝੰਡੀ ਹੋ ਗਈ ਹਜੋਕਾ ਮਾਰਿਆ ਗੱਡੀ ਬਰੋਲਾ ਬਣ ਕੇ ਦਿੱਲੀ ਦੀ ਸਿੱਖ ਨੂੰ ਚੜੀ ਜਾਂਦੀ ਏਡੀ ਹੋ ਕੇ ਆਰਾਮ ਕਰ ਲਾ ਬਿੰਦ ਮੈਂ ਉੱਠ ਖੜਦਾ ਤੂੰ ਇੱਥੇ ਪੈ ਜਾ ਸਫ਼ਰ ਪਤਾ ਹੀ ਨਾ ਕਰ ਲੱਗਾ ਜੀਰ ਉਹਦੀ ਅੱਖ ਖੋਲੀ ਦਿਨ ਚੜ੍ਹਦੇ ਨੂੰ ਟ੍ਰੇਨ ਜੀਂਦ ਪਹੁੰਚ ਗਈ ਚਾਹ ਵਾਲਿਆਂ ਨੇ ਰੌਲਾ ਪਾ ਲਿਆ ਚਾਏ 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 ਕਰਦਿਆਂ ਨੇ ਚਾਹ ਪੀਣੀ ਆ ਨਹੀਂ ਕਿੰਨੀ ਕੁ ਬਾਤ ਰਹੀ ਬਾਅਦ ਤੂੰ ਮੈਂ ਕਿਹੜਾ ਆਇਆ ਪਹਿਲਾਂ ਮੇਰੇ ਬੰਦਾ ਵੀ ਪਹਿਲੀ ਵਾਰ ਦਿੱਲੀ ਚੱਲਿਆ ਇੱਕ ਜਿਹਾ ਬੰਦਾ ਕਹਿੰਦਾ ਪਹਿਲੀ ਵਾਰ ਚੱਲੋ ਦਿੱਲੀ ਆਹੋ ਪਹਿਲੀ ਵਾਰ ਚੱਲਿਆ ਜਾਣਾ ਕਿੱਥੇ ਆ ਦਿੱਲੀ ਦਿੱਲੀ ਬਹੁਤ ਵੱਡਿਆ ਤੂੰ ਪਿੰਡੀਆਂ ਲੈਣੀਆਂ ਤੇ ਮੈਂ ਗੁਰਦਾਵਰੀ ਸਾਲਾ ਕਰਨ ਲੱਗਿਆ ਅਸੀਂ ਜਾਣਾ ਤਾਂ ਜਾਣਾ ਜਦ ਨੇਕੇ ਨੇ ਕਿਹਾ ਉਹਦਾ ਪੇਕੇ ਮੈਂ ਊਂ ਪੁੱਛਦਾ ਸੀ ਟੀਵੀ ਮਾਨੀ ਆ ਨਾਲ ਵੀ ਸਾਨੂੰ ਵੀ ਪਤਾ ਇੱਥੇ ਬਹਿ ਜਾ ਪੂਰਾ ਪਊ ਉੱਤੇ ਚੱਲੇ ਦਿਨ ਚੜ੍ਹਦੇ ਨੂੰ ਦਿੱਲੀ ਆ ਗਈ ਜਦ ਦਿੱਲੀ ਤੋਂ ਉਤਰੇ ਹੁਣ ਗਾਹਾਂ ਕਿੱਥੇ ਨੂੰ ਜਾਣਾ ਹੁਣ ਗਾਹਾਂ ਕੀ ਪ੍ਰੋਗਰਾਮ ਹੈ ਜੰਗੀਰ ਉਹਨੇ ਨੇਕੇ ਨੂੰ ਕਿਹਾ ਪ੍ਰੋਗਰਾਮ ਤਾਂ ਮੈਨੂੰ ਵੀ ਨੀ ਪਤਾ ਜਿੱਥੇ ਰੱਬ ਲੈ ਚੱਲੂ ਹਲੇ ਰੌਲਾ ਹੀ ਪੈਂਦਾ ਸੀ ਬਾਹਰ ਨਾਰੇ ਲੱਗਣ ਲੱਗ ਗਏ ਲੋਕਾਂ ਦੀ ਭੀੜ ਇਕੱਠੀ ਹੋ ਗਈ ਨੇਕੇ ਨੇ ਸਟੇਸ਼ਨ ਤੇ ਇੱਕ ਬੰਦੇ ਨੂੰ ਇਹ ਮਾਜਰਾ ਕੀ ਹੈ ਬਹੁਤ ਔਖਾ ਹੋ ਗਿਆ ਇੱਥੇ ਤਾਂ ਰਾਤ ਇੱਕ ਚੱਲਦੀ ਬੱਸ ਚ ਕੁੜੀ ਦਾ ਬਲਾਤਕਾਰ ਹੋ ਗਿਆ ਕੁੜੀ ਚੂੰਜ ਕੇ ਖਾ ਲਈ ਚਾਰ ਜਣਿਆਂ ਨੇ ਨਾਲ ਦਾ ਮੁੰਡਾ ਕੁੜੀ ਦੇ ਉਹ ਮਾਰਤਾ ਅੱਛਾ ਰਾਤ ਦੀ ਗੱਲ ਹੈ ਮੈਡੀਕਲ ਕਾਲਜ ਦੀ ਵਿਦਿਆਰਥਣ ਸੀ ਕਾਲੇ ਸ਼ੀਸ਼ੇ ਵਾਲੀ ਬੱਸ ਮੂਹਰੇ ਖੜੀ ਕੁੜੀ ਤੇ ਉਹਦੇ ਨਾਲ ਦਾ ਮੁੰਡਾ ਦੋ ਚੜ ਗਏ ਵਿੱਚ ਬੈਠੇ ਸੀ ਜਿਹੜੇ ਉਹਨਾਂ ਚਾਰਾਂ ਨੇ ਬਲਾਤਕਾਰ ਕੀਤਾ ਕੁੜੀ ਵੀ ਮਾਰਤੀ ਕੁੜੀ ਮਰ ਗਈ ਖਾਨੀ ਰਹਿ ਗਈ ਖਾਨੀ ਸੈਂਤ ਭਾਈ ਨਾਲ ਦਾ ਮੁੰਡਾ ਮਰ ਗਿਆ ਬਹੁਤ ਬੁਰਾ ਹੋ ਗਿਆ ਇਹ ਤਾਂ ਦਿੱਲੀ ਬਹੁਤ ਮਾੜੀ ਹੈ ਜਦ ਉਹਨੇ ਗੱਲ ਕੀਤੀ ਜੰਗੀਰ ਉੱਤੇ ਉਹ ਇਕੱਠੇ ਦੇ ਹੋ ਬੈਠੇ ਰਹੇ ਜਦ ਨੂੰ ਇੱਕ ਨਾਲ ਪੇਸ਼ੈਂਟ ਨਾਲ ਲੈ ਗੰਜ ਤੇ ਆ ਕੇ ਚਾਦਰੇ ਵਾਲਾ ਬੰਦਾ ਬਹਿ ਗਿਆ ਚਾਦਰਾ ਉੱਪਰੋਂ ਕੁਰਤਾ ਨਾਲ ਬਾਸਕਟ ਪਾਈ ਨਾਲ ਪੂਰੀਆਂ ਚਰੰਗ ਗੱਲਾਂ ਮੋਟੀਆਂ ਜਦ ਹੱਸੇ ਦੂਰੋਂ ਆਉਂਦਾ ਤਾਂ ਉਹਦੀਆਂ ਅੱਖਾਂ ਬੰਦ ਹੋ ਜਾਣ ਗੱਲਾਂ ਐ ਲੱਗਣ ਜਿਵੇਂ ਅੱਖ ਤੇ ਚੜ ਗਈ ਆਉਂਦੀਆਂ ਧੱਕੀਆਂ ਮੁੱਛਾਂ ਐ ਇੱਕ ਬੰਦੋਂ ਬਿਨਾਂ ਲੜ ਛੱਡਣੀ ਪੱਗ ਕੋਲ ਆ ਕੇ ਲਗਿਆ ਕਿਸ ਤਰ੍ਹਾਂ ਭਾਊ ਕਿੱਥੋਂ ਆਏ ਜੇ ਪੰਜਾਬ ਤੋਂ ਜਿਹੜਾ ਜ਼ਿਲ੍ਹਾ ਜ਼ਿਲ੍ਹਾ ਮੋਗਾ ਤੁਹਾਡਾ ਹੌਸਲਾ ਮੈਂ ਤਾਂ ਅੰਮ੍ਰਿਤਸਰੀ ਆ ਤਾਂ ਅਸੀਂ ਦਿੱਲੀ ਓ ਰਹਿੰਦੇ ਆ ਬਹੁਤਾ ਕੰਮ ਆਇਆ ਤੇ ਟਰੱਕਾਂ ਦਾ ਇੱਥੇ ਤੇ ਹੁਣ ਕਿੱਥੇ ਨੂੰ ਅੰਮ੍ਰਿਤਸਰ ਨੂੰ ਜਾਣਾ ਤਾਂ ਅੰਮ੍ਰਿਤਸਰ ਹੀ ਹੈ ਤੇ ਟ੍ਰੇਨ ਕਾਹਦਾ ਆਉਣੀ ਹੈ ਮੈਨੂੰ ਕੀ ਪਤਾ ਜੀ ਮੈਨੂੰ ਤਾਂ ਆਪ ਨੀ ਪਤਾ ਹਿੰਦੁਸਤਾਨ ਦਾ ਸਾਰਾ ਕਾਨੂੰਨ ਹੈ ਪੁੱਟਾ ਉਹ ਕਿਵੇਂ ਬਲਾਤਕਾਰ ਹੋਈ ਲੜਕੀ ਨਾਲ ਹਮਦਰਦੀ ਲੋਕਾਂ ਨੇ ਕਰਤੀ ਹਮਦਰਦੀ ਕਰਨ ਦੇ ਦਿੱਲੀ ਫੂਕਣ ਦਾ ਅਸੀਂ ਕੀ ਕਰਨਾ ਇੱਥੇ ਬਾਲਾ ਤੰਗ ਹੈ ਸੰਤਰੀ ਤੋਂ ਮੰਤਰੀ ਸਭ ਇੱਕ ਤੋਂ ਕੱਡੇ ਵੱਡੇ ਹੁਣ ਜਦ ਕੁੜੀ ਦਾ ਧੂੰਆਂ ਰੋਲ ਹੋ ਗਿਆ ਉਹਦੀ ਜ਼ਿੰਦਗੀ ਗਰਾਰ ਕਰਤੀ ਹੁਣ ਅੱਗਾਂ ਲੱਗਣ ਡਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬਾਅਦ ਵੀ ਇੱਥੇ ਐਵੇਂ ਹੋਇਆ ਸੀ 1984 ਪਤਾ ਤੈਨੂੰ ਬਾਬੂ ਜੀ ਮੈਨੂੰ ਤਾਂ ਪਤਾ ਨੀ ਕਹਿੰਦਾ ਪਹਿਲੀ ਵਾਰ ਆਇਆ ਆਹੋ ਜਦੋਂ ਇੰਦਰਾ ਮਾਰੀ ਸੀ ਇੱਥੇ ਹੀ ਆਈ ਸੀ ਭਾਊ ਸਾਡਾ ਬੁਰਾ ਹਾਲ ਹੋ ਗਿਆ ਟੈਕਸੀਆਂ ਫੂਕਤੀਆਂ ਸਾਡੀਆਂ ਨਾਲ ਹੀ ਸਾਡੇ ਟਰੱਕ ਲੂਹਤੇ ਸੀ ਮਹਾਂ ਅਸੀਂ ਜਾਨ ਬਚਾਈ ਸੀ ਜੀ ਨੇਕੇ ਨੇ ਸਮਾਨ ਇਕੱਠਾ ਕਰਨਾ ਸੀ ਤਾਂ ਜਗੀਰ ਉਹ ਕਹਿੰਦੀ ਆਹ ਕੀ ਹੋ ਗਿਆ ਚੱਲ ਕੱਪੜੇ ਚੱਕ ਕਿਉਂ ਆਪਾਂ ਤਾਂ ਪੰਜਾਬ ਨੂੰ ਕੂਚ ਕਰਨਾ ਕਿਉਂ ਹੁਣ ਕੀ ਹਨੇਰੀ ਆ ਗਈ ਕਦੇ ਮਰ ਜਾ ਚਿੜੀਏ ਕਦੇ ਨਾ 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 ਪੰਜਾਬ ਆਪਣਾ ਪੰਜਾਬ ਹੀ ਹੈ ਚੰਗਾ ਕਹਿਲਾ ਮਾੜਾ ਕਹਿਲਾ ਮੈਂ ਨੀ ਇੱਥੇ ਰਹਿਣਾ ਉਹ ਬੱਸ ਦੇ ਵਿੱਚ ਇੱਥੇ ਬਲਾਤਕਾਰ ਲੋਕਾਂ ਨਾਲ ਹੋਈ ਜਾਂਦਾ ਆ ਭਾਊ ਕਹਿ ਕੇ ਹਟਿਆ 1984 ਦੀ ਇੱਥੇ ਕੋਈ ਪ੍ਰਧਾਨ ਮੰਤਰੀ ਮਰ ਗਈ ਇੱਥੇ ਬੰਦੇ ਫੂਕ ਤੇ ਮੈਂ ਤਾਂ ਨੀ ਦਿੱਲੀ ਰਹਿੰਦਾ ਜਗੀਰੋ ਕਹਿੰਦੀ ਤੈ ਮੈਨੂੰ ਬੜੀ ਅਕਰਿਆੜਿਆ ਜਿਹਾ ਮਾਰਿਆ ਨਾ ਕਦੇ ਜੀਵ ਪਾ ਚਿੜੀਏ ਕਦੇ ਮਤ ਪਾ ਚਿੜੀਏ ਪਹਿਲਾਂ ਮੇਰੀ ਗੱਲ ਸੁਣ ਹਾਂ ਬੋਲ ਮੈਂ ਗੁਸਲਖਾਨੇ ਜਾ ਕੇ ਆਉਣਾ ਅੱਛਾ ਭਾਊ ਜੀ ਹਾਂਜੀ ਇਹ ਮੇਰੀ ਘਰ ਵਾਲੀ ਨੇ ਜੀ ਉਹ ਕੰਮ ਕਰਕੇ ਆਉਣਾ ਕੀ ਕੰਮ ਕਰਕੇ ਆਉਣਾ ਭਾਊ ਉਹ ਗੁਸਲਖਾਨੇ ਜਾਣਾ ਬਹਾਦੂਰ ਜਾਣਾ ਜਾਓ ਭਜਾਈ ਜੀ ਜਾਓ ਉਹ ਜਗਾ ਕੇ ਆਓ ਸਰ ਲਾਓ ਸਾਹਮਣੇ ਹੀ ਉਹ ਭਾਈ ਲੈ ਨਾਲ ਲੈ ਕੇ ਚੱਲ ਮੇਰੇ ਮੈਂ ਇਹਨੂੰ ਇਹਨੂੰ ਨੀ ਪਤਾ ਤੂੰ ਮੇਰੇ ਨਾਲ ਭਾਊ ਚੱਲਦਾ ਭਾਊ ਤੂੰ ਮੇਰੇ ਤੋਂ ਘੁੱਟ ਪਾਉਣੀ ਬੁੜੀਆਂ ਨੇ ਗਾਹ ਬਾਸ਼ੂ ਚ ਜਾ ਕੇ ਭਾਊ ਜਾ ਤੂੰ ਗਾ ਤੂੰ ਤੇਰੀ ਬੁੱਢੀ ਆ ਤੂੰ ਤਰ੍ਹਾਂ ਮੂਹਰੇ ਖੜਕੇ ਕਰਾ ਮੈਂ ਨੀ ਜਾਣਾ ਭਾਊ ਫਿਰ ਬਸ ਟ੍ਰੇਨ ਆ ਗਈ ਅਸੀਰ ਟ੍ਰੇਨ ਦੇ ਵਿੱਚ ਭਾਊ ਚੜ ਗਿਆ ਮੂਹਰੇ ਨੇਕਾ ਬਹਿ ਗਿਆ ਨਾਲ ਜਗੀਰੋ ਬਹਿ ਗਈ ਗੱਲਾਂ ਚੱਲਦੀਆਂ ਤੁਸੀਂ ਵਿਆਹ ਨੂੰ ਕਿਸੇ ਵਿਆਹ ਸਾਹੇ ਤੇ ਚੱਲੇ ਹੋ ਭਾਊ ਜੀ ਉਹ ਨਹੀਂ ਯਾਰ ਵਿਆਹ ਕਾਹਨੂੰ ਚੱਲਿਆ ਭਾਊ ਜੀ ਮੈਂ ਤਾਂ ਆਪਣੇ ਸਾਲੇ ਤੇ ਸਾਲੇ ਹਾਰ ਦਾ ਰਾਜੀਨਾਮਾ ਕਰਾਉਣ ਚੱਲਿਆ ਗੜਬੀ ਚੱਲਦੀ ਉਹਦੀ ਸਾਲੇ ਹਾਰ ਤੱਤੀ ਬਹੁਤ ਹੈ ਉਹਦੀ
ਘਰਵਾਲੀ ਤੇ ਸਾਲਾ ਮੇਰਾ ਸਾਹੂ ਬਹੁਤ ਆ ਨਿੱਤ ਲੜਦੇ ਸੀ ਮੈਂ ਤਾਂ ਮਾਦਾ ਉਹਨਾਂ ਨੂੰ ਦਿੱਲੀ ਲੈ ਆਈ ਅਸੀਂ ਦਿੱਲੀ ਆਏ ਸੀ ਅਸੀਂ ਤਾਂ ਪੰਜਾਬ ਨੂੰ ਮੁੜ ਚਲੇ ਤੁਸੀਂ ਉਹਨਾਂ ਨੂੰ ਦਿੱਲੀ ਕਿਉਂ ਲਿਆਉਣ ਨੂੰ ਫਿਰਦੇ ਹੋ ਬਸ ਭਾਊ ਅਸੀਂ ਤਾਂ ਇੱਥੇ ਹੀ ਹੈ ਪਰ ਪ੍ਰਵਾਸ ਹੈ ਪ੍ਰਦੇਸ਼ ਹੈ ਅਸੀਂ ਅੰਮ੍ਰਿਤਸਰ ਛੱਡ ਕੇ ਬਹੁਤ ਪੰਗਾ ਕੀਤਾ ਭਾਊ ਤੁਸੀਂ ਵੀ ਅੰਮ੍ਰਿਤਸਰ ਬਾਜੋ ਬਾਬੇ ਨਗਰੀ ਆ ਸਾਡਾ ਕਾਹਦਾ ਨਗਰ ਹੈ ਨਗਰੀ ਤੁਸੀਂ ਆਪਣੇ ਬਾਰੇ ਦੱਸਿਆ ਬਾਜੀਆ ਦੱਸਿਆ ਹੀ ਹੋਇਆ ਦੇਖ ਲਾ ਨਾਲ ਬੈਠੀ ਆ ਸਾਡਾ ਜਾਣੀ ਆਪਸ ਵਿੱਚ ਤਿਉਹ ਪੈ ਗਿਆ ਪਿੰਡ ਨੇ ਧੂੰਆਂ ਰੋਲ ਕਰਤਾ ਅਸੀਂ ਸਮਾਨ ਚੱਕਿਆ ਦਿੱਲੀ ਆਵੜੇ ਦਿੱਲੀ ਤੁਸੀਂ ਮੁੜ ਗਏ ਹੁਣ ਤੁਹਾਡੇ ਨਾਲ ਹੀ ਵਾਸ ਮੁੜ ਚੁੱਕਿਆ ਜਿਹੜੇ ਨਾਲ ਦੀ ਗੱਲ ਭਾਊ ਜਦ ਫੇਰ ਅਸਿਆ ਗੱਲਾਂ ਚੱਕ ਕੇ ਜਮਾ ਹੀ ਅੱਖਾਂ ਦੇ ਕੋਲ ਆ ਗਏ ਕੱਕੀਆਂ ਮੁੱਛਾਂ ਹੱਸੀਆਂ ਪਤਾ ਨਾ ਲੱਗਿਆ ਭਾਊ ਦੀਆਂ ਅੱਖਾਂ ਨੇਕਾ ਕਹਿੰਦੇ ਜਗੀਰੋ ਹੋ ਜੇ ਕਹਿੰਦੇ ਇਹਦੀਆਂ ਅੱਖਾਂ ਕਿੱਥੇ ਗਈ ਹੈ ਹਰ ਜਾ ਹੱਸ ਹੱਸਣੋਂ ਹਟ ਲੈਣ ਦੇ ਗੱਲਾਂ ਨੀਵੀਆਂ ਆ ਲੈਣ ਦੇ ਅੱਖਾਂ ਦਿਖਣਗੀਆਂ ਭਾਊ ਹੱਸਣੋਂ ਉੱਠਿਆ ਗੱਲਾਂ ਨੀਵੀਆਂ ਹੋ ਗਈਆਂ ਅੱਖਾਂ ਭਾਊ ਦੇ ਦਿਖਣ ਲੱਗ ਗਈ ਗੋਲ ਭਾਊ ਲਾਲ ਚਿਹਰਾ ਪਤਾ ਨੀ ਕੀ ਛਕਿਆ ਹੋਇਆ ਸੀ ਐਨ ਗਾੜਾ ਤਾਂ ਦਿਲਦਾਰ ਬੰਦਾ ਗੱਲ ਸੁਣ ਲੈ ਹੁਣ ਕਾਇਮ ਹੋ ਗਏ ਰਹੀ ਪਿੰਡੋਂ ਤਾਂ ਆ ਗਏ ਤੁਸੀਂ ਤੇ ਹੁਣ ਤੁਹਾਡਾ ਹੀਲਾ ਹੀਲਾ ਭਾਊ ਸਾਡਾ ਕੀ ਬਣਨਾ ਹੀਲਾ ਤਾਂ ਰੱਬ ਏ ਬਣਾਊ ਅੰਮ੍ਰਿਤਸਰ ਆ ਗਿਆ ਉਤਰਿਆ ਭਾਊ ਮੂਹਰੇ ਤੁਰਿਆ ਸੀਗਾ ਪਿੱਛੇ ਖੜਾ ਦੇਖੋ ਪਿੱਛੇ ਕਿਹੜੇ ਭਾਊ ਹਾਂ ਸਾਡਾ ਕਰੇਗਾ ਕੁਛ ਕਰਨਾ ਕੀ ਹੈ ਚੱਲ ਹਾਂ ਤੈਨੂੰ ਗਾਂ ਤੂੰ ਕਮਰਾ ਕਰਾ ਕੇ ਲੈ ਕੇ ਦਿਨਾ ਆਪਣੇ ਜ਼ਿੰਦਗੀ ਤੋਰੋ ਇੱਥੇ ਦਿਹਾੜੀ ਜੋਤਾ ਕਰ ਹੋਰ ਕੀ ਇੱਥੇ ਬਹੁਤ ਜਾਣਦੇ ਮੈਨੂੰ ਚੱਲ ਹਾਂ ਬਾਜ਼ਾਰ ਚ ਚਲੇ ਗਏ ਭਾਊ ਨੇ ਭਾਊ ਨੇ ਕਮਰਾ ਕਿਰਾਏ ਤੇ ਲੈ ਤਾ ਤੇ ਭਾਊ ਫਤਿਹ ਬੁਲਾ ਕੇ ਚਲ ਗਿਆ ਨੀਕੋ ਜਗੀਰੋ ਤੇ ਨੇਕਾ ਘਰੇ ਬੈਠੇ ਕੀ ਸੋਚਦੀਆਂ ਸੋਚਣਾ ਕੀ ਆ ਮੈਂ ਤਾਂ ਉਹ ਨੀ ਬੈਠੀ ਕੋਈ ਗੱਲ ਤਾਂ ਜ਼ਰੂਰ ਆ ਬੈਠ ਮੇਰੇ ਕੋਲ ਮੈਂ ਸੋਚਦੀ ਆ ਜੇ ਮੈਨੂੰ ਕੁਛ ਹੋ ਗਿਆ ਤੂੰ ਕੋਈ ਨਾ ਕੋਈ ਜਗੀਰੋ ਪੈਦਾ ਕਰ ਲੇਗਾ ਜੇ ਰੱਬ ਨਾ ਕਰੇ ਜੇ ਤੈਨੂੰ ਕੁਛ ਹੋ ਗਿਆ ਮੈਂ ਨੇਕਾ ਕਿੱਥੋਂ ਪੈਦਾ ਕਰੂ ਕਿਹੜੇ ਪੁੱਠੀਆਂ ਗੱਲਾਂ ਚ ਲੱਗ ਗਈ ਗੱਲ ਕੀ ਕਮਲ ਨੀ ਮਾਰੀ ਦਿੰਦਾ ਰੱਬ ਤੇ ਰੱਬ ਕਿਸੇ ਨੇ ਵੇਖਿਆ ਰੱਬ ਹੀ ਬੰਦਿਆਂ ਤੇ ਆਉਂਦਾ ਆਹ ਫੜਕੰਨਾਂ ਦੀਆਂ ਵਾਲੀਆਂ ਤਾਂ ਕੋਲ ਰੱਖ ਉਹ ਰੱਖ ਰੱਖ ਤੂੰ ਐ ਨਾ ਕਰ ਦੂਜੇ ਦਿਨ ਨੇਕਾ ਉੱਠਿਆ ਬਾਹਰ ਤੁਰਿਆ ਗਾਹਾਂ ਬੰਦੇ ਖੜੇ ਬਾਈ ਕੰਮ ਲੱਭ ਜੂ ਇੱਥੇ ਹਾਂ ਕੰਮ ਲੱਭਣ ਨੂੰ ਕੀ ਗੱਲ ਹੈ ਅਸੀਂ ਇੱਥੇ ਆਲੂਆਂ ਵਾਲੇ ਕੋਲਡ ਸਟੋਰ ਚ ਲੱਗਿਆ ਉੱਥੇ ਚੱਲ ਨਾਲ ਉੱਥੇ ਬੰਦੇ ਰੱਖ ਚਾਹੀਦੇ ਨੇ ਨੇਕਾ ਚੱਲ ਗਿਆ ਕੋਲਡ ਸਟੋਰ ਚ ਕੰਮ ਮਿਲ ਗਿਆ ਮੁੜ ਕੇ ਆਇਆ ਜਗੀਰੋ ਫੇਰ ਅਰਦਾਸ ਹੁਣ ਕੀ ਹੋ ਗਿਆ ਮੇਰੇ ਤਾਂ ਜਵਾਕ ਯਾਦ ਆਉਂਦੇ ਨੇ ਚੱਲ ਜਵਾਕ ਵੀ ਕਰਦੇ ਆ ਹੀਲਾ ਫੇਰ ਤਾਂ ਪੁੱਛਦਾ ਹੀ ਤੂੰ ਪਿੰਡ ਨੂੰ ਹੋਰ ਕੀ ਹੈ ਜਿਜਾ ਜਵਾਕ ਲਿਆਉਣੇ ਪੈਣ ਗਏ ਜਵਾਕ ਤਾਂ ਨੀ ਲਿਆਉਂਦੇ ਨੇ ਉਹਨੇ ਫਿਰ ਪਿੰਡ ਨੂੰ ਚੱਲਦੇ ਆ ਪੰਜ ਚਾਰ ਦਿਨ ਕੱਢ ਲੈ ਠੰਡਾ ਹੋ ਜੇ ਪਿੰਡ ਫਿਰ ਮੁੜਦੇ ਆ ਪਿੰਡ ਨੂੰ ਆਥਣ ਨੂੰ ਦੂਜੇ ਦਿਨ ਤੁਰਨ ਲੱਗਿਆ ਕੰਮ ਤੇ ਜਗੀਰੋ ਨੇਕੇ ਨੂੰ ਕਹਿੰਦੀ ਮੇਰੀ ਗੱਲ ਸੁਣੇਗਾ ਹਾਂ ਦੱਸ ਗੱਲ ਕਿਹੜੀ ਹੈ ਆਉਣ ਵੇਲੇ ਨਾ ਬਾਜਰਾ ਤੇ ਹੋਰ ਅਨਾਜ ਲਿਆਈ ਆ ਪੰਛੀ ਆਉਂਦੇ ਨੇ ਉੱਪਰ ਇਹਨਾਂ ਨੂੰ ਮੈਂ ਪਾਇਆ ਕਰਨਾ ਆਥ ਨੇ ਬਾਜਰਾ ਤੇ ਕਣਕ ਲੈ ਆਇਆ ਨੇਕਾ ਤੇ ਜਗੀਰੋ ਦਾ ਦਿਲ ਪਰਚਿਆ ਰਹਿੰਦਾ ਕੋਠੇ ਤੇ ਚੜ੍ਹ ਜਾਂਦੀ ਚਿੜੀਆਂ ਤੋਤਿਆਂ ਤੋਂ ਬਾਅਦ ਮਰਗਾਬੀਆਂ ਆਉਣੀਆਂ ਸ਼ੁਰੂ ਹੋ ਗਈ ਮਰਗਾਬੀਆਂ ਜਗੀਰੋ ਨੂੰ ਚਿੜੀਆਂ ਤੋਂ ਵੀ ਸੋਹਣੀਆਂ ਲੱਗ ਉਹਨਾਂ ਨੂੰ ਵੇਖ ਕੇ ਪਿਆਰ ਕਰਦਿਆਂ ਨੂੰ ਇਹ ਲੋਕ ਪਿਆਰ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਆ ਦੇਖ ਲਾ ਪੰਛੀ ਕਦੇ ਨੀ ਲੜ ਜੇ ਅੱਜ ਰੱਬ ਪ੍ਰਗਟ ਹੋਈ ਉਹਨੂੰ ਪੁੱਛਾਂ ਇਹ ਕਿਉਂ ਕਰਦਾ ਰਾਤ ਨੂੰ ਜਗੀਰੋ ਪੰਛੀਆਂ ਦਾ ਸਾਰਾ ਵਰਤਾਂਤ ਲਿਖ ਕੇ ਹੁਣ ਛੱਤ ਤੇ ਮਰਗਾਬੀਆਂ ਵੀ ਆਉਣ ਲੱਗ ਗਈਆਂ ਜੀ ਚਿੜੀਆਂ ਚੁੱਕ ਕੇ ਉੱਡ ਜਾਂਦੀਆਂ ਮਰਗਾਬੀਆਂ ਜੀ ਫਿਰ ਤਾਂ ਤੇਰਾ ਪਰਿਵਾਰ ਖਾਸਾ ਹੋ ਗਿਆ ਦੱਸਦੇ ਘਰਾਂ ਚ ਰੀਜਨੌਰ ਆਉਣੇ ਚਾਹੀਦੇ ਹਾਂ ਪਰ ਇਹਨਾਂ ਨੂੰ ਦੇਖ ਕੇ ਮੈਂ ਕਹਿਣਾ ਵੀ ਇਹ ਲੜਦੇ ਨੀ ਹੈ ਭੋਰਾ ਕਦੇ ਸੁਣਿਆ ਕੋਈ ਕਿਸੇ ਮੁਲਕ ਚ ਪੰਛੀ ਭੁੱਖੇ ਮਰ ਗਏ ਇਹਨਾਂ ਦੇ ਬਾਪੂ ਦੇ ਕਿਹੜਾ ਟਰੱਕ ਚੱਲਦੇ ਆ ਕਦੇ ਸੁਣਿਆ ਪੰਛੀਆਂ ਨੇ ਇੰਨੇ ਪੰਛੀ ਲੁੱਟ ਲਏ ਬੰਦਾ ਹੀ ਬੰਦੇ ਨੂੰ ਲੁੱਟਦਾ ਬੰਦਾ ਹੀ ਬੰਦੇ ਦਾ ਮਾੜਾ ਕਰਦਾ ਬੰਦਾ ਹੀ ਪਾਪੀ ਆ ਭੀੜਾ ਵੀ ਤਾਂ ਹੀ ਪੈਂਦੀ ਜਾਨ ਨੂੰ ਸ੍ਰਿਸ਼ਟੀ ਚਲਾਉਣ ਵਾਸਤੇ ਭੋਗ ਨਾਸ ਕਰਦਾ ਬੰਦਾ ਸਾਰਾ ਦਿਨ ਹੜਕਿਆ ਰਹਿੰਦਾ ਅੱਗ ਲੱਗੀ ਰਹਿੰਦੀ ਹੈ ਤੇ ਤੂੰ ਕਿਹੜਾ ਘੱਟ ਹੈ ਚੁੰਨੀ ਦਾ ਮੂੰਹ ਲੈ ਕੇ ਨੇਖੇ ਮੰਨ ਚਾਹੀ ਮੈਂ ਤਾਂ ਮੈਂ ਵੀ ਬੰਦਿਆਂ ਦੀ ਜਾਤ ਚ ਹੀ ਹੈ ਮੈਂ ਕਿਹੜਾ ਕੋਈ ਜਾਨਵਰ ਜਨੌਰ ਜਾਂ ਦੇਵਤਾ ਜਗੀਰੋ ਹੱਸਣ ਲੱਗ ਗਾਂ ਭੁੱਖੀ ਮਰਜੂ ਮਾਸ ਨੀ ਖਾਂਦੀ ਨਹੀਂ ਖਾਂਦੀ ਸ਼ੇਰ ਮਰਨੀ ਮਰਜੂ ਘਾਹ ਨੀ ਖਾਂਦਾ ਉਹਦਾ ਖੁਰਾਕ ਮਾਸ ਹੈ ਨਹੀਂ ਖਾਂਦਾ ਕੁੱਤਾ ਰੋਟੀ ਪਾ ਲਿਓ ਉਹ ਖਾ ਲੂ ਮਾਸ ਪਾ ਦਿਓ ਉਹ ਖਾ ਲੂ ਉਹ ਖਸਮਾ ਖਾਣਾ ਬੰਦੇ ਦੀ ਨਸਲ ਚੋਂ ਹੀ ਆ ਪਰ ਕੁੱਤਾ ਮੱਛੀ ਨੀ ਖਾਂਦਾ ਅੱਛਾ ਜੀ ਪਰ ਬੰਦੇ ਨੂੰ ਦੇਖ ਲੈ ਮੱਛੀ ਫੜਾ ਦੇ ਉਹ ਛੱਗ ਜੂ ਮਾਸ ਫੜਾ ਦੇ ਉਹ ਚੱਗ ਜੂ ਰੋਟੀ ਦੇ ਦੇ ਉਹ ਚੱਬ ਜੂ ਪੱਠੇ ਪਾ ਦੋ ਉਹ ਛੱਡ ਪੱਠੇ ਉਹ ਆਹ ਜਿਹੜਾ ਸਲਾਦ ਸਲੂਟ ਕਹਿੰਦੇ ਹੁੰਦੇ ਨੇ ਇਹਦੇ ਵੱਲ ਗੂਹ ਨੀ ਕਰਦਾ ਆਹੋ ਇਹ ਤਾਂ ਪੁੱਠਾ ਹੈ ਸਭ ਤੋਂ ਮਾੜੀ ਗੱਲ ਹੈ ਇਹ ਨਸਲੇ ਮਾੜੀ ਆ ਮੈਂ ਤੇਰੇ ਕੋਲ ਬੈਠਾ ਬਗਧਾਲੇ ਵਰਗਾ ਬੰਦਾ
ਉਹ ਮੈਨੂੰ ਹੀ ਕਹਿਣ। ਜ਼ਿੰਦਗੀ ਚੱਲ ਪਈ, 15 ਦੇ ਲੰਘ ਗਏ, ਦੋ ਮਰਗਾਬੀਆਂ ਦੀ ਜਗ੍ਹਾ ਸਿਰਫ ਇੱਕ ਮਰਗਾਬੀ ਆਉਣ ਲੱਗ ਗਈ। ਨੇਕੋ ਨੇਕਾ ਸੁਣਿਆ ਜਗੀਰੋ ਦਾਸ, ਮੈਂ ਇੱਕ ਗੱਲ ਦੱਸਾਂ ਜੀ, ਕਈ ਦਿਨ ਹੋ ਗਏ ਆਪਣੇ ਛੱਤ ਤੇ ਦੋ ਮਰਗਾਬੀਆਂ ਆਉਂਦੀਆਂ, ਫੇਰ ਹੁਣ ਇੱਕ ਆਉਂਦੀ ਹੈ, ਤਾਂ ਜਮਾ ਹੀ ਕਮਲੀ ਆ, ਜਾਨਵਰ ਆ ਕਿਤੇ ਚਲੇ ਗਿਆ, ਉਹ ਆਜੂ, ਕਮਲ ਨੀ ਮਾਰੀ ਦਾ ਹੁੰਦਾ। ਦੋ ਹਫ਼ਤੇ ਬਾਅਦ ਜਗੀਰੋ ਨੇ ਰੋਟੀਆਂ ਚੂਰ ਕੇ ਰੱਖੀਆਂ ਤੇ ਕੋਠੇ ਤੇ ਚੜੀ, ਚਾਰ ਮਰਗਾਬੀਆਂ ਆ ਗਈ। ਆਓ ਆਓ ਰੱਬ ਦੇ ਜੀਓ, ਆਓ ਆਓ ਸਾਡੇ ਘਰ ਸੱਜਣ ਆ ਗਏ, ਗੁਰਦੀਆਂ ਗਲੀਆਂ ਕੋਠੇ ਤੇ ਸੁੱਟਦੀ ਗਾਵੇ, ਕੱਲ ਨੂੰ ਦੋ ਤਿੰਨ ਰੋਟੀਆਂ ਦਾ ਲਾਇਆ ਕਰੂ, ਤੁਹਾਡੇ ਕੋਲ ਵਧਾਈਆਂ, ਨਾਲੇ ਟੱਬਰ ਤੁਹਾਡਾ ਵੱਧ ਗਿਆ। ਨਾਲ ਛੋਟੀ ਮਰਗਾਬੀ ਦੇ ਬੱਚੇ ਗੱਲਾਂ ਕਰਦੀ ਕਰਦੀ ਫੇਰ ਅਰਦਾਸ ਹੋ ਹੱਥ ਨੇ ਨੇਕਾ ਆਇਆ, ਜਗੀਰੋ ਉਹਨੂੰ ਬਹੁਤ ਖੁਸ਼ ਗਈ, ਗੱਲ ਅੱਜ ਤਾਂ ਬਾਗੋ ਬਾਗ ਆਪਣੇ ਘਰ ਚ ਸਰਾਰ ਜੀ, ਅੱਜ ਚਾਰ ਮਰਗਾਬੀਆਂ ਆਈਆਂ, ਦੋ ਨਾ ਸੀ, ਦੋ ਨਾਲ ਬੱਚੇ ਸੀ, ਗੁੜਦੀਆਂ ਦਲੀਆਂ ਪਾਈਆਂ, ਗੀਤ ਵੀ ਗਾਏ, ਚੰਗਾ ਕੀਤਾ, ਸਭ ਆਪਣੀ ਕਿਸਮਤ ਖਾਂਦੇ ਆ। ਅੱਜ ਖੇਤ ਚ ਖੇਤ ਵਾਲੇ ਨੇ ਪਾੜਾ ਵੀ ਰੱਬ ਦੀਆਂ ਗੱਲਾਂ, ਅੱਛਾ ਉਹ ਕਹਿੰਦਾ ਮੇਰਾ ਭਰਾ ਕਾਮਰੇਟ ਹੈ, ਉਹਦੇ ਨਾਲ ਗੱਲਾਂ ਕਰਦਾ ਸੀ ਵੀ ਜੇ ਸੈਂਸ ਤੇ ਰੱਬ ਕੀ ਹੈ, ਉਹ ਕਹਿੰਦਾ ਸੈਂਸ ਤੇ ਸਭ ਕੁਛ, ਕਹਿੰਦਾ ਜੇ ਸੈਂਸ ਨੂੰ ਕਹਿ ਸਰ ਫੋਨ ਬਣਾ ਦੇਵੇ, ਸੈਂਸ ਨੂੰ ਕਹਿ ਬੰਦੇ ਚ ਜੀਵਨ ਪਾ ਦੇਵੇ, ਰੱਬ ਹੈ, ਹਾਂ ਰੱਬ ਹੀ ਹੈ। ਗੱਲਾਂ ਕਰਦੀ ਕਰਦੀ ਜਗੀਰੋ ਫੇਰ ਦੱਸ, ਹੁਣ ਕਿਉਂ ਤੇ ਨਰਮ ਹੋ ਗਈ, ਕਦੇ ਤੋੜਾ ਕਦੇ ਮਾਸਾ, ਹੱਸਦੀ ਉਹ ਬੁੱਲ ਥੱਲੇ ਸਿੱਟ ਲੈਗਾ, ਹੁਣ ਜਵਾਕ ਯਾਦ ਆਉਂਦੇ, ਜਵਾਕ ਯਾਦ ਆਉਂਦੇ ਨੇ, ਕਿਉਂ ਘਰ ਫਿਰ ਮਹੀਨਾ ਆਪਣਾ ਲੱਗ ਗਿਆ, ਕੱਲ ਨੂੰ ਮਿਲਣੀ ਆ ਤਨਖਾਹ, ਪਰਸੋਂ ਨੂੰ ਚੜੀਏ ਬੱਸ, ਫਿਰ ਕਿੱਥੇ ਚੱਲੀਏ, ਪਿੰਡੇ ਚੱਲਾਂਗੇ ਬਸ, ਮੇਰੇ ਗੂੰਗਾ ਬਹੁਤ ਯਾਦ ਆਉਂਦਾ ਛੋਟਾ ਭਾਈ, ਉੱਥੇ ਹੀ ਲਾਵਾਂਗੇ ਡੇਰਾ, ਮੱਸੇ ਰੰਗੜ ਉਹਨਾਂ ਨੂੰ ਕਹਾਂਗੇ, ਉਹਨਾਂ ਦਾ ਲਵਾਵਾਂਗੇ ਡੇਰਾ ਬਾਹਰ, ਰੌਲਾ ਪੰਜ ਦਸ ਪਊ, ਮੱਸੇ ਉਹਨੀ ਦਰਾਂ ਮੂਹਰੇ ਬੈਠੇ ਜਵਾਕ ਤੇਰੇ ਲੈ ਆਉਣੇ, ਆਪਾਂ ਜਵਾਕ ਪਾ ਲਾਂ, ਨਾਲੇ ਗੂੰਗਾ ਜਵਾਕਾਂ ਨੂੰ ਖੁਲਾਇਆ ਕਰੂ। ਉਹੀ ਗੱਲ ਵੀ ਸਮਾਨ ਚੱਕਿਆ ਪਿੰਡ, ਪਿੰਡ ਚ ਰੌਲਾ ਪੈ ਗਿਆ, ਜਗੀਰੋ ਮੁੜੇ ਆਈ, ਨੇਕਾ ਆ ਗਿਆ, ਨੇਕਾ ਆ ਗਿਆ, ਜਗੀਰੋ ਮੁੜ ਗਈ, ਦਰਾਂ ਮੂਹਰੇ ਲੋਕ ਕੱਢਿਆ, ਅੰਦਰ ਬੈਠੀ ਆ, ਅੰਦਰ ਬੈਠੀ ਆ, ਤੁਹਾਡੀ ਕੀ ਲੱਗਦੀ ਆ, ਨੇਕੇ ਨੇ ਗਿਆ, ਜਾਨੂੰ ਗੱਲਾਂ ਕੀਤੀਆਂ, ਗੂੰਗਾ ਆ ਗਿਆ, ਤੁਸੀਂ ਇੱਥੇ ਬੈਠੇ, ਆਹੋ ਇੱਥੇ ਸਾਡੇ ਘਰ ਤੋਂ ਕਿਵੀ ਮਾਨੀ ਦਾ ਘਰ ਆ, ਇੱਥੇ ਪੜ੍ਹਾਈ ਬੈਠੇ ਬੜੀ, ਗੂੰਗਾ ਵੀ ਮੂਹਰੇ ਹੋਇਆ, ਮੱਸੇ ਹੋਣੀ ਬਾਹਰ ਬਹਿ ਗਏ, ਰੰਗੜ ਹੋਣੀ ਰੌਲਾ ਪੈ ਗਿਆ, ਪੰਚਾਇਤਾਂ ਇਕੱਠੀਆਂ ਹੋ ਗਈਆਂ, ਅਖੀਰ ਚਾਰੇ ਜਵਾਕ ਜਗੀਰ ਨੂੰ ਦੇ ਤੇ, ਚੱਲਾ ਕਹਿੰਦਾ ਜਾਓ ਭਾਈ ਤੁਰੋ, ਤੁਸੀਂ ਆਪਣੀ ਮਾਂ ਹੀ ਸਾਂਭੂ, ਮੇਥੇ ਵੀ ਕੱਢੀਆਂ ਪੈਂਦੀਆਂ ਥੋਡੀਆਂ, ਜੈਲੇ ਦਾ ਡਾਂਗ ਤੇ ਡੇਰਾ ਸੀ, ਜਵਾਕ ਆ ਕੇ ਪਲਣ ਲੱਗੇ, ਜਵਾਕਾਂ ਨੂੰ ਆਲੇ ਦੁਆਲੇ ਗੂੰਗਾ ਲਈ ਫਿਰਦਾ, ਗੂੰਗੇ ਦੀ ਇੱਕ ਵਾਰ ਘੋੜੀ ਬਣਾਈ, ਦੋ ਜਵਾਕ ਚੜੇ ਹੋਏ, ਬੱਲੇ ਬੱਲੇ ਹੋਈ ਪਈਆ, ਰੱਬ ਨੇ ਰੋਟੀਆਂ ਦੇ ਦੀਆਂ, ਵਿੱਚੇ ਵਿੱਚੇ ਗਾਜਰਾਂ, ਵਿੱਚੇ ਰੰਬਾ, ਪੜਾਈ ਦੁੱਧ ਪਿਆ ਤਾਂ ਥੋੜੀ ਬਹੁਤ, ਅੱਛਾ ਨਾਲੇ ਉਦਣਾ ਦੀ ਗੱਲ ਯਾਦ ਆ, ਜਦੋਂ ਪਹਿਲੇ ਆਈ ਸੀ ਕੀ ਗੂੰਗੇ, ਹਾਜੀ ਮੈਂ ਤੂੰ ਮੇਰੀ ਆਪਣੀ ਭੈਣ ਦਾ ਰਿਸ਼ਤਾ ਕਰਾਵੇਂਗੀ ਮੈਨੂੰ, ਅੱਛਾ ਮੋਹ ਪਿਆਰ ਤੇਰਾ ਗੂੰਗਿਆ ਮੈਨੂੰ ਬਹੁਤ ਆਉਂਦਾ ਛੋਟੇ ਭਾਈ ਵਾਂਗੂ, ਜਾਨੀਆਂ ਪੇਕਿਆਂ ਨੂੰ ਪਾਸਣ, ਕਰਦੀਆਂ ਤੇਰਾ ਵੀ ਹੀਲਾ, ਦੋਨੇ ਭੈਣਾਂ ਸੁਖੀ ਬਸਣ, ਇੰਨੀ ਗੱਲ ਕਹਿ ਤੇ ਗੂੰਗੇ ਨੇ ਲਲਕਰਾ ਮਾਰਿਆ, ਬਾਬੀ ਸਾਡੀ ਜਿੰਦਾਬਾਦ ਹੈ, ਜਵਾਕ ਝਾਕਣ ਦੇ ਗੂੰਗੇ ਨੂੰ ਕੀ ਹੋ ਗਿਆ, ਨੇਕਾ ਬੱਕਰੀਆਂ ਮੋੜ ਕੇ ਲਿਆਉਂਦਾ ਘਰੇ, ਬਾਗੋ ਬਾਗ ਹੁੰਦਾ, ਬੱਕਰੀ ਦਾ ਦੁੱਧ ਚੋਂਦੇ ਪੀਂਦੇ, ਮੋਹ ਪਿਆਰ ਹਰ ਰੋਜ਼ ਵੱਧਦਾ ਜਾਂਦਾ। ਇਹ ਸੀ ਜੀ ਅੱਜ ਦਾ ਪ੍ਰੋਗਰਾਮ, ਜਾਂਦੇ ਜਾਂਦੇ ਆਤਮਾ ਬੁੱਢੇ ਵਾਲੀਆਂ ਵੀ ਸੁਣਾਵਾਂ, ਰੱਬ ਰਾਖਾ, ਕੱਲ ਨੂੰ ਮੁੜਦੇ ਹਾਂ 12 ਵਜੇ ਫੇਰ।